ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਲੈ ਕੇ ਆਈ ਆ ਪੰਜਾਬ ਪੁਲਿਸ ਵਾਲੇ ਸਟੂਡੈਂਟਸ ਦੇ ਲਈ ਇੱਕ ਮੌਕ ਟੈਸਟ ਜਿਹੜਾ ਕਿ ਬਿਲਕੁਲ ਪੰਜਾਬ ਪੁਲਿਸ ਕਨਸਟੇਬਲ ਦੇ ਸਿਲੇਬਸ ਦੇ ਪੈਟਰਨ ਦੇ ਅਕੋਰਡਿੰਗ ਤਿਆਰ ਕੀਤਾ ਗਿਆ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਸਰਕਾਰ ਨੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਪੰਜਾਬੀ ਐਲੀਜੀਬਿਲਿਟੀ ਟੈਸਟ ਵੀ ਜ਼ਰੂਰੀ ਕੀਤਾ ਹੈ ਤੇ ਹਰੇਕ ਪੇਪਰ ਦੇ ਵਿੱਚ 2 ਘੰਟੇ ਦਾ ਤੁਹਾਡਾ ਪੇਪਰ ਹੋਣ ਤੋਂ ਬਾਅਦ 50 ਨੰਬਰ ਦਾ ਪੰਜਾਬੀ ਐਲੀਜੀਬਿਲਿਟੀ ਟੈਸਟ ਲਿਆ ਜਾਵੇਗਾ ਜਿਹਦੇ ਵਿੱਚੋਂ ਜੇਕਰ ਤੁਸੀਂ 25 ਨੰਬਰ ਲੈਨੇ ਹੋ ਤੁਹਾਡਾ ਪੇਪਰ ਫੇਰ ਹੀ ਚੈੱਕ ਕੀਤਾ ਜਾਵੇਗਾ ਨਹੀਂ ਤੁਹਾਡਾ ਪਹਿਲਾ ਪੇਪਰ ਆ ਜੋ ਮੇਨ ਪੇਪਰ ਉਹ ਚੈੱਕ ਵੀ ਨਹੀਂ ਹੋਣਾ ਠੀਕ ਹੈ ਇਹ ਤੁਹਾਡਾ ਕੁਆਲੀਫਾਈਂਗ ਟੈਸਟ ਆ ਜਿਹੜਾ ਕਿ ਤੁਹਾਡੇ ਲਈ ਮੇਨ ਪੇਪਰ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਲੀਅਰ ਕਰਨਾ ਸੋ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਐਜ਼ ਅ ਟੈਂਸਟ ਮੰਨਦੇ ਹੋਏ ਮੇਰੇ ਨਾਲ ਅਟੈਂਪਟ ਕਰਨਾ ਪਹਿਲਾਂ ਆਪਾਂ ਮੇਨ ਪੇਪਰ ਤੁਹਾਡਾ ਕਰਾਂਗੇ ਜਿਵੇਂ ਕਿ ਪੰਜਾਬ ਪੁਲਿਸ ਦੇ ਸਿਲੇਬਸ ਦੇ ਪੈਟਰਨ ਦੇ ਅਕੋਰਡਿੰਗ ਉਹਨਾਂ ਨੇ ਦੱਸਿਆ ਹੋਇਆ ਉਸੇ ਤਰ੍ਹਾਂ ਫਿਰ ਤੁਹਾਡਾ ਪੇਪਰ B ਆ ਇਹਦਾ एलिजिਬਿਲਟੀ ਟੈਸਟ ਹੋਵੇਗਾ ਲਾਸਟ ਤੇ ਠੀਕ ਹੈ ਤੇ ਤੁਸੀਂ ਮੈਨੂੰ ਦੋਨਾਂ ਟੈਸਟਾਂ ਦੇ ਵਿੱਚੋਂ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਮਾਰਕਸ ਆਏ ਸੋ ਤੁਹਾਨੂੰ ਹਰ ਇੱਕ MCQ ਨੂੰ ਅਟੈਂਪਟ ਕਰਨ ਲਈ ਮੈਂ 3 ਸੈਕਿੰਡ ਦਾ ਸਮਾਂ ਦਵਾਂਗੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਵਾਲ ਦੇ ਪੰਜਾਬ ਦੇ ਵਿੱਚ ਕਿੰਨੇ ਸਦਨ ਆ ਇਹ MCQ ਆ ਤਾਂ ਜਲਦੀ ਨਾਲ ਆਪਣਾ ਆਨਸਰ ਸੋਚੋ ਤੁਸੀਂ ਉਸ ਤੋਂ ਬਾਅਦ ਮੇਰੇ ਨਾਲ ਮੈਚ ਵੀ ਕਰਨਾ ਹੈ ਤਾਂ ਵਿਧਾਨ ਸਭਾ ਦੇ ਪੰਜਾਬ ਦੇ ਵਿੱਚ ਸਦਨਾਂ ਜੀ ਇੱਕ ਸਦਨ ਆਪਸ਼ਨ ਏ ਇਸ ਦਾ ਰਾਈਟ ਆਨਸਰ ਇੱਕ ਸਦਨੀ ਵਿਧਾਨ ਸਭਾ ਪੰਜਾਬ ਦੇ ਵਿੱਚ ਦੇਖੋ ਵਿਧਾਨ ਸਭਾ ਦੇ ਦੋ ਸਦਨ ਹੁੰਦੇ ਆ ਇੱਕ ਵਿਧਾਨ ਪਰਿਸ਼ਦ ਅਤੇ ਦੂਜਾ ਵਿਧਾਨ ਸਭਾ ਠੀਕ ਹੈ 28 ਰਾਜਾਂ ਦੇ ਵਿੱਚੋਂ ਇੱਕ ਸਦਨ ਵਿਧਾਨ ਸਭਾ ਦਾ 6 ਜਿਹੜੇ 28 ਰਾਜ ਆ ਉਹਨਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਇੱਕ ਸਦਨੀ ਵਿਧਾਨ ਸਭਾ ਵਾ ਅੱਧੇ ਰਾਜ ਇਸ ਤਰ੍ਹਾਂ ਦੇ ਵੀ ਆ ਜਿਨ੍ਹਾਂ ਦੇ ਵਿੱਚ ਦੋ ਸਦਨੀ ਵਿਧਾਨ ਸਭਾ ਵਾ ਜਿਵੇਂ ਯੂਪੀ ਕਰਨਾਟਕ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਵਿਹਾਰ ਤੇਲੰਗਾਨਾ ਇਹਨਾਂ ਦੇ ਵਿੱਚ ਦੋ ਸਦਨੀ ਵਿਧਾਨ ਸਭਾ ਵਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਪਰ ਪੰਜਾਬ ਦੇ ਵਿੱਚ ਵਿਧਾਨ ਪ੍ਰੀਸ਼ਦ ਨੂੰ ਖਤਮ ਕਰ ਦਿੱਤਾ ਗਿਆ ਉਹ ਕਿਵੇਂ ਕੀਤਾ ਗਿਆ ਕਦੋਂ ਕੀਤਾ ਗਿਆ ਉਹ ਅਸੀਂ ਅੱਗੇ ਡਿਸਕਸ ਕਰਦੇ ਹਾਂ ਅਗਲਾ ਪ੍ਰਸ਼ਨ ਪੰਜਾਬ ਵਿੱਚ ਵਿਧਾਨਪ੍ਰਸਤ ਨੂੰ ਕਦੋਂ ਰੱਦ ਕੀਤਾ ਗਿਆ ਹਾਂਜੀ ਪੰਜਾਬ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵਿਧਾਨਪ੍ਰਸਤ ਨੂੰ ਖਤਮ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਵਿਧਾਨਪ੍ਰਸਤ ਨੂੰ 1 ਜਨਵਰੀ 1970 ਦੇ ਵਿੱਚ ਖਤਮ ਕੀਤਾ ਗਿਆ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਅਗਲਾ ਪ੍ਰਸ਼ਨ ਪੰਜਾਬ ਹਾਈ ਕੋਰਟ ਦਾ ਡਿਜ਼ਾਈਨ ਕਿਸ ਨੇ ਕੀਤਾ ਸੀ ਹਾਂਜੀ ਪੰਜਾਬ ਹਾਈ ਕੋਰਟ ਦਾ ਡਿਜ਼ਾਈਨ ਕਿਸ ਨੇ ਕੀਤਾ ਸੀ ਜਾਂ ਤੁਹਾਨੂੰ ਇਸ ਤਰ੍ਹਾਂ ਆ ਜੇ ਕਿ ਚੰਡੀਗੜ੍ਹ ਦਾ ਡਿਜ਼ਾਈਨ ਕਿਸ ਨੇ ਕੀਤਾ ਸੀ ਤਾਂ ਪੰਜਾਬ ਹਾਈ ਕੋਰਟ ਅਤੇ ਚੰਡੀਗੜ੍ਹ ਦਾ ਡਿਜ਼ਾਈਨ ਕੀਤਾ ਸੀ ਜੀ ਲੀ ਕਾਰਬੂਸ਼ੀਅਰ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਤੁਹਾਨੂੰ ਕਾਰਬੂਜ਼ਰ ਵੀ ਲਿਖਿਆ ਸਕਦਾ ਇਸ ਗੱਲ ਤੇ ਧਿਆਨ ਰੱਖਣਾ ਤੁਸੀਂ ਅਗਲਾ ਪ੍ਰਸ਼ਨ ਪੰਜਾਬ ਹਾਈ ਕੋਰਟ ਦਾ ਉਦਘਾਟਨ ਕਿਸ ਨੇ ਕੀਤਾ ਸੀ ਹਾਂਜੀ ਪੰਜਾਬ ਹਾਈ ਕੋਰਟ ਦਾ ਜਿਹੜਾ ਉਦਘਾਟਨ ਉਹ ਕਿੰਨਾ ਨੇ ਕੀਤਾ ਸੀ ਤੇ ਇਹ ਕੀਤਾ ਸੀ ਜੇ ਸਾਡੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਕੌਣ ਸੀ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆਪਰੇਸ਼ਨ ਬਲੂ ਸਟਾਰ ਸਮੇ ਪੰਜਾਬ ਦਾ ਮੁੱਖ ਮੰਤਰੀ ਕੌਣ ਸੀ ਹਾਂਜੀ ਜਿਸ ਸਮੇ ਆਪਰੇਸ਼ਨ ਬਲੂ ਸਟਾਰ ਹੋਇਆ ਵਾ ਉਸ ਸਮੇ ਪੰਜਾਬ ਦੇ ਮੁੱਖ ਮੰਤਰੀ ਕੌਣ ਸੀ ਵੈਸੇ ਤਾਂ ਉਸ ਸਮੇ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਸੀ ਜੇਕਰ ਤੁਹਾਨੂੰ ਰਾਸ਼ਟਰਪਤੀ ਰਾਜ ਦੀ ਆਪਸ਼ਨ ਆਉਂਦੀ ਆ ਤਾਂ ਤੁਸੀਂ ਰਾਸ਼ਟਰਪਤੀ ਰਾਜ ਲਗਾ ਕੇ ਆਉਂਗੇ ਠੀਕ ਹੈ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਸ ਸਮੇ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਕੌਣ ਸੀਗੇ ਦਰਬਾਰਾ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਦੇ ਸੀ ਤੇ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਸੀ ਇੰਦਰਾ ਗਾਂਧੀ ਠੀਕ ਹੈ ਉਸ ਸਮੇਂ ਅਗਲਾ ਪ੍ਰਸ਼ਨ ਸ੍ਰੋਮਣੀ ਅਕਾਲੀ ਦਲ ਦਾ ਹੈੱਡਕੁਆਰਟਰ ਕਿੱਥੇ ਸਥਿਤ ਹੈ ਹਾਂਜੀ ਸ੍ਰੋਮਣੀ ਅਕਾਲੀ ਦਲ ਦੀ ਗੱਲ ਹੋ ਰਹੀ ਆ ਠੀਕ ਹੈ ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਗੱਲ ਤੇ ਜ਼ਰੂਰ ਧਿਆਨ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈੱਡਕੁਆਟਰ ਆ ਉਹ ਹੈਗਾ ਜੀ ਅੰਮ੍ਰਿਤਸਰ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਹੈਗਾ ਵਾ ਅੰਮ੍ਰਿਤਸਰ ਪਰ ਜੇਕਰ ਤੁਹਾਨੂੰ ਆਜੇ ਸ਼੍ਰੋਮਣੀ ਅਕਾਲੀ ਦਲ ਤਾਂ ਇਸ ਦਾ ਹੈੱਡਕੁਆਟਰ ਚੰਡੀਗੜ੍ਹ ਦੇ ਵਿੱਚ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੈ ਆਪਰੇਸ਼ਨ ਬਲੂ ਸਟਾਰ ਸਮੇਂ ਪੰਜਾਬ ਸੌਰੀ ਆਪਰੇਸ਼ਨ ਬਲੂ ਸਟਾਰ ਪੰਜਾਬ ਵਿੱਚ ਕਦੋਂ ਹੋਇਆ ਸੀ ਉਪਰ ਮੈਂ ਇਸ ਲਈ ਨਹੀਂ ਤੁਹਾਨੂੰ ਦੱਸਿਆ ਸੀ ਕਿ ਕਦੋਂ ਹੋਇਆ ਸੀ ਇਹ ਜ਼ਰੂਰ ਦੱਸਤਾ ਸੀ ਕਿ ਮੁੱਖ ਮੰਤਰੀ ਕੌਣ ਸੀ ਉਸ ਸਮੇਂ ਦਰਵਾਰਾ ਸੀ ਜਿਹੜੇ ਕਾਂਗਰਸ ਪਾਰਟੀ ਦੇ ਸੀਗੇ ਤੇ ਜੂਨ 1984 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਠੀਕ ਹੈ ਜੀ ਤੇ ਆਪਰੇਸ਼ਨ ਬਲੂ ਸਟਾਰ ਤੁਸੀਂ ਸੋਚ ਰਹੇ ਹੋਵੋਗੇ ਕਿ ਕਿ ਨੂੰ ਕਿਹਾ ਜਾਂਦਾ ਜੂਨ 1984 ਦੇ ਵਿੱਚ ਅੰਮ੍ਰਿਤਸਰ ਵਿਖੇ ਸ਼ਹੀਰੀ ਦਰਵਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਠੀਕ ਹੈ ਜੀ ਇਹ ਤੁਸੀਂ ਧਿਆਨ ਰੱਖਣਾ ਤਾਂ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ 1984 ਅਗਲਾ ਪ੍ਰਸ਼ਨ ਅਜੋਕੇ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਹਾਂਜੀ ਅਜੋਕੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸੀ ਤਾਂ ਰਾਈਟ ਆਨਸਰ ਹੈ ਜੀ गोपीचंद भागव गोपीचंद भागव पंजाब ਦੇ ਪਹਿਲੇ ਮੁੱਖ ਮੰਤਰੀ ਸੀਗੇ ਟਿੱਕੇ ਅਯੋਕੇ ਪੰਜਾਬ ਦੇ ਲਿਖਿਆ ਜਾਨੀ ਕਿ ਆਜ਼ਾਦ ਹੋ ਚੁੱਕਿਆ ਪੰਜਾਬ ਜਿਹੜਾ ਕਿ ਹੁਣ ਦਾ ਪੰਜਾਬ ਆ ਅਗਲਾ ਪ੍ਰਸ਼ਨ ਸ੍ਰੋਮਣੀ ਅਕਾਲੀ ਦਲ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਹਾਂਜੀ ਸ੍ਰੋਮਣੀ ਅਕਾਲੀ ਦਲ ਇਸ ਦੇ ਪਹਿਲੇ ਮੁੱਖ ਮੰਤਰੀ ਕੌਣ ਸੀਗੇ ਤਾਂ ਉਹ ਸੀਗੇ ਜਸਟਿਸ ਗੁਰਨਾਮ ਸਿੰਘ ਆਪਸ਼ਨ ਬੀ ਇਜ਼ ਅ ਰਾਈਟ ਆਨਸਰ अगला प्रश्न पंजाब ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ ਸੀ ਹਾਂਜੀ ਪੰਜਾਬ ਦੇ ਵਿੱਚ ਪਹਿਲੀ ਵਾਰ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 8 ਵਾਰ ਰਾਸ਼ਟਰਪਤੀ ਰਾਜ ਲੱਗਿਆ ਵਾ ਜਾਨੀ ਕਿ ਐਮਰਜੈਂਸੀ ਲੱਗੀ ਆ ਤੇ ਇਹਨਾਂ ਦੇ ਵਿੱਚੋਂ ਪਹਿਲੀ ਵਾਰ ਕਦੋਂ ਲਾਗੂ ਕੀਤਾ ਗਿਆ ਸੀਗਾ 1951 ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਹਾਂਜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਕੌਣ ਸੀਗੇ ਤਾਂ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਪੁੱਛ ਲਿਆ ਜਾਵੇ ਤਾਂ ਕੌਣ ਸੀਗੇ ਜੀ ਇਹ ਸੀਗੇ ਡਾਕਟਰ ਗੋਪੀ ਚੰਦ ਭਾਰਗਵ অপਸ਼ਨ ਸੀ ਇਜ਼ ਅ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਪੰਜਾਬ ਦੇ ਕਿੰਨੇ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ ਹਾਂਜੀ ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ ਹਾਂਜੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੀ ਜੀ ਰਜਿੰਦਰ ਕੌਰ ਪੱਠਲ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆਖਰੀ ਵਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਦੋਂ ਲਾਗੂ ਕੀਤਾ ਗਿਆ ਸੀ ਹਾਂਜੀ ਆਖਰੀ ਵਾਰ ਪੰਜਾਬ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਹੋਇਆ ਸੀ ਐਮਰਜੈਂਸੀ ਲੱਗੀ ਸੀ ਉਹ 1987 ਦੇ ਵਿੱਚ ਲੱਗੀ অপਸ਼ਨ ਏ ਇਜ਼ ザ राइट आंसर ਅਗਲਾ ਪ੍ਰਸ਼ਨ ਜਦੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਸੀ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸੀ ਹਾਂਜੀ ਆਪਰੇਸ਼ਨ ਬਲੂ ਸਟਾਰ ਦੀ ਆਪਾਂ ਗੱਲ ਕੀਤੀ ਸੀਗੀ ਉਸ ਸਮੇਂ ਤਾਂ ਸੀਗੇ ਦਰਵਾਰਾ ਸਿੰਘ ਤੇ ਹੁਣ ਜਦੋਂ ਹਰੀ ਕ੍ਰਾਂਤੀ ਆਈ ਆ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸੀ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਤਾਂ ਹਰੀ ਕ੍ਰਾਂਤੀ ਦੇ ਸਮੇਂ ਮੁੱਖ ਮੰਤਰੀ ਸੀਗੇ ਜੀ ਪੰਜਾਬ ਦੇ ਰਾਮਕ੍ਰਿਸ਼ਨ ਆਪਸ਼ਨ ਡੀ ਇਸ ਆ ਰਾਈਟ ਆਨਸਰ ਤੇ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਕਦੋਂ ਸੀ ਅਗਲਾ ਪ੍ਰਸ਼ਨ ਪੰਜਾਬ ਵਿੱਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਹਾਂਜੀ ਪੰਜਾਬ ਦੇ ਵਿੱਚ ਜਿਹੜੀ ਰਾਜ ਸਭਾ ਦੇ ਮੈਂਬਰ ਆ ਉਹ ਕਿੰਨੇ ਕਿੰਨੇ ਚੁਣੇ ਜਾਂਦੇ ਆ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਆ ਜੀ 7 ਆਪਸ਼ਨ A ਇਸ ਦਾ ਰਾਈਟ ਆਨਸਰ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਤੇ ਰਾਜ ਸਭਾ ਨੂੰ ਸੰਸਦ ਦੇ ਉੱਪਰਲੇ ਸਦਨ ਵਜੋਂ ਜਾਣਿਆ ਜਾਂਦਾ ਹੈ ਇਹ ਕਿਲਾ ਸਦਨ ਲੋਕ ਸਭਾ ਦਾ ਜੇਕਰ ਤੁਹਾਨੂੰ ਸਭ ਤੋਂ ਜ਼ਿਆਦਾ ਰਾਜ ਸਭਾ ਦੇ ਮੈਂਬਰ ਪੁੱਛੇ ਜਾਣ ਕਿ ਸਭ ਤੋਂ ਜ਼ਿਆਦਾ ਮੈਂਬਰ ਆ ਜਿਹੜੇ ਕਿੱਥੋਂ ਚੁਣੇ ਜਾਂਦੇ ਆ ਰਾਜ ਸਭਾ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਜੂਪੀ ਦੇ ਵਿੱਚੋਂ ਮੈਂਬਰ ਚੁਣੇ ਜਾਂਦੇ ਆ ਰਾਜ ਸਭਾ ਲਈ 31 ਮੈਂਬਰ ਆ ਜੁਪੀ ਦੇ ਵਿੱਚੋਂ ਚੁਣੇ ਜਾਂਦੇ। ਅਗਲਾ ਪ੍ਰਸ਼ਨ ਪੰਜਾਬ ਰਾਜ ਵਿੱਚ ਲੋਕ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? ਹਾਂਜੀ ਰਾਜ ਸਭਾ ਦੇ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿੰਨੇ ਚੁਣੇ ਜਾਂਦੇ ਨੇ 7 ਤੇ ਲੋਕ ਸਭਾ ਦੇ ਕਿੰਨੇ ਚੁਣੇ ਜਾਂਦੇ ਨੇ 13। ਲੋਕ ਸਭਾ ਦੇ 13 ਮੈਂਬਰ ਚੁਣੇ ਜਾਂਦੇ ਆ। অপਸ਼ਨ B ਇਜ਼ ਦਾ ਰਾਈਟ ਆਨਸਰ। 117 ਮੈਂਬਰ ਵਿਧਾਨ ਸਭਾ ਦੇ ਚੁਣੇ ਜਾਂਦੇ ਆ। ਠੀਕ ਹੈ 7 ਮੈਂਬਰ ਰਾਜ ਸਭਾ ਦੇ ਚੁਣੇ ਜਾਂਦੇ ਐ ਇਸ ਗੱਲ ਦਾ ਧਿਆਨ ਰੱਖਣਾ ਤੇ ਲੋਕ ਸਭਾ ਦਾ ਮੈਂਬਰਾਂ ਦਾ ਕਾਰਜਕਾਲ 5 ਸਾਲ ਦਾ ਹੁੰਦਾ ਅਗਲਾ ਪ੍ਰਸ਼ਨ ਆ ਜੀ ਪੰਜਾਬ ਵਿੱਚ ਵਿਧਾਨ ਸਭਾ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਹਾਂਜੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਤਾਂ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਸੀ ਤਾਂ ਸੌਰੀ ਬਾਈ ਮਿਸਟੇਕ ਮੈਂ ਆਨਸਰ ਦੱਸ ਦਿੱਤਾ ਜਾਨੀ ਕਿ ਉੱਪਰਲੇ ਐਮਸੀਕਿਊ ਦੇ ਵਿੱਚ ਤੇ ਜੇ ਥੋੜਾ ਜਿਹਾ ਵੀ ਦਿਮਾਗ ਚ ਹੁੰਦਾ ਤਾਂ ਨਹੀਂ ਦੱਸਣਾ ਸੀ ਕਿਉਂਕਿ ਇਹ ਤੁਹਾਡਾ ਟੈਸਟ ਆ ਤਾਂ ਇਸ ਦੇ ਵਿੱਚ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 117 ਵਿਧਾਨ ਸਭਾ ਦੇ ਮੈਂਬਰ ਚੁਣੇ ਜਾਂਦੇ ਹਨ ਤੁਸੀਂ ਯਾਦ ਰੱਖਣਾ ਲੋਕ ਸਭਾ ਦੇ 13 ਮੈਂਬਰ ਚੁਣੇ ਜਾਂਦੇ ਆ ਰਾਜ ਸਭਾ ਦੇ 7 ਤੇ ਵਿਧਾਨ ਸਭਾ ਦੇ 117 ਠੀਕ ਹੈ ਅਗਲਾ ਪ੍ਰਸ਼ਨ ਪੰਜਾਬ ਰਾਜ ਵਿੱਚ ਸਰਪੰਚ ਵਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਹਾਂਜੀ ਪੰਜਾਬ ਦੇ ਵਿੱਚ ਸਰਪੰਚ ਵਣਨ ਦੇ ਲਈ ਜਿਹੜੀ ਘੱਟੋ ਘੱਟ ਉਮਰ ਆ ਉਹ ਹੋਣੀ ਚਾਹੀਦੀ ਹੈ 21 ਸਾਲ অপশন সি ইজ দা রাইট आंसर देखो 73 वे शोध 24 अप्रैल 1993 ਦੇ ਵਿੱਚ ਕੀਤੀ ਗਈ ਸੀ ਇਸ ਦੇ ਕਰਕੇ ਹਰੇਕ ਸਾਲ 24 अप्रैल ਨੂੰ ਪੰਚਾਇਤੀ ਦਿਵਸ ਬਣਾਇਆ ਜਾਂਦਾ ਇਸ ਗੱਲ ਦਾ ਤੁਸੀਂ ਸਿੱਖਣਾ ਤੇ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਦੀ ਸਥਾਪਨਾ जवाहरलाल नेहरू ਨੇ 1959 ਇਸਵੀ ਦੇ ਵਿੱਚ Rajasthan ਦੇ ਜ਼िला नਗੌਰ ਦੇ ਵਿੱਚ ਕੀਤੀ ਸੀ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਅਗਲਾ ਪ੍ਰਸ਼ਨ ਹੈ ਜੀ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵੈਰੀ ਇੰਪੋਰਟੈਂਟ ਹਾਂਜੀ ਪੰਜਾਬ ਦਾ ਉਹ ਕਿਹੜਾ ਸ਼ਹਿਰ ਹੈ ਜਿਸ ਨੂੰ ਪਵਿੱਤਰ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਉਹ ਹੈਗਾ ਜੀ ਅੰਮ੍ਰਿਤਸਰ ਆਪਸ਼ਨ A ਇਜ਼ ਦਾ ਰਾਈਟ ਆਨਸਰ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਤੇ ਅੰਮ੍ਰਿਤਸਰ ਦੀ ਜੇਕਰ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੀ ਸਥਾਪਨਾ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਠੀਕ ਹੈ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹਾਂਜੀ ਭਾਰਤੀ ਸੰਵਿਧਾਨ ਦਾ ਉਹ ਕਿਹੜਾ ਭਾਗ ਆ ਜਿਹਦੇ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਤਾਂ ਭਾਗ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿਉਂਕਿ ਡੇਲੀ ਹੀ ਅਕਸਰ ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਭਾਰਤੀ ਸੰਵਿਧਾਨ ਦੇ ਭਾਗ 3 ਦੇ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਆਪਸ਼ਨ ਸੀ ਇਜ਼ ਅ ਰਾਈਟ ਆਨਸਰ ਭਾਗ 3 ਸੌਰੀ ਇੱਥੇ ਭਾਗ 3 ਸੀ ਈਜ਼ੀ ਭਾਗ ਤੀਜੇ ਦੇ ਵਿੱਚ ਮਿਲਦੇ ਆ ਸਾਨੂੰ ਮੌਲਿਕ ਅਧਿਕਾਰ ਅਨੁਸ਼ੇਧ ਕਿੰਨੇ ਤੋਂ ਮਿਲਦੇ ਆ ਉਹ ਅੱਗੇ ਡਿਸਕਸ ਕਰ ਲਵਾਂਗੇ ਅਗਲਾ ਪ੍ਰਸ਼ਨ ਭਾਰਤ ਵਿੱਚ ਮੌਲਿਕ ਅਧਿਕਾਰਾਂ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਹਾਂਜੀ ਹੁਣ ਦੱਸੋ ਮੌਲਿਕ ਅਧਿਕਾਰਾਂ ਦੀ ਜਿਹੜੀ ਮੰਗ ਆ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਉਹ ਕੀਤੀ ਸੀਗੀ ਜੀ ਮੋਤੀ لال ਨਹਿਰੂ ਨੇ ਮੋਤੀ لال ਨਹਿਰੂ ਨੇ ਲਿਖਤੀ ਰੂਪ ਦੇ ਵਿੱਚ ਮੰਗ ਕੀਤੀ ਸੀ ਪਰ ਮੌਖਿਕ ਰੂਪ ਦੇ ਵਿੱਚ ਜੇ ਤੁਹਾਨੂੰ ਪੁੱਛ ਲਿਆ ਜਾਵੇ ਤਾਂ ਇਹ ਕੀਤੀ ਸੀ ਐਨੀ ਬੈਂਜ਼ਟ ਨੇ ਠੀਕ ਹੈ ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹਾਂਜੀ ਆਪਸ਼ਨ ਨੰਬਰ ਇਥੇ ਸੀ ਰਾਈਟ ਹੈ ਅਗਲਾ ਪ੍ਰਸ਼ਨ ਮੌਗਲ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਅੰਕਿਤ ਕੀਤੇ ਗਏ ਹਨ ਹਾਂਜੀ ਮੂਲ ਸੰਵਿਧਾਨ ਜਦੋਂ ਤੁਹਾਨੂੰ ਮੂਲ ਸੰਵਿਧਾਨ ਲਿਖਿਆ ਆ ਜੇ ਨਾ ਤਾਂ ਮੂਲ ਸੰਵਿਧਾਨ ਆ ਜਿਹੜਾ ਇਸ ਦੇ ਵਿੱਚ ਜਾਂ ਇਹਦਾ ਮਤਲਬ ਹੈ ਕਿ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਸ ਸਮੇਂ ਇਸ ਦੇ ਵਿੱਚ 7 ਮੌਲਿਕ ਅਧਿਕਾਰ ਅੰਕਿਤ ਕੀਤੇ ਗਏ ਸੀ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਕਿਹੜੇ-ਕਿਹੜੇ ਸੀਗੇ ਉਹ ਉਹ ਸੀਗੇ ਜੀ ਜ ਜੇ ਅਸੀਂ 7 ਦੀ ਗੱਲ ਕਰੀਏ ਠੀਕ ਹੈ ਤਾਂ ਸਮਾਨਤਾ ਦਾ ਅਧਿਕਾਰ ਸਵੰਤਰਤਾ ਦਾ ਅਧਿਕਾਰ ਸ਼ੋਸ਼ਣ ਵਿਰੋਧ ਅਧਿਕਾਰ ਧਾਰਮਿਕ ਸਵੰਤਰਤਾ ਦਾ ਅਧਿਕਾਰ ਸੱਭਿਆਚਾਰ ਤੇ ਵਿਦਿਆਕ ਅਧਿਕਾਰ ਸੰਵਿਧਾਨ ਉਪਚਾਰਾਂ ਦਾ ਅਧਿਕਾਰ ਤੇ ਇੱਕ ਸੀਗਾ ਰਾਈਟ ਟੂ ਸਮ ਰਾਈਟ ਟੂ ਪ੍ਰੋਪਰਟੀ ਜਾਨੀ ਕਿ ਸੰਪਤੀ ਦਾ ਅਧਿਕਾਰ ਪਰ ਐਟ ਪ੍ਰੈਜੈਂਟ ਵਰਤਮਾਨ ਸਮੇਂ ਦੇ ਵਿੱਚ ਮੌਲਿਕ ਅਧਿਕਾਰਾਂ ਦੀ ਗਿਣਤੀ ਹੈ 6 ਕਿਉਂਕਿ ਜਿਹੜਾ ਸੰਪਤੀ ਦਾ ਅਧਿਕਾਰ ਸੀਗਾ ਉਹਨੂੰ 44ਵੀਂ ਸੋਧ 1978 ਦੁਬਾਰਾ ਰਿਮੂਵ ਕਰ ਦਿੱਤਾ ਗਿਆ ਸੀਗਾ ਮੌਲਿਕ ਅਧਿਕਾਰਾਂ ਦੇ ਵਿੱਚੋਂ ਤੇ ਉਹਨੂੰ ਕਾਨੂੰਨੀ ਅਧਿਕਾਰਾਂ ਦੇ ਵਿੱਚ ਦਰਜ ਕਰ ਦਿੱਤਾ ਗਿਆ ਸੀ ਜਿਹੜੇ ਕਿ ਹੁਣ ਆਰਟੀਕਲ 300 ए ਦੇ ਵਿੱਚ ਦਰਜ ਆ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਇਹਨੂੰ ਇੱਕ ਲੀਗਲ ਰਾਈਟ ਬਣਾ ਦਿੱਤਾ ਗਿਆ ਰਾਈਟ ਟੂ ਪ੍ਰੋਪਰਟੀ ਨੂੰ ਹੁਣ ਅਗਲਾ ਪ੍ਰਸ਼ਨ ਆ ਜੀ ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਮੂਲ ਅਧਿਕਾਰਾਂ ਨੂੰ ਕਿਹਾ ਜਾਂਦਾ ਜਾਨੀ ਕਿ ਮੌਲਿਕ ਅਧਿਕਾਰਾਂ ਨੂੰ ਕਿਹਾ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਸਮਾਨਤਾ ਦਾ ਅਧਿਕਾਰ ਕਿਹੜੇ ਅਨੁਛੇਦ ਦੇ ਅਧੀਨ ਆਉਂਦਾ ਹੈ ਦੇਖੋ ਭਾਰਤੀ ਸੰਵਿਧਾਨ ਦੇ ਭਾਗ 3 ਵਿੱਚ ਮੌਲਿਕ ਅਧਿਕਾਰ ਮਿਲਦੇ ਆ ਤੇ ਭਾਗ 3 ਦੇ ਵਿੱਚ ਕਿੰਨੇ ਆਰਟੀਕਲ ਆ ਜਾਂਦੇ ਆ ਭਾਗ 3 ਦੇ ਵਿੱਚ ਐਡ ਪ੍ਰੈਜ਼ੈਂਟ 23 ਆਰਟੀਕਲ ਆ ਜਾਂਦੇ ਆ ਪਹਿਲਾਂ 24 ਸੀ ਠੀਕ ਹੈ ਤੇ ਕਿੰਨੇ ਤੋਂ ਕਿੰਨੇ ਤੱਕ ਆ 12 ਤੋਂ 35 ਤੱਕ ਆ ਠੀਕ ਹੈ ਹੁਣ ਉਹਨਾਂ ਨੇ ਪੁੱਛਿਆ ਕਿ ਸਮਾਨਤਾ ਦਾ ਅਧਿਕਾਰ ਕਿਹੜੇ ਅਨੁਛੇਦ ਦੇ ਅਧੀਨ ਆਉਂਦਾ ਹੈ ਤਾਂ ਇਹ ਆਉਂਦਾ ਜੀ ਅਨੁਛੇਦ 14 ਤੋਂ 18 ਅਨੁਸ਼ੇਦ 14 ਤੋਂ 18 ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ 19 ਤੋਂ 22 ਸਵਤੰਤਰਤਾ ਦੇ ਅਧਿਕਾਰ ਨਾਲ ਸੰਬੰਧਿਤ 23 ਤੋਂ 24 ਸ਼ੋਸ਼ਣ ਵਿਰੋਧ ਅਧਿਕਾਰ ਨਾਲ ਸੰਬੰਧਿਤ 25 ਤੋਂ 28 ਧਾਰਮਿਕ ਹਸਤੰਤਰਤਾਵਾਂ ਦੇ ਨਾਲ ਸੰਬੰਧਿਤ 29 ਤੋਂ 31 ਸੱਭਿਆਚਾਰ ਤੇ ਵਿਦਿਅਕ ਅਧਿਕਾਰਾਂ 31ਵਾਂ ਜਿਹੜਾ ਉਹ ਰਾਈਟ ਟੂ ਸੰਪਤੀ ਜਾਨੀ ਕਿ ਰਾਈਟ ਟੂ ਪ੍ਰੋਪਰਟੀ ਦਾ ਸੀ ਜਿਹਨੂੰ ਰਿਮੂਵ ਕਰ ਦਿੱਤਾ ਗਿਆ ਤੇ 32 ਤੋਂ 35 ਸੰਵਿਧਾਨਕ ਉਪਚਾਰਾਂ ਦੇ ਨਾਲ ਸੰਬੰਧਿਤ ਆ ਠੀਕ ਹੈ ਤੇ ਭਾਰਤੀ ਸੰਵਿਧਾਨ ਦੇ ਵਿੱਚ ਇਹ 6 ਤਰ੍ਹਾਂ ਦੇ ਮੌਲਿਕ ਅਧਿਕਾਰ ਆ ਜਿਹੜੇ ਤੁਸੀਂ ਯਾਦ ਰੱਖਣੇ ਆ ਅਗਲਾ ਪ੍ਰਸ਼ਨ ਸੰਵਿਧਾਨ ਦੁਆਰਾ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਸ਼ਕਤੀ ਕਿਸ ਨੂੰ ਦਿੱਤੀ ਗਈ ਸੀ ਹਾਂਜੀ ਸੰਵਿਧਾਨ ਦੁਆਰਾ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਜਿਹੜੀ ਸ਼ਕਤੀ ਆ ਇਹ ਕਿੰਨਾਂ ਨੂੰ ਦਿੱਤੀ ਗਈ ਸੀ ਇਹ ਦਿੱਤੀ ਗਈ ਸੀ ਜੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੂੰ ਠੀਕ ਹੈ অপਸ਼ਨ ਡੀ ਇਸ ਦਾ ਰਾਈਟ ਆਨਸਰ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ ਹਾਂਜੀ ਆਰਟੀਕਲ ਕਿੰਨੇ ਤੋਂ ਕਿੰਨੇ ਤੱਕ ਆ ਜਿਹੜੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਆ ਤੈਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ 12 ਤੋਂ 35 ਤੱਕ ਟੋਟਲ 23 ਮੌਲਿਕ ਅਧਿਕਾਰ ਨੇ 24 ਵੀ ਮੈ ਰਿਮੂਵ ਕੀਤਾ ਗਿਆ ਹੋਇਆ ਵਿੱਚੋਂ ਇੱਕ ਠੀਕ ਹੈ ਵੈਸੇ ਪਹਿਲਾਂ 24 ਸੀ ਤੇ ਨਾਗਰਿਕਾਂ ਨੂੰ ਜਿਹੜੇ ਮੌਲਿਕ ਅਧਿਕਾਰ ਆ ਉਹ ਪ੍ਰਦਾਨ ਕੀਤੇ ਗਏ 12 ਤੋਂ 35 ਤੱਕ ਅਨੁਛੇਦ ਦੇ ਵਿੱਚ ਭਾਗ 3 ਦੇ ਵਿੱਚ ਆਰਟੀਕਲ 12 ਤੋਂ 35 ਤੱਕ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਹੋਇਆ ਹੈ ਅਗਲਾ ਪ੍ਰਸ਼ਨ ਸੰਵਿਧਾਨ ਦੇ ਕਿਹੜੇ ਅਨੁਛੇਦ ਦੁਆਰਾ ਕਾਨੂੰਨ ਦੇ ਸਾਹਮਣੇ ਸਮਾਨਤਾ ਪ੍ਰਦਾਨ ਕੀਤੀ ਗਈ ਹੈ ਹਾਂਜੀ ਸੰਵਿਧਾਨ ਦੇ ਆਰਟੀਕਲ 14 ਦੇ ਵਿੱਚ ਕਾਨੂੰਨ ਦੇ ਸਾਹਮਣੇ ਜਿਹੜੀ ਸਮਾਨਤਾਵਾ ਉਪਰਦਾਨ ਕੀਤੀ ਗਈ ਆ অপਸ਼ਨ A ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਲੋਕਤੰਤਰ ਰਾਜ ਦੀ ਬੁਨਿਆਦ ਕਿਹੜਾ ਅਧਿਕਾਰ ਹੈ ਹਾਂਜੀ ਲੋਕਤੰਤਰ ਰਾਜ ਦੀ ਬੁਨਿਆਦ ਕਿਹੜਾ ਅਧਿਕਾਰ ਆ ਜਾਂਦਾ ਸਮਾਨਤਾ ਦਾ ਅਧਿਕਾਰ অপਸ਼ਨ B ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਮੌਲਿਕ ਅਧਿਕਾਰ ਕੀ ਹਨ ਹਾਂਜੀ ਮੌਲਿਕ ਅਧਿਕਾਰ ਕੀ ਹਨ ਮੌਲਿਕ ਅਧਿਕਾਰ ਆ ਜੋ ਉਹ ਨਿਆਜ਼ ਹੋਗਾ অপশন বি ইজ দা রাইট অ্যানসার অর্থাৎ ਜਿਹਦੇ ਵਿੱਚ ਕੀ ਆ ਜਾਂਦਾ ਵਾ ਨਿਆਂ ਮਿਲਦਾ ਵਾ ਨਿਆਂ ਯੋਗ ਠੀਕ ਹੈ ਜੀ ਅਗਲਾ ਪ੍ਰਸ਼ਨ ਆ ਭਾਰਤੀ ਸੰਵਿਧਾਨ ਵਿੱਚ ਸੁਤੰਤਰਤਾ ਦਾ ਅਧਿਕਾਰ ਕਿਹੜੇ ਅਨੁਛੇਦ ਵਿੱਚ ਅੰਕਿਤ ਕੀਤਾ ਗਿਆ ਹੈ ਹਾਂਜੀ ਭਾਰਤੀ ਸੰਵਿਧਾਨ ਦੇ ਵਿੱਚ ਸੁਤੰਤਰਤਾ ਦਾ ਅਧਿਕਾਰ ਕਿਹੜੇ ਅਨੁਛੇਦ ਦੇ ਵਿੱਚ ਅੰਕਿਤ ਕੀਤਾ ਗਿਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ 14 ਤੋਂ 18 ਸਮਾਨਤਾ ਦਾ ਅਧਿਕਾਰ ਆ ਠੀਕ ਹੈ 19 ਤੋਂ 22 ਸੁਤੰਤਰਤਾ ਦਾ ਅਧਿਕਾਰ ਹੈ ਤਾਂ ਆਪਸ਼ਨ ਇਥੇ ਬੀ ਰਾਈਟ ਆਨਸਰ ਹੈ 19 ਤੋਂ 22 19 ਤੋਂ 22 ਦੀ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਕੀ ਕੀ ਆ ਜਾਂਦਾ ਇਹਦੇ ਵਿੱਚ ਛੇ ਤਰ੍ਹਾਂ ਦੇ ਵਰਣਨ ਆ ਜਾਂਦੇ ਆ ਬੋਲਣ ਦੀ ਸੁਤੰਤਰਤਾ ਮੰਗ ਬਣਾਉਣ ਦੀ ਸੁਤੰਤਰਤਾ ਬਿਨਾਂ ਧਿਆਨ ਤੋਂ ਇਕੱਠੇ ਹੋ ਕੇ ਸੁਮੇਲਨ ਕਰਨ ਦੀ ਸੁਤੰਤਰਤਾ ਭਾਰਤ ਵਿੱਚ ਕਿਤੇ ਵੀ ਘੁੰਮਣ ਦੀ ਸੁਤੰਤਰਤਾ ਰਹਿਣ ਦੀ ਸੁਤੰਤਰਤਾ ਵਪਾਰ ਕਰਨ ਦੀ ਸੁਤੰਤਰਤਾ ਅਗਲਾ ਪ੍ਰਸ਼ਨ ਸਵਿਧਾਨ ਦੀ ਧਾਰਾ ਅਨੁਸਾਰ ਸਦੀਆਂ ਤੋਂ ਚੱਲੀ ਆ ਰਹੀ ਸਮਾਜਿਕ ਬਿਮਾਰੀ ਨੂੰ ਖਤਮ ਕੀਤਾ ਗਿਆ ਹਾਂਜੀ ਕਿਹੜੇ ਅਨੁਸ਼ੇਦ ਦੇ ਅਕੋਰਡਿੰਗ ਸਦੀਆਂ ਤੋਂ ਚੱਲੀ ਆ ਰਹੀ ਬਿਮਾਰੀ ਨੂੰ ਖਤਮ ਕੀਤਾ ਗਿਆ ਸੀ ਸਮਾਜਿਕ ਬਿਮਾਰੀ ਨੂੰ ਅਨੁਸ਼ੇਦ 17 ਦੇ ਅਕੋਰਡਿੰਗ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਕਿਆ ਸਮਾਨਤਾ ਦਾ ਅਧਿਕਾਰ ਠੀਕ ਹੈ ਅਗਲਾ ਪ੍ਰਸ਼ਨ ਸੂਤਸਾਤ ਵਿਰੋਧ ਰੋਕ ਕਾਨੂੰਨ ਕਦੋਂ ਬਣਾਇਆ ਗਿਆ ਸੀ ਹਾਂਜੀ ਸ਼ੂਤ ਸ਼ਾਂਤ ਵਿਰੋਧ ਜਿਹੜਾ ਕਾਨੂੰਨ ਆ ਉਹ ਬਣਾਇਆ ਗਿਆ ਸੀ 1955 ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ 1955 ਦੇ ਵਿੱਚ ਬਣਾਇਆ ਗਿਆ ਸੀ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ 1955 ਦੀ ਜੇ ਆਪਾਂ ਹਾਂਜੀ ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੀ ਰੋਜ਼ਗਾਰ ਜਾਂ ਪਦਵੀ ਦੀ ਨਿਯੁਕਤੀ ਲਈ ਸਮਾਨਤਾ ਪ੍ਰਦਾਨ ਕੀਤੀ ਜਾਵੇਗੀ ਰੋਜ਼ਗਾਰ ਜਾਂ ਪਦਵੀ ਦੀ ਅਨੁਯੁਕਤੀ ਦੇ ਲਈ ਜਿਹੜੀ ਸਮਾਨਤਾ ਵਾ ਉਹ ਅਨੁਸ਼ੇਦ 16 ਦੇ ਅਕੋਰਡਿੰਗ ਪ੍ਰਦਾਨ ਕੀਤੀ ਜਾਵੇਗੀ অপਸ਼ਨ ਸੀ ਇਜ਼ ਦਾ রাইਟ ਆਨਸਰ ਅਨੁਸ਼ੇਦ 14 ਅਨੁਸ਼ੇਦ 16 ਅਨੁਸ਼ੇਦ 16 4 ਦੇ ਵਿੱਚ ਐਸਸੀ ਅਤੇ ਐਸਟੀ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਹੈ ਠੀਕ ਹੈ ਰੋਜ਼ਗਾਰ ਜਾਂ ਪਦਵੀ ਦੀ ਨਿਯੁਕਤੀ ਦੇ ਲਈ ਜਿਹੜਾ ਸਮਾਨਤਾਵਾ ਉਹ ਅਨੁਸ਼ੇਦ 16 ਦੇ ਵਿੱਚ ਪ੍ਰਦਾਨ ਕੀਤੀ ਗਈ ਹੈ ਅਗਲਾ ਪ੍ਰਸ਼ਨ ਹੈ ਸੰਵਿਧਾਨ ਦੇ ਅਨੁਸ਼ੇਦ 18 ਦੇ ਕਿਸ ਚੀਜ਼ ਨੂੰ ਖਤਮ ਕਰ ਦਿੱਤਾ ਗਿਆ ਹਾਂਜੀ ਅਨੁਸ਼ੇਦ 18 ਦੇ ਅਧੀਨ ਉਪਾਦੀਆਂ ਨੂੰ ਖਤਮ ਕੀਤਾ ਗਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਲੋਕਤੰਤਰ ਦੇ ਪ੍ਰਾਣ ਅਤੇ ਰੂਹ ਕਿਸ ਅਧਿਕਾਰ ਨੂੰ ਕਿਹਾ ਜਾਂਦਾ ਹੈ ਹਾਂਜੀ ਲੋਕਤੰਤਰ ਦੇ ਪ੍ਰਾਣ ਅਤੇ ਰੂਹ ਸਵਤੰਤਰਤਾ ਦੇ ਅਧਿਕਾਰ ਨੂੰ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਪ੍ਰੈਸ ਦੀ ਸੁਤੰਤਰਤਾ ਨਾਲ ਸੰਬੰਧਿਤ ਹੈ ਵੈਰੀ ਇੰਪੋਰਟੈਂਟ ਹਾਂਜੀ ਆਰਟੀਕਲ 19 ਪ੍ਰੈਸ ਦੀ ਸੁਤੰਤਰਤਾ ਨਾਲ ਸੰਬੰਧਿਤ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਸੁਪਰੀਮ ਕੋਰਟ ਦੁਆਰਾ ਨਾਗਰੀਕਾਂ ਦੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਕਦੋਂ ਮੰਨਿਆ ਗਿਆ ਹਾਂਜੀ ਸੁਪਰੀਮ ਕੋਰਟ ਦੁਆਰਾ ਨਾਗਰੀਕਾਂ ਦੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ 23 ਜਨਵਰੀ 2004 ਦੇ ਵਿੱਚ ਮੰਨਿਆ ਗਿਆ ਤੇ ਇਸ ਨੂੰ ਅਨੁਸ਼ੇਦ 19 ਦੇ ਵਿੱਚ ਦਾ ਐਡ ਕੀਤਾ ਗਿਆ ਤੇ ਅਨੁਸ਼ੇਦ 19 ਇੱਕ ਬਣਾ ਦਿੱਤਾ ਗਿਆ ਜਾਂ ਏ ਬਣਾ ਦਿੱਤਾ ਗਿਆ ਠੀਕ ਹੈ ਤਾਂ ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਜੀ ਏ ਅਗਲਾ ਪ੍ਰਸ਼ਨ ਹੈ ਨਾ ਵਿਅਕਤੀ ਦੇ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਨਾਲ ਕਿਹੜਾ ਅਨੁਸ਼ੇਦ ਸਬੰਧਿਤ ਹੈ ਹਾਂਜੀ ਵਿਅਕਤੀ ਦੇ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਨਾਲ ਸਬੰਧਿਤ ਆਰਟੀਕਲ ਆ ਆਰਟੀਕਲ 21 ਤੇ ਜਦੋਂ ਵੀ ਐਮਰਜੈਂਸੀ ਦੀ ਘੋਸ਼ਣਾ ਹੁੰਦੀ ਆ ਸਭ ਤੋਂ ਪਹਿਲਾਂ ਆਰਟੀਕਲ 19 ਰੱਦ ਕੀਤਾ ਜਾਂਦਾ ਪਰ ਜਦੋਂ ਵੀ ਐਮਰਜੈਂਸੀ ਦੀ ਘੋਸ਼ਣਾ ਹੁੰਦੀ ਆ ਆਰਟੀਕਲ 20 ਤੇ 21 ਕਦੇ ਵੀ ਖਤਮ ਨਹੀਂ ਹੁੰਦੇਗੇ ਠੀਕ ਹੈ ਅਗਲਾ ਪ੍ਰਸ਼ਨ ਭਾਰਤ ਦੇ ਉਪਰਾਸ਼ਟ ਭਾਰਤ ਦੇ ਉਪਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਹਾਂਜੀ ਉਪਰਾਸ਼ਟਰਪਤੀ ਕਿੰਨੇ ਸਮੇਂ ਲਈ ਆਪਣੇ ਅਹੁਦੇ ਤੇ ਰਹਿ ਸਕਦਾ ਦਾ ਰਾਈਟ ਆਨਸਰ ਹੈ ਜੇ ਆਪਸ਼ਨ ਨੰਬਰ ਬੀ 5 ਸਾਲ ਲਈ ਅਗਲਾ ਪ੍ਰਸ਼ਨ ਹੁਣ ਸਾਡਾ ਮੈਥ ਦਾ ਪੋਰਸ਼ਨ ਸ਼ੁਰੂ ਹੋ ਚੁੱਕਿਆ ਹੈ ਹਾਂਜੀ ਅੱਗੇ ਸਾਡਾ ਮੈਥ ਦਾ ਜੋ ਪੋਰਸ਼ਨ ਹੈ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਏ ਇੱਕ ਕੰਮ ਨੂੰ 30 ਦਿਨਾਂ ਵਿੱਚ ਬੀ ਉਸੇ ਕੰਮ ਨੂੰ 45 ਦਿਨ ਵਿੱਚ ਕਰ ਸਕਦਾ ਹੈ ਠੀਕ ਹੈ ਜੇ ਉਹ ਮਿਲ ਕੇ ਇਸ ਕੰਮ ਨੂੰ ਕਰਨ ਤਾਂ ਕਿੰਨੇ ਦਿਨਾਂ ਵਿੱਚ ਕੰਮ ਪੂਰਾ ਹੋ ਜਾਵੇਗਾ ਦੇਖੋ ਜਦੋਂ ਅਲੱਗ-ਅਲੱਗ ਕਰਦੇ ਆ ਤਾਂ ਇੱਕ ਕੰਮ ਨੂੰ 30 ਦਿਨਾਂ 'ਚ ਕਰਦਾ B ਉਸੇ ਕੰਮ ਨੂੰ 45 ਦਿਨਾਂ 'ਚ ਕਰਦਾ ਪਰ ਜਦੋਂ ਅਸੀਂ ਇਕੱਠੇ ਹੋ ਜਾਂਦੇ ਆ ਟੀਮਵਰਕ ਕਰਦੇ ਆ ਤਾਂ ਜ਼ਲਦੀ ਖਤਮ ਹੋ ਜਾਂਦਾ ਤੇ ਦੋਵੇਂ ਜਦੋਂ ਇਕੱਠੇ ਹੋਣਗੇ ਤਾਂ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਿੰਨੇ ਦਿਨਾਂ ਦੇ ਵਿੱਚ ਆਪਣਾ ਕੰਮ ਖਤਮ ਕਰਨਗੇ ਤਾਂ ਇਹਨਾਂ ਨੂੰ ਅਸੀਂ ਕਰਦੇ ਆ ਟਰੈਡੀਸ਼ਨਲ ਮੈਥਡ ਦੇ ਨਾਲ ਤੁਸੀਂ ਵੀ ਮੇਰੇ ਨਾਲ ਸੋਲਵ ਕਰੋ ਤੇ ਆਪਸ਼ਨ ਆਪ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਨਸਰ ਕਮੈਂਟ ਬਾਕਸ ਦੇ ਵਿੱਚ ਦੱਸੋ ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ ਇਹ ਇੱਕ ਕੰਮ ਨੂੰ 30 ਦਿਨਾਂ ਵਿੱਚ ਕਰਦਾ ਤਾਂ A ਦਾ ਇੱਕ ਦਿਨ ਦਾ ਕੰਮ ਹੋ ਗਿਆ 1/30 ਠੀਕ ਹੈ B ਇੱਕ ਕੰਮ ਨੂੰ 45 ਦਿਨਾਂ ਵਿੱਚ ਕਰਦਾ ਤਾਂ B ਦਾ ਇੱਕ ਦਿਨ ਦਾ ਕੰਮ ਹੋ ਗਿਆ 1/45 ਇਹਨਾਂ ਨੂੰ ਤੁਸੀਂ ਕਰਨਾ ਹੈ ਐਡ ਕਿਉਂਕਿ ਅਸੀਂ ਮਿਲ ਕੇ ਇਕੱਠੇ ਹੋ ਕੇ ਜਦੋਂ ਇਕੱਠੇ ਹੋਵਾਂਗੇ ਜੁੜਾਂਗੇ ਤਾਂ ਜੋੜ ਕਰਾਂਗੇ ਠੀਕ ਹੈ ਤਾਂ ਜੋੜ ਕਰਨ ਦੇ ਲਈ 30 ਤੇ 45 ਦੋਵੇਂ ਸੇਮ ਨੰਬਰ ਨਹੀਂ ਗਏ ਵਟਿਆਂ 'ਚ ਪਈ ਆ ਨਾ ਵਟਿਆਂ 'ਚ ਅਸੀਂ ਫੇਰ ਹੀ ਜੋੜ ਕਰ ਸਕਦੇ ਆ ਜੇ ਵਾਲੇ ਨੰਬਰ ਸੇਮ ਹੋਣ ਤਾਂ ਇਹ ਸੇਮ ਕਰਨ ਦੇ ਲਈ ਤੁਸੀਂ ਵੱਡਾ ਨੰਬਰ ਦੇਖੋ ਕਿਹੜਾ 45 ਆ ਤਾਂ 45 ਦੇ 45 ਦਾ ਭਾੜਾ ਪੜੋ 45 1 45 45 2 90 30 ਦੇ ਭਾੜੇ 'ਚ 45 ਨਹੀਂ ਆਉਂਦਾ ਪਰ 30 ਦੇ ਭਾੜੇ 'ਚ 90 ਤਾਂ ਆਉਂਦਾ ਨਾ ਤੁਸੀਂ ਵੱਡੇ ਨੰਬਰ ਦੇ ਵਿੱਚ ਭਾੜੇ ਵਿੱਚੋਂ ਨੰਬਰ ਲੈਣਾ ਜਿਹੜਾ 30 ਦੇ ਵਿੱਚ ਵੀ ਆਉਂਦਾ ਹੋਵੇ ਤੋਂ ਹੁੰਦਾ ਵਾ ਜੀ 90 ਹੁਣ ਮੈਂ ਇੱਥੇ 90 ਬਣਾਉਣਾ ਵਾ ਇੱਥੇ 90 ਬਣਾਉਣ ਲਈ ਮੈਂ 3 ਨਾਲ ਗੁਣਾ ਕਰੂੰਗੀ ਨਾ ਜੇ 3 ਨਾਲ ਇਹਦੇ ਨਾਲ ਕਰੂੰਗੀ 3 ਨਾਲ ਉੱਪਰ ਵੀ ਕਰੂੰਗੀ ਕਿਉਂਕਿ 3 ਨਾਲ 3 ਕੈਂਸਲ ਰਹਿ ਤਾਂ ਉਹੀ ਜਾਣਾ ਤੇ ਤਾਂ ਇੱਥੇ ਮੈਂ ਲਿਖਤਾ 3 ਕਿਉਂਕਿ 3 1 3 ਆ 3 ਆ ਠੀਕ ਹੈ ਸੇਮ ਇਸੇ ਤਰ੍ਹਾਂ ਇੱਥੇ 90 ਬਣਾਉਣ ਲਈ 2 ਨਾਲ ਗੁਣਾ ਕਰੂੰਗੀ ਉੱਪਰ ਵੀ ਤੇ ਹੇਠਾਂ ਵੀ ਤਾਂ ਇੱਥੇ 90 ਬਣਾਉਣ ਲਈ ਜਦੋਂ ਮੈਂ ਕੀਤੀ 2 ਨਾਲ ਗੁਣਾ ਇਹ ਬਣ ਗਿਆ ਜੀ ਹੁਣ ਆਪਾਂ ਆਸਾਨੀ ਦੇ ਨਾਲ ਜੋੜ ਸਕਦੇ ਹਾਂ ਨਾ ਡਿਨੋਮੀਨੇਟਰ ਸੇਮ ਹੋ ਗਿਆ ਇੱਥੇ ਵੀ 90 ਆ ਤੇ ਇੱਥੇ ਵੀ 90 ਆ ਤਾਂ ਇਹ ਹੋ ਗਿਆ 5 90 5 90 ਜਦੋਂ ਅਸੀਂ ਕਰਾਈਤਾ ਤਾਂ 5 90 ਤੁਸੀਂ ਦੇਖੋ ਤੁਸੀਂ ਦੇਖ ਸਕਦੇ ਹੋ 5 5 ਦੇ ਭਾੜੇ ਦੇ ਵਿੱਚ ਜੇ ਆਪਾਂ 5 ਤੇ 90 ਕੱਟੀਏ ਤਾਂ 18 ਉਹ 5a 90 ਹੁੰਦਾ ਵਾ ਠੀਕ ਹੈ 18 ਉਹ 5a 90 ਹੁੰਦਾ ਤਾਂ 1/18 ਇੱਥੇ ਬਣ ਗਿਆ ਇਹਨਾਂ ਦਾ 1 ਦਿਨ ਦਾ ਕੰਮ a ਤੇ b ਨੇ ਜਦੋਂ ਮਿਲ ਕੇ ਕੰਮ ਕੀਤਾ ਤਾਂ 1 ਦਿਨ ਦਾ ਕੰਮ ਬਣ ਗਿਆ ਜੀ 1/18 ਪਰ ਅਸੀਂ ਕੀ ਗੜਨਾ ਕਿ ਕਿੰਨੇ ਦਿਨਾਂ ਵਿੱਚ ਕੰਮ ਕੀਤਾ ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਇੱਥੇ ਅਸੀਂ ਆਪੋਜ਼ਿਟ ਲੈ ਲਈ ਸੀ ਬਟਿਆਂ ਚ ਤਾਂ ਇਹਦਾ ਜਦੋਂ ਬਟਾ ਖਤਮ ਕਰੋਗੇ ਤਾਂ 18 ਹੀ ਰਹਿ ਜਾਣਾ ਮਤਲਬ ਦੋਵੇਂ ਮਿਲ ਕੇ 18 ਦਿਨਾਂ ਦੇ ਵਿੱਚ ਕੰਮ ਕਰਨਗੇ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਂਜੀ ਅਗਲਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ RAM RAMESH SURESH ਅਤੇ SHYAM ਦੀ ਉਮਰ ਦਾ ਅਨੁਪਾਤ 2 7 8 12 ਦਿੱਤਾ ਹੋਇਆ ਜਦੋਂ ਵੀ ਤੁਹਾਨੂੰ ਰੇਸ਼ਿਓ ਆਜੇ ਨਾ ਜੋ ਪਹਿਲੇ ਨੰਬਰ ਤੇ ਦਿੱਤਾ ਇਹਦਾ ਮਤਲਬ ਉਹਦੇ ਕਾਰਸਪੋਂਡਿੰਗ ਉਹੀ ਨੰਬਰ ਲੈਣਾ ਤਾਂ ਇੱਥੇ ਮੰਨ ਲਓ ਕਿ RAM ਦੀ ਜਿਹੜੀ ਉਮਰ ਆ ਉਹ ਹੈਗੀ ਆ 2x ਰਮੇਸ਼ ਦੀ ਉਮਰ 7x ਸਾ ਕਿਉਂਕਿ ਰਮੇਸ਼ ਦੂਜੇ ਨੰਬਰ ਤੇ ਪਿਆ ਦੂਜਾ ਨੰਬਰ ਲੈ ਲਓ ਸੁਰੇਸ਼ ਦੀ ਉਮਰ 8x ਸਾ ਠੀਕ ਹੈ ਤੇ ਸਿਆਮ ਦੀ ਉਮਰ 12x ਹੁਣ ਉਹਨੇ ਬੋਲਿਆ 2 ਸਾਲ ਪਹਿਲਾਂ RAM ਅਤੇ RAMESH ਦੀ ਉਮਰਾਂ ਦਾ ਜੋੜ 2 ਸਾਲ ਪਹਿਲਾਂ ਹੁਣ 2 ਸਾਲ ਪਹਿਲਾਂ ਦੀ ਗੱਲ ਹੋ ਗਈ ਜਦੋਂ ਅਸੀਂ ਪਹਿਲਾਂ ਦੀ ਗੱਲ ਕਰਦੇ ਆ ਤਾਂ ਸਾਡੀ ਉਮਰ ਮੰਨ ਕੇ ਚੱਲੋ ਅੱਜ 21 ਸਾਲ ਆ ਤਾਂ 2 ਸਾਲ ਪਹਿਲਾਂ ਕਿੰਨੀ ਸੀ ਤਾਂ 2 ਸਾਲ ਪਹਿਲਾਂ ਤੁਸੀਂ ਘਟਾ ਕੇ ਦੇਖੋਗੇ ਨਾ ਕਿੰਨੀ ਸੀਗੀ 2 ਸਾਲ ਪਹਿਲਾਂ 19 ਸਾਲ ਹੋਊਗੀ ਤਾਂ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ 2 ਸਾਲ ਪਹਿਲਾਂ RAM ਦੀ ਉਮਰ ਸੀ 2x 2 ਠੀਕ ਹੈ ਇਹ ਹੈ RAM ਦੀ ਉਮਰ ਤੇ ਸ਼ਾਮ ਦੀ ਉਮਰ ਰਮੇਸ਼ ਦੀ ਉਮਰ ਸੀਗੀ ਕਿਉਂਕਿ ਰਮੇਸ਼ ਦੀ ਉਮਰ ਹੀ ਦੱਸਿਆ ਨਾ RAM ਤੇ ਰਮੇਸ਼ ਦੀ ਤਾਂ ਰਮੇਸ਼ ਦੀ ਉਮਰ ਕਿੰਨੀ ਸੀ 7x 2 2 ਸਾਲ ਪਹਿਲਾਂ ਦੀ ਗੱਲ ਹੋਈ ਹੈ ਨਾ ਇਸ ਕਰਕੇ ਮੈਂ -2 ਕਰਤਾ ਤੇ ਉਹਨੇ ਦੱਸਿਆ ਕਿ ਦੋਨਾਂ ਦੀ ਉਮਰ ਦਾ ਜੋੜ 50 ਬਣਦਾ ਇਸ ਕਰਕੇ ਮੈਂ ਜੋੜ 50 ਲੈ ਲਿਆ ਹੁਣ 7x ਤੇ 2x ਦਾ ਜੋੜ ਕੀਤਾ ਇਹ ਬਣ ਗਿਆ 9x ਠੀਕ ਹੈ ਦੇ 2 ਦੇ 2 ਹੁੰਦਾ ਤੇ ਇਹ ਬਣ ਗਿਆ -4 बराबर आ गया जी पन, ए बराबर كده आ गया 50 ਦੇ ਠੀਕ ਹੈ ਹੁਣ ਦੇਖੋ ਇਹਦੇ ਵਿੱਚੋਂ x ਜਦੋਂ ਮੈਂ ਇਹ ਚਾਰ ਜਿਹੜਾ ਇੱਧਰ ਕੀ ਹੋ ਰਿਹਾ ਵਾ ਮਾਈਨਸ ਹੋ ਰਿਹਾ ਇਹ ਚਾਰ ਠੀਕ ਹੈ ਤਾਂ ਦੂਜੇ ਪਾਸੇ ਜਾ ਕੇ ਕੀ ਹੋਊਗਾ ਦੂਜੇ ਪਾਸੇ ਜਾ ਕੇ ਪਲੱਸ ਹੋਊਗਾ ਜਦੋਂ ਇਹ ਚਾਰ ਇੱਧਰ ਮਾਈਨਸ ਹੋ ਰਿਹਾ ਤਾਂ ਦੂਜੇ ਪਾਸੇ ਜਾ ਕੇ ਇਹਨੇ ਕੀ ਹੋ ਜਾਣਾ ਪਲੱਸ ਇੱਥੇ ਬਣ ਗਿਆ 54 ਠੀਕ ਹੈ ਜੀ ਕਿਉਂਕਿ 50 4 ਕੀ ਹੋ ਗਿਆ 54 ਹੀ ਹੋ ਜਾਣਾ ਤਾਂ ਹੁਣ ਇੱਥੋਂ ਤੁਸੀਂ ਇਹਨੂੰ ਆਪ ਅੰਦਾਜ਼ਾ ਲਗਾ ਸਕਦੇ ਹੋ ਤਾਂ 9x 54 9 ਇੱਧਰ ਕੀ ਹੋ ਰਿਹਾ ਮਲਟੀਪਲਾਈ ਉਧਰ ਜਾ ਕੇ ਕੀ ਹੋਊਗਾ ਡਿਵਾਈਡ ਹੀ ਹੋਊਗਾ ਨਾ 9 ਤਾਂ 9 ਇੱਕਮ 9 6 ਨਾਮ 54 ਠੀਕ ਹੈ x ਕਿੰਨਾ ਆ ਗਿਆ ਮੇਰੇ ਕੋਲੇ 6 ਆ ਜਾਣਾ x ਕਿੰਨਾ ਆ ਜਾਣਾ ਇਹਦੇ ਤੋਂ 6 ਆ ਜਾਣਾ ਮ ਜਦੋਂ ਮੈਂ RAM ਦੀ ਉਮਰ ਪਤਾ ਕਰਨੀ ਆ ਤਾਂ ਇੱਥੇ ਮੈਂ 2 x ਭਰ ਦੂੰਗੀ ਜਾਨੀ ਕਿ 6 ਤਾਂ ਇਹ ਕਿੰਨਾ ਬਣ ਗਿਆ ਜਦੋਂ ਮੈਂ 2 x ਭਰੇ ਆ ਤਾਂ ਇਹ ਮੇਰੇ ਕੋਲੇ ਬਣਿਆ ਜੀ 2 x ਭਰਨ ਤੋਂ ਬਾਅਦ ਤੁਸੀਂ ਆਪ ਦੇਖ ਸਕਦੇ ਹੋ 2 x ਕਰੂੰਗੀ ਜਾਨੀ ਕਿ 2 6 ਕਰੂੰਗੀ 6 ਦੁਣੀ ਹੁੰਦੇ ਆ 12 ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਇਹਦੀ ਤਾਂ ਆ ਗਈ 6 ਸਾਲ ਅਸੀਂ ਤਾਂ ਰਮੇਸ਼ ਦੀ ਪਤਾ ਕਰਨੀ ਆ ਨਾ ਰਮੇਸ਼ ਉਹ ਸਾਨੂੰ 2:7 20 ਲਿਖ ਕੇ ਦੇ ਸਕਦਾ ਸੀਗਾ ਪਰ ਅਸੀਂ ਕਿਉਂ ਕਿਉਂ ਨਹੀਂ ਬਸ ਸਾਨੂੰ ਪਜ਼ਲ ਕਰਨ ਦੇ ਲਈ ਇੰਨਾ ਵੱਡਾ ਸੰ ਬਣਾਇਆ ਵਾ ਤੇ ਅਸੀਂ ਰਮੇਸ਼ ਦੀ ਉਮਰ ਪਤਾ ਕਰਨੀ ਆ ਜਿਹੜੀ x ਦਾ ਮੇਰੇ ਕੋਲੇ ਕਿੰਨੀ ਆਈ ਹੈ 6 ਆਈ ਹੈ 7 6 42 ਹੁੰਦਾ ਠੀਕ ਹੈ ਜੈਨਕਿ ਇਹਦੇ ਵਿੱਚ ਜਿਹੜੀ ਰਮੇਸ਼ ਦੀ ਵਰਤਮਾਨ ਸਮੇਂ ਦੀ ਉਮਰ ਆ ਉਹ ਹੈਗੀ ਆ 42 ਸਾਲ অপਸ਼ਨ A ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਆ ਇੱਕ ਨਿਵੇਸ਼ ਕੀਤਾ 4% ਸਲਾਣਾਸਧਾਰਨ ਵਿਆਜ ਤੇ 3 ਸਾਲਾਂ ਬਾਅਦ ਵਿਆਜ ਦੇ ਰੂਪ ਵਿੱਚ 1920 ਰੁਪਏ ਕਮਾਉਂਦੀ ਹੈ ਹਾਂਜੀ ਕੋਈ ਰਕਮ ਜਿਹਦੇ ਤੇ ਵਿਆਜ 1920 ਰੁਪਏ ਬਣ ਜਾਂਦਾ ਵਾ ਠੀਕ ਹੈ ਹੁਣ ਵਿਆਜ ਦਾ ਫਾਰਮੂਲਾ ਮੈਂ ਤੁਹਾਨੂੰ ਲਿਖਾਇਆ ਹੋਇਆ ਵਿਆਜ ਨੂੰ ਇੰਟਰਸਟ ਬੋਲਦੇ ਆ ਨਾ ਪ੍ਰਿੰਸੀਪਲ ਜਾਨੀ ਕਿ ਮੂਲ ਤਨ ਗੁਣਾ ਦਰ ਦਰ ਹਮੇਸ਼ਾ ਪ੍ਰਤੀਸ਼ਤ ਹੁੰਦੀ ਆ ਗੁਣਾ ਟਾਈਮ 100 ਠੀਕ ਹੈ ਹੁਣ ਇੱਥੇ ਇੰਟਰਸਟ ਕਿੰਨਾ ਲੱਗਿਆ ਵਾ ਵਿਆਜ ਉਹਨੂੰ ਮਿਲਿਆ ਵਾ 1920 ਕਿਸੇ ਰਕਮ ਤੇ ਮਿਲਿਆ ਰਕਮ ਨਹੀਂ ਪਤਿਆ ਪਤਾ ਉਹਨੂੰ ਉਦਾਂ ਹੀ ਰੱਖ ਲਓ ਇੰਟਰੇਟ ਰੇਟ ਤਾਂ ਪਤਾ ਹੈ ਨਾ ਰੇਟ ਹਮੇਸ਼ਾ ਹੀ ਪਰਸੈਂਟੇਜ ਦੇ ਵਿੱਚ ਹੁੰਦਾ ਟਾਈਮ ਵੀ ਪਤਾ 3 ਸਾਲਾਂ ਦਾ ਵਾ ਤੇ ਬਟਾ ਵੀ 100 ਪਤਾ ਨਿਵੇਸ਼ ਕੀਤੀ ਰਕਮ ਲੱਭਣੀ ਆ ਜਾਨੀ ਕਿ ਜਿਹੜੀ ਰਕਮ ਮੂਲ ਉਹਨੇ ਉਧਾਰ ਲਈ ਸੀ ਉਹ ਅਸੀਂ ਲੱਭਣੀ ਆ ਕਿ ਕਿੰਨੀ ਰਕਮ ਤੇ 1920 ਰੁਪਏ ਵਿਆਜ ਬਣਿਆ ਹੁਣ ਦੇਖੋ ਇੱਕ ਚੌਕਾ ਚੌਕਾ 25 ਚੌਕਾ 100 ਇਹ 25 ਇਧਰ ਡਿਵਾਈਡ ਹੋ ਰਿਹਾ ਤੇ ਇਸ ਸਾਈਡ ਆ ਕੇ ਕੀ ਹੋਊਗਾ ਗੁਣਾ ਹੋਊਗਾ ਠੀਕ ਹੈ ਜੀ ਗੁਣਾ ਹੀ ਹੋਊਗਾ ਨਾ ਤੇ ਇਹ 3 ਪੀ ਦੇ ਨਾਲ ਗੁਣਾ ਹੋ ਰਿਹਾ ਵਾ ਤਾਂ ਇਧਰ ਜਾ ਕੇ ਕੀ ਹੋਊਗਾ ਭਾਗ ਹੋਊਗਾ ਜਦੋਂ ਮੈਂ 3 ਤੇ ਕੱਟੂਗੀ ਤਾਂ ਇਹ ਬਣ ਗਿਆ 6 3 18 4 3 12 ਨਾਲ 0 ਠੀਕ ਹੈ ਜਾਨੀ ਕਿ 640 25 ਸੌਰੀ 640 25 ਜਦੋਂ ਤੁਸੀਂ 640 ਨੂੰ 25 ਨਾਲ ਗੁਣਾ ਕਰੋਗੇ 5 ਚੋਕਾ 20 ਠੀਕ ਹੈ ਇਹ ਇਹ ਤੁਹਾਡੇ ਕੋਲ ਬਣ ਜਾਣਾ ਜੀ 16000 অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਕਿ ਉਹ ਰਕਮ 16000 ਸੀ ਜਿਹਦੇ ਤੇ ਵਿਆਜ 1920 ਰੁਪਏ ਬਣਿਆ ਕਲੀਅਰ ਅਗਲਾ ਪ੍ਰਸ਼ਨ ਆ ਜੀ ਹੇਠਾਂ ਦਿੱਤੇ ਰੇਖਾ ਗ੍ਰਾਫ ਵਿੱਚ ਇੱਕ ਹਸਪਤਾਲ ਦੇ ਵਿੱਚ ਸਾਲ 2008 ਤੋਂ ਲੈ ਕੇ 2014 ਵਿੱਚ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਦੱਸੀ ਗਈ ਹੈ ਇਸ ਗ੍ਰਾਫ ਦੇ ਵਿੱਚ ਰੇਖਾ ਗ੍ਰਾਫ ਦਾ ਤੁਸੀਂ ਅਧਿਐਨ ਕਰਨਾ ਤੇ ਦਿੱਤੇ ਗਏ ਪ੍ਰਸ਼ਨਾਂ ਦਾ ਉੱਤਰ ਦੇਣਾ ਜੋ ਪ੍ਰਸ਼ਨ ਪੁੱਛੇ ਗਏ ਆ ਦੇਖੋ ਪ੍ਰਸ਼ਨ ਕੀ ਪੁੱਛਿਆ ਕਿ 2013 ਤੋਂ 14 ਤੱਕ ਠੀਕ ਹੋਏ ਮਰੀਜ਼ਾਂ ਦੀ ਪ੍ਰਤੀਸ਼ਤਤਾ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਇਆ ਤਾਂ ਜਦੋਂ ਆਪਾਂ ਇਹਨੂੰ ਦੇਖਦੇ ਹਾਂ ਅਸੀਂ ਕੀ ਦੇ ਕੋਰਸਪੋਂਡਿੰਗ ਦਸਨਾਮਾ 2013 ਤੋਂ 2014 ਦੇ ਵਿੱਚ ਵੀ ਕਿੰਨਾ ਵਾਧਾ ਹੋਇਆ ਵਾ ਠੀਕ ਹੈ ਤਾਂ ਤੁਸੀਂ ਦੇਖੋ ਇਹ 2013 ਦਾ ਗ੍ਰਾਫ ਆ ਜਿਹਦੇ ਅਕੋਰਡਿੰਗ ਜਿਹੜੀ ਸੰਖਿਆ ਆ ਵਾ ਕਿੰਨੀ ਦਿੱਤੀ ਹੋਈ ਆ 50 ਦਿੱਤੀ ਹੋਈ ਆ ਜਦੋਂ ਇਹ ਫਿਰ ਵਧਣਾ ਸ਼ੁਰੂ ਹੋ ਗਿਆ ਤਾਂ ਇਹ ਕਿੰਨਾ ਵਧ ਗਿਆ 70 ਵਧ ਗਿਆ ਉੱਪਰ ਰੱਖਣਾ ਇਹਨਾਂ ਦਾ ਡਿਫਰੈਂਸ ਠੀਕ ਹੈ ਜਦੋਂ ਅਸੀਂ ਪ੍ਰਤੀਸ਼ਤਤਾ ਪਤਾ ਕਰਨੀ ਹੈ ਕਿਉਂਕਿ ਅਸੀਂ ਪ੍ਰਤੀਸ਼ਤ ਪਤਾ ਕਰਨੀ ਹੈ ਕਿ ਕਿੰਨਾ ਵਾਧਾ ਹੋਇਆ ਵਾਧਾ ਦਾ 20 ਦਾ ਹੋ ਗਿਆ ਪਰ ਵਾਧਾ ਪ੍ਰਤੀਸ਼ਤ ਪਤਾ ਕਰਨਾ ਉੱਪਰ ਰੱਖੋਗੇ ਜਿੰਨਾ ਵਾਧਾ ਹੋਇਆ 20% ਵਾਧਾ ਹੋਇਆ ਤੇ ਕਿਹੜੇ ਸਾਲ ਦੇ ਕੋਰਸਪੋਂਡਿੰਗ ਦੇਖ ਰਹੇ ਹਾਂ 2013 ਦੇ ਕੋਰਸਪੋਂਡਿੰਗ ਦੇਖ ਰਹੇ ਹਾਂ ਉਹਨੂੰ ਰੱਖਾਂਗੇ ਹੇਠਾਂ ਗੁਣਾ ਕਰ ਦਵਾਂਗੇ 100 ਨਾਲ 50 ਕਿਉਂਕਿ ਪ੍ਰਤੀਸ਼ਤ ਕੱਢਣ ਦੇ ਲਈ ਅਸੀਂ ਗੁਣਾ ਕੀ ਕਰਦੇ ਹਾਂ 100 ਨਾਲ 50 ਇੱਕਮ 50 50 200 ਤੇ 20 2 ਕਿੰਨਾ ਹੁੰਦਾ 40 ਮਤਲਬ 40% ਦਾ ਵਾਧਾ ਹੋਇਆ ਵਾ 2013 ਤੋਂ 2014 ਤੱਕ ਗ੍ਰਾਫ ਦੇ ਅਕੋਰਡਿੰਗ ਤਾਂ ਆਪਸ਼ਨ ਇਥੇ ਸੀ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ 4 ਦੇ ਪਹਿਲੇ 7 ਗੁਣਜਾਂ ਦੀ ਔਸਤ ਪਤਾ ਕਰਨੀ ਹਾਂਜੀ ਵੈਰੀ ਇੰਪੋਰਟੈਂਟ ਕਾਂਸਟੇਬਲ ਦੇ ਐਗਜ਼ਾਮ ਦੇ ਵਿੱਚ ਸਾਰਾ ਹੀ ਮੈਥ ਤੁਸੀਂ ਦੇਖ ਸਕਦੇ ਹੋ ਐਜ਼ ਇਟ ਇਜ਼ ਆਇਆ ਹੋਇਆ 4 ਦੇ ਪਹਿਲੇ 7 ਗੁਣਜ ਕਿਹੜੇ ਹੁੰਦੇ ਆ 4 ਦੇ ਪਹਿਲੇ 7 ਗੁਣਜ ਦਾ ਹੋਣ ਦਾ ਮਤਲਬ ਕੀ ਹੈ ਕਿ 4 ਦੇ ਮਲਟੀਪਲ 4 ਦੇ ਮਲਟੀਪਲ ਕਿਹੜੇ ਹੋਣਗੇ ਜਿਨ੍ਹਾਂ ਨੂੰ 4 ਪੂਰੀ ਪੂਰੀ ਤਰ੍ਹਾਂ ਵੰਡੂਗਾ 4 ਹੋਊਗਾ 8 ਹੋਊਗਾ ਹੋਰ 12 ਹੋਊਗਾ ਠੀਕ ਹੈ ਫਿਰ 16 ਯਾਨੀ ਕਿ 4 ਦਾ ਪਹਾੜਾ ਹੀ ਲਿਖਣਾ ਤੁਸੀਂ 7 ਤੱਕ 1 ਚੋਕਾ 4 2 ਚੋਕੇ 8 3 ਚੋਕੇ 12 4 ਚੋਕੇ 16 5 ਚੋਕਾ 20 6 ਚੋਕਾ 24 7 ਚੋਕਾ 28 7 ਤੱਕ ਹੋ ਗਿਆ ਨਾ ਪਹਾੜਾ ਤਾਂ ਹੁਣ ਔਸਤ ਪਤਾ ਕਰਨੀ ਆ ਔਸ ਦਾ ਫਾਰਮੂਲਾ ਹੁੰਦਾ ਵਾ ਸੰਖਿਆਵਾਂ ਦਾ ਜੋੜ ਮਤਲਬ ਇੰਨਾਂ ਸਾਰੀਆਂ ਸੰਖਿਆਵਾਂ ਦਾ ਤੁਸੀਂ ਕਰ ਦੇਣਾ ਜੋੜ ਜਦੋਂ ਤੁਸੀਂ ਇਹਨਾਂ ਦਾ ਜੋੜ ਕਰੋਗੇ ਠੀਕ ਹੈ ਉਸ ਤੋਂ ਬਾਅਦ ਔਸਤ ਦਾ ਫਾਰਮੂਲਾ ਹੁੰਦਾ ਸੰਖਿਆਵਾਂ ਦਾ ਜੋੜ ਸੰਖਿਆਵਾਂ ਦੀ ਗਿਣਤੀ ਸੰਖਿਆਵਾਂ ਦੀ ਗਿਣਤੀ ਹੈ ਜੀ 7 ਠੀਕ ਹੈ ਹੁਣ ਜਦੋਂ ਅਸੀਂ ਇਹਨਾਂ ਦਾ ਜੋੜ ਕਰਾਂਗੇ ਤੁਸੀਂ ਆਪ ਦੇਖੋ ਜਦੋਂ ਆਪਾਂ ਇਹਨਾਂ ਦਾ ਜੋੜ ਕਰਾਂਗੇ ਸਭ ਤੋਂ ਪਹਿਲਾਂ ਇਕਾਈ ਅੰਕ ਦਾ ਜੋੜ ਕਰ ਲਿਆ ਕਰੋ ਵੈਸੇ ਤਾਂ ਮੈਂ ਤੁਹਾਨੂੰ ਸਮ ਆਫ ਨੈਚੁਰਲ ਨੰਬਰ ਕਰਵਾਇਆ ਹੋਇਆ ਕਿ ਚਾਰ ਨੂੰ ਕਾਮਨ ਕਰ ਲਓ ਕਨਸੈਪਟ ਲਗਾ ਲਓ ਪਰ ਇਹ ਕੋਈ ਇਹਨਾਂ ਔਖਾ ਨਹੀਂਗਾ ਮੈਂਟਲ ਚ ਹੋ ਜਾਣਾ ਜੋੜ 8 4 12 12 ਤੇ 6 ਕਿੰਨੇ ਹੁੰਦੇ ਆ 18 18 ਤੇ 2 20 ਠੀਕ ਹੈ ਇਕਾਈ ਅੰਕ ਜੋੜ ਰਹੇ ਆ 20 ਤੇ 8 28 28 ਤੇ 4 ਕਿੰਨੇ ਹੋਣਗੇ 32 ਦੋ ਲਾਕ ਲਿਆ ਸੀ ਇੱਧਰ 7 ਤੇ 3 ਗਏ ਹਾਸਲ ਠੀਕ ਹੈ 7 ਤਾਂ बटे ਚ ਪਿਆ ਉਹੀ ਲਿਆ ਵਾ ਜਦੋਂ 3 ਹਾਸਲ ਗਏ ਹੁਣ ਸੈਕਿੰਡ ਡਿਜੀਟ ਜੋੜੋ 3 ਤੇ 1 4 5 ਠੀਕ ਹੈ 6 7 8 9 10 11 ਤਾਂ ਇਹ ਬਣ ਗਿਆ ਜੀ 112 7 ਤੇ ਜਦੋਂ ਮੈਨੂੰ ਡਿਵਾਈਡ ਕਰੂੰਗੇ 1 7 ਆ 7 ਆ 7 6 42 ਆ ਜਾਣਾ ਵਾ ਠੀਕ ਹੈ 16 ਆਨਸਰ ਆ ਗਿਆ ਮਤਲਬ ਇਹਨਾਂ ਦੀ ਔਸਤ ਹੋ ਗਈ ਜੀ 16 অপশন সি ইজ দা রাইট आंसर अगला प्रश्न जेकर एक्स वेरी वेरी इंपॉर्टेंट ते ਬਹੁਤ ਹੀ ਵਧੀਆ ਕਨਸੈਪਟ ਵਾਲਾ ਸਵਾਲ ਆ ਜਿਹੜਾ ਕਿ ਪਿਛਲੇ ਸਾਲ ਕਾਂਸਟੇਬਲ ਚ ਆਇਆ ਵਾ ਹਾਂਜੀ ਜੇਕਰ ਐਕਸ ਬਰਾਬਰ ਹੈ 0.0 हां जी x 0.0458 एंड y 0.00542 ਤਾਂ x² y² 2xy ਦਾ ਮੁੱਲ ਪਤਾ ਕਰੋ ਤੁਸੀਂ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ ਇਸ ਦੇ ਵਿੱਚ ਕੁਝ ਵੀ ਟਫ ਨਹੀਂ ਕਿ ਇਸ ਦਾ ਇੱਕ ਰਿਜ਼ਲਟ ਹੁੰਦਾ ਸੀ ਇਹ ਫਾਰਮੂਲਾ ਹੁੰਦਾ ਸੀ x y ਦੇ ਹੋਲ ਸਕੁਅਰ ਦਾ ਠੀਕ ਹੈ x ਅਸੀਂ ਉਹ ਰਿਜ਼ਲਟ ਇੱਥੇ ਯੂਜ਼ ਕਰਨਾ ਐਗਜ਼ਾਮੀਨਰ ਨੇ ਬਹੁਤ ਘਮਾਫਰਾ ਕੇ ਪਾਇਆ ਹੋਇਆ ਤੁਹਾਨੂੰ ਹੈ ਵਿੱਚ ਇਹਦੇ ਕੁਝ ਵੀ ਨਹੀਂ ਗਾ ਇਹ ਰਿਜ਼ਲਟ ਇੱਥੇ ਯੂਜ਼ ਹੋ ਗਿਆ ਤਾਂ ਮੰਨ ਲਓ ਤੁਹਾਡਾ ਸਵਾਲ ਹੋ ਗਿਆ x y ਨੂੰ ਅਸੀਂ ਐਡ ਕਰਨਾ ਤਾਂ x ਵੀ ਪਤਾ y ਵੀ ਪਤਾ ਇਹਨਾਂ ਨੂੰ ਕਰ ਦਿੰਨੇ ਆ ਜੀ ਇੱਥੇ ਅਸੀਂ ਐਡ ਕਿਉਂਕਿ ਜਦੋਂ ਤੁਸੀਂ ਐਡ ਕਰੋਗੇ ਤਾਂ ਸਭ ਤੋਂ ਪਹਿਲਾਂ ਦੇਖੋ ਲਾਸਟ ਡਿਜੀਟ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਜ਼ੀਰੋ ਤੋਂ ਬਾਅਦ ਜਿਹੜੇ ਤੁਹਾਡੇ ਪੁਆਇੰਟ ਤੋਂ ਬਾਅਦ ਅੱਖਰ ਦਿੱਤੇ ਹੋਏ ਉਹ ਸੇਮ ਹੀ ਆ ਪੰਜ ਇੱਧਰ ਆ ਪੰਜ ਹੀ ਉਧਰ ਠੀਕ ਹੈ ਜਦੋਂ ਅਸੀਂ ਇਹਨਾਂ ਨੂੰ ਐਡ ਕਰਾਂਗੇ ਤਾਂ ਇਹ ਤੁਹਾਡੇ ਕੋਲੇ ਬਣੂਗਾ 0.01000 ਠੀਕ ਹੈ ਆਫਟਰ ਪੁਆਇੰਟ ਦਾ ਜ਼ੀਰੋ ਦਾ ਕੋਈ ਮਤਲਬ ਨਹੀਂ ਹੁੰਦਾ 메ਨ ਰਿਜ਼ਲਟ ਤੁਹਾਡੇ ਕੋਲੇ ਆ ਗਿਆ 0.01 ਹੁਣ ਪਾਵਰ 2 ਆ ਪਾਵਰ 2 ਹੋਣ ਦਾ ਮਤਲਬ ਨੰਬਰ ਦੋ ਵਾਰ ਗੁਣਾ ਹੋ ਰਿਹਾ ਜਦੋਂ ਅਸੀਂ ਇਹਨੂੰ ਗੁਣਾ ਕਰਾਂਗੇ ਡਿਜੀਟ 1 ਨੂੰ 1 ਨਾਲ ਗੁਣਾ ਕੀਤੀ 1 ਹੀ ਆ ਗਿਆ ਪਰ ਤੁਸੀਂ ਦੇਖੋ ਦੋ ਦੋ ਡਿਜੀਟ ਇਹ ਹੈ ਪੁਆਇੰਟ ਤੋਂ ਬਾਅਦ 2 ਆ ਟੋਟਲ ਡਿਜੀਟ ਕਿੰਨੇ ਹੋਗੇ 4 ਤਾਂ ਅਸੀਂ 4 ਡਿਜੀਟ ਛੱਡ ਕੇ ਪੁਆਇੰਟ ਲਗਾਤਾ ਮਤਲਬ ਇਹ ਤੁਹਾਡੇ ਕੋਲ ਬਣ ਗਿਆ 0.0001 অপਸ਼ਨ D ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ A ਅਤੇ B ਇਕੱਠਿਆਂ ਕੋਲ 2310 ਰੁਪਏ ਹਨ ਜੇਕਰ A ਦੀ ਰਾਸ਼ੀ ਦਾ 4/15 B ਦੀ ਰਾਸ਼ੀ ਦੇ 2/5 ਦੇ ਬਰਾਬਰ ਹੈ ਤਾਂ B ਕੋਲ ਕਿੰਨੀ ਰਾਸ਼ੀ ਹੈ ਹਾਂਜੀ a ਦੀ ਰਾਸ਼ੀ ਦਾ 4/15 a ਦਾ 4/15 ਨਾ ਤਾਂ 4/15 ਗੁਣਾ a ਹੀ ਲਿਖਾਂਗੇ ਨਾ ਬਰਾਬਰ ਠੀਕੇ ਇਧਰ 2/5 b ਦੇ b ਦੀ ਰਾਸ਼ੀ ਦਾ ਵਣਾ 2/5 ਤਾਂ ਇਸੇ ਤਰ੍ਹਾਂ ਬਣ ਗਿਆ ਤੁਹਾਡੇ ਕੋਲੇ ਜਦੋਂ ਇਹ ਬਣ ਗਿਆ ਬਹੁਤ ਹੀ ਇੰਪੋਰਟੈਂਟ ਆ ਇਹ ਸੇਮ ਤੁਸੀਂ ਇਹ ਮੈਥਡ ਲਗਾ ਸਕਦੇ ਹੋ ਤੁਹਾਨੂੰ ਕੋਈ ਵੀ ਸਮ ਆ ਸਕਦਾ ਕਿਉਂਕਿ ਇਹ ਸਮ ਬਹੁਤ ਇੰਪੋਰਟੈਂਟ ਹੈ ਇਹਦੇ ਤੋਂ ਮੈਂ a ਰੇਸ਼ੋ ਵੀ ਕੱਢ ਲੂੰਗੀ ਕਿਉਂਕਿ b ਡਿਵਾਈਡ ਗੁਣਾ ਹੋ ਰਿਹਾ ਦੂਸਰੀ ਸਾਈਡ ਆ ਕੇ ਡਿਵਾਈਡ ਹੋ ਜਾਊਗਾ ਸੇਮ ਇਸੇ ਤਰ੍ਹਾਂ 2/5 ਐਜ਼ ਇਟ ਇਜ਼ ਰਹਿ ਜਾਊਗਾ ਇਧਰ ਪਰ ਇਧਰ ਜੋ a ਨਾਲ ਪਿਆ ਵਾ ਉਹ ਦੂਸਰੇ ਪਾਸੇ ਜਾ ਕੇ ਕੀ ਹੋ ਜਾਣਾ ਵਾ ਡਿਵਾਈਡ ਠੀਕ ਹੈ ਜਦੋਂ ਇਹ 15 ਇਧਰ ਗੁਣ ਡਿਵਾਈਡ ਹੋ ਰਿਹਾ ਤਾਂ ਇਧਰ ਆ ਕੇ ਕੀ ਹੋ ਜਾਊਗਾ ਗੁਣਾ ਠੀਕ ਹੈ 4 ਕੀ ਆ ਗੁਣਾ ਹੋ ਰਿਹਾ ਤਾਂ ਦੂਜੇ ਪਾਸੇ ਜਾ ਕੇ ਹੋ ਗਿਆ ਭਾਗ 1 5 ਦਾ 5 ਦਾ 3 5 10 1*2=2*2=10 ਤਾਂ ਇਹ ਤੁਹਾਡੇ ਕੋਲੇ ਬਣ ਗਿਆ 3/2 ਤਾਂ ਜਿਹੜੀ a:b ਆ ਜੀ ਸਾਡੇ ਕੋਲੇ ਉਹ ਬਣ ਗਈ 3:2 ਜਦੋਂ ਵੀ ਤੁਸੀਂ ਸ਼ੇਅਰਿੰਗ ਪਤਾ ਕਰਨੀ ਹੋਵੇ ਨਾ ਕਿ ਕਿਹਨੂੰ ਕਿੰਨੇ ਹਿੱਸੇ ਮਿਲਣਗੇ ਤਾਂ ਤੁਸੀਂ ਕੀ ਕਰਨਾ ਹੈ ਇੱਥਾਂ ਇਹਨਾਂ ਦੇ ਰੇਸ਼ਿਓ ਦਾ ਜੋੜ ਉੱਪਰ ਜਿਹਦੀ ਰੇਸ਼ਿਓ ਤੁਸੀਂ ਜਿਹਦੇ ਪੈਸੇ ਕੱਢਣੇ ਆ ਇੱਥੇ b ਦੇ ਕੱਢਣੇ ਆ ਨਾ ਜੇ b ਦੇ ਕੱਢਣੇ ਆ ਤਾਂ b ਦੇ ਉੱਪਰ ਰੱਖ ਲਓ ਜੇ a ਦੇ ਕੱਢਣੇ ਆ ਤਾਂ a ਦੇ ਹੁਣ b ਦੇ ਕਾਰਸਪੋਂਡਿੰਗ 2 ਆ ਤਾਂ ਉੱਪਰ 2 ਰੱਖ ਲਓ ਠੀਕ ਹੈ ਗੁਣਾ ਕਰ ਦੋਗੇ 2310 ਨਾਲ ਜਿੰਨੇ ਪੈਸੇ ਤੁਹਾਨੂੰ ਪਤਾ ਵਾ ਹੁਣ ਜਦੋਂ ਤੁਸੀਂ ਇਹਦਾ ਪਲੱਸ ਕਰੋਗੇ ਵਾਲੇ ਨੰਬਰ ਦਾ ਤਾਂ ਇਹ ਬਣ ਗਿਆ 5 5 ਬਣ ਗਿਆ ਨਾ ਤੁਹਾਡੇ ਕੋਲੇ ਜਦੋਂ 5 ਬਣ ਗਿਆ ਅਸੀਂ 5 ਨੂੰ ਕਟਾਂਗੇ 5 ਦੇ ਬਾਅਦ ਤੇ 2310 ਨੂੰ ਤਾਂ ਇਹ ਕਿੰਨੇ ਤੇ ਜਾਊਗਾ ਇਹ ਜਾਊਗਾ ਜੀ ਪਹਿਲਾਂ 4 ਪੰਜਾ 20 ਤੇ ਠੀਕ ਹੈ ਜਦੋਂ ਇਹ 4 ਪੰਜਾ 20 ਤੇ ਗਿਆ ਮੰਗਰ ਤਿੰਨ ਹਾਸਲ ਰਹਿ ਜਾਣੇ 6 ਪੰਜਾ 30 ਤੇ 2 ਪੰਜੇ 10 ਜਾਨੀ ਕਿ ਇਹ ਬਣ ਗਿਆ ਤੁਹਾਡੇ ਕੋਲੇ 462 4 5 20 ਫਿਰ ਤੁਹਾਡੇ ਕੋਲੇ 31 ਬਣ ਜਾਣੇ ਆ 31 ਚੋਂ 6 5 30 ਫਿਰ 10 ਰਹਿ ਜਾਣੇ ਆ 2 5 10 ਹੁੰਦੇ ਆ ਤੇ ਹੁਣ ਜਦੋਂ ਤੁਸੀਂ 462 ਨੂੰ 2 ਨਾਲ ਗੁਣਾ ਕਰੋਗੇ ਤਾਂ ਇਹ ਤੁਹਾਡੇ ਕੋਲ ਬਣ ਜਾਣਾ 924 ਕਿਉਂਕਿ 2 2 4 6 2 12 4 2 8 ਤੇ 1 9 ਜਾਨੀ ਕਿ ਬੀ ਦੇ ਹਿੱਸੇ ਦੇ ਵਿੱਚ 924 ਰੁਪਏ ਆਉਣਗੇ ਅਗਲਾ ਪ੍ਰਸ਼ਨ ਇੱਕ ਰਾਸ਼ੀ ਸਧਾਰਨ ਵਿਆਜ ਤੇ 5 ਸਾਲਾਂ ਹਾਂਜੀ ਨੈਕਸਟ ਸਾਮਾ ਇੱਕ ਰਾਸ਼ੀ ਸਧਾਰਨ ਵਿਆਜ ਤੇ 5 ਸਾਲ ਵਿੱਚ 9015 ਰੁਪਏ ਅਤੇ 6 ਸਾਲਾਂ ਵਿੱਚ 10054 ਰੁਪਏ ਹੋ ਜਾਂਦੀ ਹੈ ਰਾਸ਼ੀ ਕੀ ਹੋਵੇਗੀ ਤੁਸੀਂ ਰਾਸ਼ੀ ਪਤਾ ਕਰਨੀ ਬਹੁਤ ਹੀ ਸਿੰਪਲ ਵਿੱਚ ਕਰਦੇ ਹਾਂ 6 ਸਾਲਾਂ ਦੇ ਵਿੱਚ ਇੱਕ ਰਾਸ਼ੀ 10054 ਰੁਪਏ ਹੁੰਦੀ ਹੈ ਅਤੇ 5 ਸਾਲਾਂ ਦੇ ਵਿੱਚ ਦੇਖੋ 5 ਸਾਲਾਂ ਦਾ ਵਿਆਜ ਲੱਗ ਕੇ ਹੀ 9015 ਬਣਦੀ ਹੈ ਨਾ 5 ਸਾਲਾਂ ਵਿੱਚ ਤਾਂ 1 ਸਾਲ ਦਾ ਵਿਆਜ ਦੇਖ ਲਓ 1 ਸਾਲ ਦਾ ਵਿਆਜ ਲੱਗੂਗਾ ਜੀ ਉਹਨੂੰ ਜਦੋਂ ਤੁਸੀਂ ਮਾਈਨਸ ਕਰੋਗੇ 1039 ਤਾਂ ਇੱਥੋਂ 5 ਸਾਲਾਂ ਦੇ ਵਿੱਚ ਹੋਈ ਸੀ ਨਾ 9015 ਤਾਂ ਤੁਸੀਂ 5 ਸਾਲਾਂ ਦਾ ਵਿਆਜ ਦੇਖ ਲਓ ਕਿੰਨਾ ਬਣਿਆ 5 ਸਾਲਾਂ ਦਾ ਵਿਆਜ ਬਣ ਗਿਆ 5195 5195 ਕਿਉਂਕਿ ਉਹ 5 ਸਾਲਾਂ ਦੇ ਵਿੱਚ ਬਿਆਜ਼ ਲੱਗ ਕੇ 9015 ਬਣੀ ਆ ਤਾਂ 5 ਸਾਲਾਂ ਦਾ ਵਿਆਜ ਘਟਾ ਦਿਓ ਤੁਹਾਨੂੰ ਮੂਲ ਰਾਸ਼ੀ ਪਤਾ ਲੱਗ ਜਾਵੇਗੀ ਕਿ ਕਿੰਨੀ ਆ ਮੂਲ ਰਾਸ਼ੀ ਆ 3820 ਰੁਪਏ ਤਾਂ ਰਾਈਟ ਆਨਸਰ ਹੈ অপਸ਼ਨ ਸੀ ਅਗਲਾ ਪ੍ਰਸ਼ਨ ਹਾਂਜੀ ਅੱਗੇ ਹੱਲ ਕਰੋ 1.2 ਦੀ ਪਾਵਰ 3 0.0 0.8 ਦੀ ਪਾਵਰ 2 ਆ ਤਾਂ 1 ਹਾਂਜੀ ਅੱਗੇ ਆ 1.2 ਦੀ ਪਾਵਰ 3 0.8 ਦੀ ਪਾਵਰ 2 ਠੀਕ ਹੈ 1.2 ਦੀ ਪਾਵਰ 3 ਹੋਣ ਦਾ ਮਤਲਬ ਕੀ ਆ ਕਿ 1.2 ਆ ਜਿਹੜਾ ਇਹ ਕਿੰਨੇ ਵਾਰ ਮਲਟੀਪਲਾਈ ਹੋ ਰਿਹਾ 3 ਵਾਰ ਕਿਉਂਕਿ ਇਹਦੀ ਪਾਵਰ 3 ਆ ਦੇਖੋ ਮੈਨੂੰ ਪਤਾ ਵਾਰੋ-ਵਾਰੀ 144 ਹੁੰਦਾ ਯਾਨੀ ਕਿ 12 ਦੀ ਕਯੂਬ ਬਣ ਰਹੀ ਆ ਮੈਨੂੰ ਪਤਾ ਹੈ ਕਿ ਜਿਹੜੀ 12 ਦੀ ਕਯੂਬ ਆ 1728 ਹੁੰਦੀ ਆ ਠੀਕ ਹੈ ਹੁਣ ਦੇਖੋ 12 ਇੱਕ ਇੱਕ ਡਿਜੀਟ ਦੋ ਡਿਜੀਟ ਤਿੰਨ ਡਿਜੀਟ ਤਿੰਨ ਤਿੰਨ ਅੱਖਰ ਬਣ ਗਏ ਨਾ ਜਿੰਨਾਂ ਤੋਂ ਪਹਿਲਾਂ ਪੁਆਇੰਟ ਲੱਗਿਆ ਤਾਂ ਮੈਂ ਇਹਨਾਂ ਨੂੰ ਮਲਟੀਪਲਾਈ ਕਰਨ ਤੋਂ ਬਾਅਦ 12 ਨੂੰ 3 ਵਾਰ ਤਿੰਨ ਅੱਖਰ ਛੱਡ ਕੇ ਪੁਆਇੰਟ ਲਾਤਾ ਹੁਣ ਇਹਦੇ ਵਿੱਚੋਂ ਮਾਈਨਸ ਹੋ ਰਿਹਾ 8 0.8 ਪਰ ਇਹ ਦੋ ਵਾਰ ਗੁਣਾ ਹੋ ਰਿਹਾ 0.8 ਗੁਣਾ ਹੋ ਰਿਹਾ ਨਾ ਕਿਉਂਕਿ ਦੋ ਪਾਵਰ ਹੋਣ ਦਾ ਮਤਲਬ ਦੋ ਵਾਰ ਗੁਣਾ ਹੋ ਰਿਹਾ ਤਿੰਨ ਪਾਵਰ ਹੋਣ ਦਾ ਮਤਲਬ ਤਿੰਨ ਵਾਰ ਗੁਣਾ ਹੋ ਰਿਹਾ 8 8 ਕਿੰਨੇ ਹੁੰਦੇ 64 ਡਿਜੀਟ ਬਣ ਕੇ ਟੋਟਲ ਦੋ ਦੋ ਅੱਖਰ ਛੱਡ ਕੇ ਪੁਆਇੰਟ ਲਾਵਾਂਗੇ ਹੁਣ ਅਸੀਂ ਇਹਦੇ ਚ ਮਾਈਨਸ ਕਰਨਾ 0.64 ਜਦੋਂ ਤੁਸੀਂ ਇਹਨੂੰ ਮਾਈਨਸ ਕਰੋਗੇ ਇਹ ਤੁਹਾਡੇ ਕੋਲੇ ਬਣ ਗਿਆ 0. 0. ਸੌਰੀ 1.088 ਤਾਂ ਆਪਸ਼ਨ ਸੀ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਜੇਕਰ ਇੱਕ ਸੰਖਿਆ ਦੇ 3/5 ਦਾ 60% ਹਾਂਜੀ ਕੋਈ ਸੰਖਿਆ ਵਾ ਮੈਨੂੰ ਨਹੀਂ ਪਤਾ ਕਿਹੜੀ ਆ ਮੈਂ ਪਹਿਲਾਂ ਹੀ x ਲੈ ਲਈ x ਦਾ ਉਹ ਕਹਿੰਦਾ 3/5 ਅੱਗੇ ਉਸ ਦਾ ਵੀ ਦਾ ਦਾ ਮਤਲਬ ਕਹਿੰਦਾ ਗੁਣਾ 60% ਪਰਸੈਂਟ ਦਾ ਮਤਲਬ ਹੁੰਦਾ /100 ਤੇ ਰੇਟ ਹੈ ਇਹੀ ਤਾਂ ਕਹਿ ਰਿਹਾ ਨਾ मीनिंग ਸਮਝੋ ਜੇਕਰ ਇੱਕ ਸੰਖਿਆ ਦੇ 3/5 ਦਾ 60% ਤਰੇਟ ਹੈ ਤਾਂ ਉਹ ਸੰਖਿਆ ਪਤਾ ਕਰੋ ਤਾਂ ਹੁਣ 1 ਪਾ ਜਾਂ 5ਾ ਵਾਰੂ 5i 60 ਹੋ ਗਏ ਠੀਕ ਹੈ ਹੁਣ 12 1 12 12 3 ਸੌਰੀ 12 ਆਪਾਂ 4 ਤੇ ਘੱਟ ਦਿੰਨੇ ਆ 4 3 12 25 4 100 ਠੀਕ ਹੈ ਹੁਣ ਇਧਰ ਮੇਰੇ ਕੋਲ ਬਣ ਗਿਆ x 9 25 3 3 9 ਹੁੰਦੇ ਆ ਨਾ 9 25 ਬਰਾਬਰ ਆ ਗਿਆ 63 ਹੁਣ ਇਹ 25 ਆ ਜਿਹੜਾ ਇਧਰ ਡਿਵਾਈਡ ਹੋ ਰਿਹਾ ਦੂਜੇ ਪਾਸੇ ਜਾ ਕੇ ਕੀ ਹੋ ਗਿਆ ਗੁਣਾ ਠੀਕ ਹੈ ਇਹ ਲੱਗ ਰਹਿ ਗਿਆ 9 9 ਇਧਰ ਆ ਕੇ ਲੱਗਿਆ ਨਾ ਹੁਣ ਇੱਕ ਨਾ ਆ ਨਾ 9 7 63 ਹੁਣ ਜਦੋਂ ਤੁਸੀਂ ਇੱਥੇ 7 ਨੂੰ ਤੇ 25 ਨੂੰ ਮਲਟੀਪਲਾਈ ਕਰੋਗੇ 25 ਆਤਾ ਹੁੰਦਾ 175 ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਐਂਡ ਬਹੁਤ ਹੀ ਇੰਟਰਸਟਿੰਗ ਵੀ ਕਹਿ ਸਕਦੇ ਆਪਾਂ ਰੀਜ਼ਨਿੰਗ ਤੁਹਾਡੀ ਸ਼ੁਰੂ ਹੋ ਚੁੱਕੀ ਹੈ ਇਸ ਪ੍ਰਸ਼ਨ ਦੇ ਵਿੱਚ ਤਿੰਨ ਕਥਨਾਂ ਤੋਂ ਵੱਧ ਦੋ ਛਟੇ ਇੱਕ ਇੱਕ ਅਤੇ ਸੰਖਿਆ ਦੋ ਦਿੱਤੇ ਹੋਏ ਹਨ ਕਥਨਾਂ ਵਿੱਚ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀਂ ਸੱਚ ਮੰਨਣਾ ਵਾ ਤੇ ਦੋਵੇਂ ਛਟਿਆਂ ਦਾ ਇਕੱਠਿਆਂ ਵਿਸ਼ਲੇਸ਼ਣ ਕਰਨਾ ਤੇ ਨਿਰਧਾਰਤ ਕਰੋ ਕਿ ਦੋਮਾ ਦੇ ਵਿੱਚੋਂ ਕਿਹੜਾ ਸਹੀ ਹੋਊਗਾ ਜਾਂ ਕਿਹੜੀ ਜਾਣਕਾਰੀ ਸਹੀ ਹੈ ਤੇ ਪਾ ਲੈਣਾ ਕਰ ਰਹੀ ਆ ਸਭ ਤੋਂ ਪਹਿਲਾਂ ਦਿੱਤਾ ਹੋਇਆ ਕੁਝ ਸੜਕਾਂ ਰੇਲਾਂ ਹਨ ਠੀਕ ਹੈ ਕੁਝ ਸੜਕਾਂ ਰੇਲਾਂ ਹਨ ਤਾਂ ਕੁਝ ਦੇ ਲਈ ਆਪਾਂ ਸਟਰਕਚਰ ਬਣਾਉਣਾ ਮੈਂ ਤੁਹਾਨੂੰ ਸਿਖਾਇਆ ਹੋਇਆ ਜਦੋਂ ਕੁਝ ਦੀ ਗੱਲ ਹੋਵੇ ਤਾਂ ਇਹ ਸਟਰਕਚਰ ਬਣਦਾ ਵਾ ਠੀਕ ਹੈ ਕੁਝ ਸੜਕਾਂ ਨੇ ਜਿਹੜੀਆਂ ਰੇਲਾਂ ਨੇ ਨਾਲ ਦੀ ਨਾਲ ਤੁਸੀਂ ਨਾਮ ਦੇ ਦਿਓ ਕੁਝ ਸੜਕਾਂ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਕਿ ਨੇ ਰੇਲਾਂ ਨੇ ਠੀਕ ਹੈ ਫਿਰ ਕੁਝ ਰੇਲਾਂ ਅੱਗੇ ਜਾ ਕੇ ਕੀ ਨੇ ਜ਼ਮੀਨ ਤਾਂ ਆਪਾਂ ਇੱਥੇ ਜ਼ਮੀਨ ਵੀ ਕ੍ਰੀਏਟ ਕਰ ਲਈ ਜਿੱਜਾ ਪਾ ਲਿਆ ਠੀਕ ਹੈ ਕੁਝ ਰੇਲਾਂ ਜ਼ਮੀਨਾਂ ਹਨ ਫਿਰ ਕੁਝ ਜ਼ਮੀਨਾਂ ਦੇ ਵਿੱਚੋਂ ਵੀ ਕੁਝ ਕੀ ਨੇ ਸਮੁੰਦਰ ਤਾਂ ਆਪਾਂ ਇੱਥੇ ਸਮੁੰਦਰ ਵੀ ਬਣਾ ਲਿਆ ਠੀਕ ਹੈ ਇਹ ਬਣ ਗਿਆ ਸਮੁੰਦਰ ਸਮੁੰਦਰ ਲਿਖ ਦਿੱਤਾ ਜੀ ਮੈਂ ਨਾਲ ਹੀ ਠੀਕ ਹੈ ਸੱਸਾ ਮੰਮਾ ਪਾਤਾ ਤੇ ਸੜਕਾਂ ਨੂੰ ਸੱਸਾ ਪਾਇਆ ਅੱਗੇ ਦੇ ਦੇਆ ਕਿਹੜਾ ਨਤੀਜਾ ਫਾਲੋ ਕਰ ਰਿਹਾ ਸਾਰੀਆਂ ਸੜਕਾਂ ਸਮੁੰਦਰ ਹਨ ਕਿ ਇੱਥੇ ਆ ਸੜਕਾਂ ਪਈਆਂ ਤੇ ਆ ਸਮੁੰਦਰ ਪਈਆ ਇੰਨਾ ਵਿੱਚ ਗੈਪ ਆ ਦੇਖੋ ਤੁਸੀਂ ਧਿਆਨ ਨਾਲ ਹੁਣ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤਾਂ ਇੰਨਾ ਵਿੱਚੋਂ ਗੈਪ ਬਣ ਰਿਹਾ ਨਾ ਇੰਨਾ ਗੈਪ ਬਣ ਰਿਹਾ ਵਿੱਚ ਤਾਂ ਇਹਨਾਂ ਦਾ ਤਾਂ ਆਪਸ ਵਿੱਚ ਕੋਈ ਰਿਲੇਸ਼ਨ ਹੀ ਨਹੀਂ ਬਣ ਰਿਹਾ ਸਾਰੀਆਂ ਸੜਕਾਂ ਸਮੁੰਦਰ ਹਨ ਕਿ ਸਾਰੀਆਂ ਨੇ ਨਹੀਂ ਬਿਲਕੁਲ ਗਲਤ ਆ ਕੁਝ ਜ਼ਮੀਨਾਂ ਜ਼ਰੂਰ ਹੋ ਕਹਿੰਦਾ ਸੜਕਾਂ ਨੇ ਤੇ ਕੁਝ ਜ਼ਮੀਨਾਂ ਇਹ ਜ਼ਮੀਨਾਂ ਪਈਆਂ ਨੇ ਠੀਕ ਹੈ ਇਹ ਜ਼ਮੀਨਾਂ ਨੇ ਤੇ ਸੜਕਾਂ ਨੇ ਪਰ ਕਿੱਥੋਂ ਕੁਝ ਹੋ ਗਈਆਂ ਨਹੀਂ ਹੋਈਆਂ ਨਾ ਕੁਝ ਮਤਲਬ ਇੱਥੇ ਸਵਾਬਨਾ ਪੈਦਾ ਹੋ ਰਹੀ ਆ ਜੇ ਅਸੀਂ ਦੂਸਰਾ ਸਟਰਕਚਰ ਵੀ ਬਣਾਉਨੇ ਆ ਤਾਂ ਇਹਨੂੰ ਵੀ ਅਸੀਂ ਰੋਂਗ ਕਰ ਦਵਾਂਗੇ ਕਿਉਂਕਿ ਕੁਝ ਜ਼ਮੀਨਾਂ ਸੜਕਾਂ ਹਨ ਕੁਝ ਜ਼ਮੀਨਾਂ ਜ਼ਮੀਨਾਂ ਇਹ ਪਈਆਂ ਨੇ ਸੜਕਾਂ ਇਹ ਪਈਆਂ ਨੇ ਤਾਂ ਅਸੀਂ ਬੋਲ ਦਿੱਤਾ ਕਿ ਇਹ ਗਲਤ ਆ ਤਾਂ ਆਪਸ਼ਨ ਨੰਬਰ ਇੱਥੇ ਡੀ ਰਾਈਟ ਆਨਸਰ ਹੈ ਕਿ ਨਾ ਤਾਂ 1 ਹੀ ਨਿਕਲਿਆ ਤੇ ਨਾ 2 ਨਤੀਜਾ ਨਿਕਲ ਰਿਹਾ ਅੱਗੇ ਆ ਜੀ ਦਿੱਤੀ ਅੱਖਰ ਲੜੀ ਵਿੱਚ लुप्त ਪਦ ਪਤਾ ਕਰੋ ਜਾਨੀ ਕਿ ਜਿਹੜੀ लुप्त ਸੰਖਿਆ ਵਾ ਉਹ ਤੁਸੀਂ ਪਤਾ ਕਰਨੀ ਆ ਜਦੋਂ ਆਪਾਂ ਇਸ ਨੂੰ ਧਿਆਨ ਨਾਲ ਦੇਖਦੇ ਆ ਤਾਂ ਸਾਨੂੰ ਪਤਾ ਲੱਗ ਰਿਹਾ ਏ ਉਹ ਪਹਿਲਾਂ ਲਿਖਿਆ ਪਹਿਲਾਂ ਫਰਸਟ ਡਿਜੀਟ ਲੈਣਾ ਹੋਰ ਕੁਝ ਵੀ ਨਹੀਂ ਕਰਨਾ ਕਿਉਂਕਿ ਆਪਾਂ ਆਪਣਾ ਟਾਈਮ ਨਹੀਂ ਖਰਾਬ ਕਰਨਾ ਅਸੀਂ ਉਹ ਲੈ ਲਈ ਆਰ ਲੈ ਲਈ ਯੂ ਲੈ ਲਈ ਐਕਸ ਲੈ ਲਿਆ ਤੇ ਅਗਲਾ ਨੰਬਰ ਅਸੀਂ ਪਤਾ ਕਰਨਾ ਠੀਕ ਹੈ ਹੁਣ ਜੇ ਉਹ ਦੀ ਗੱਲ ਕਰੀਏ ਤਾਂ ਉਹ ਕਿੰਨੇ ਨੰਬਰ ਤੇ ਆਏ ਬੀ ਸੀ ਦੇ ਵਿੱਚ ਉਹ ਹੈਗਾ ਵਾ ਅ 15 ਨੰਬਰ ਤੇ ਆਰ ਕਿੰਨੇ ਤੇ ਆ ਆ ਰਹੇਗਾ ਜੀ 18 ਨੰਬਰ ਤੇ ਠੀਕ ਹੈ ਯੂ ਦੀ ਗੱਲ ਕਰੀਏ ਯੂ ਕਿੰਨੇ ਤੇ ਆ ਯੂ ਹੈਗਾ ਜੀ 20 ਨੰਬਰ ਯੂ ਦੀ ਗੱਲ ਕਰੀਏ ਯੂ ਹੈਗਾ 21 ਨੰਬਰ ਤੇ ਠੀਕ ਹੈ ਟੀ ਤੋਂ ਬਾਅਦ ਯੂ ਆਉਂਦਾ ਨਾ ਟੀ 20 ਤੇ ਆ ਤਾਂ ਯੂ 21 ਤੇ ਆ ਐਕਸ ਕਿੰਨੇ ਤੇ ਆਉਂਦਾ ਵਾ ਐਕਸ ਆਉਂਦਾ ਵਾ ਜੀ ਏ ਹੁੰਦਾ ਐਕਸ ਵੱਡੇ ਕੋਲੇ 24 ਨੰਬਰ ਤੇ ਠੀਕ ਹੈ ਹੁਣ ਤੁਸੀਂ ਇਹਨਾਂ ਦੇ ਵਿੱਚ ਡਿਫਰੈਂਸ ਚੈੱਕ ਕਰੋ 15 ਤੇ 8 ਦੇ 18 ਦੇ ਵਿੱਚ ਕਿੰਨਾ ਡਿਫਰੈਂਸ ਆ ਤਿੰਨ ਦਾ ਠੀਕ ਹੈ 18 ਤੇ 21 ਦੇ ਵਿੱਚ ਕਿੰਨਾ ਆ ਤਿੰਨ ਦਾ 21 ਤੇ 24 ਦੇ ਵਿੱਚ ਕਿੰਨਾ ਤਿੰਨ ਦਾ ਮਤਲਬ ਅਗਲੇ ਨੰਬਰ ਦੇ ਵਿੱਚ ਵੀ 24 ਦਾ ਹੋਊਗਾ 15 ਤੇ 8 18 18 ਤੇ 3 21 15 ਤੇ 3 18 18 ਤੇ 3 21 21 ਤੇ 3 24 24 ਤੇ 3 27 ਮਤਲਬ ਅਗਲਾ ਨੰਬਰ 27 ਮਾ ਆਉਣਾ ਵਾ ਤੁਸੀਂ ਦੇਖੋ ABC ਤਾਂ ABC ਤਾਂ 26 ਤੱਕ ਹਨ ਸਾਈਮਾ ਨੰਬਰ ਕਿਹੜਾ ਲਾਉਂਗੇ ਦੁਆਰਾ ਤੋਂ ਸ਼ੁਰੂ ਕਰੋਗੇ ਕਾਊਂਟ ਕਰੋਗੇ ਸਾਈਮਾ ਫਿਰ a ਹੀ ਬਣੂਗਾ ਨਾ ਤਾਂ a ਵਾਲੀ ਆਪਸ਼ਨ ਇੱਥੇ ਰਾਈਟ ਆਉਣੀ ਆ ਆਪਸ਼ਨ ਤੁਸੀਂ b ਲਗਾ ਦੇਵੋਗੇ ਜੇਕਰ ਤੁਹਾਨੂੰ ਦੋ ਆਪਸ਼ਨ a ਵਾਲੀਆਂ ਮਿਲ ਜਾਣ ਫਿਰ ਤੁਸੀਂ ਸੈਕਿੰਡ ਡਿਜੀਟ ਲੈ ਕੇ ਚੈੱਕ ਕਰੋਗੇ ਕਲੀਅਰ ਅੱਗੇ ਇੱਕ ਹਾਂਜੀ ਇੱਕ ਮਹਿਲਾ ਵੱਲ ਇਸ਼ਾਰਾ ਕਰਦੇ ਹੋਏ ਰਾਮ ਨੇ ਕਿਹਾ ਉਹ ਮੇਰੀ ਮਾਂ ਦੇ ਇਕਲੌਤੇ ਪੁੱਤਰ ਦੇ ਹਾਂਜੀ ਇੱਥੇ ਵਾਈ ਮਿਸਟੇਕ ਟਾਈਪ ਹੋ ਗਿਆ ਇਕਲੌਤੇ ਪੁੱਤਰ ਦੇ ਪੁੱਤਰ ਦੀ ਇਕਲੌਤੇ ਪੁੱਤਰ ਦੇ ਪੁੱਤਰ ਦੀ ਇਹਦੀ ਜਗ੍ਹਾ ਤੇ ਪੁੱਤਰ ਦੀ ਆਉਣਾ ਸੀ ਪਤਨੀ ਹੈ ਹੁਣ ਦੇਖੋ ਰਾਮ ਰਾਮ ਇਸ਼ਾਰਾ ਕਰ ਰਿਹਾ ਵਾਂ ਕਿ ਉਹ ਮੇਰੀ ਮਾਂ ਦੇ ਮਤਲਬ ਕਿ ਰਾਮ ਦੀ ਮਾਂ ਵਾਂ ਠੀਕ ਹੈ ਰਾਮ ਦੀ ਮਾਂ ਦਾ ਇਕਲੌਤਾ ਪੁੱਤਰ ਆ ਜੋ ਦਾ ਇਕਲੌਤਾ ਪੁੱਤਰ ਤਾਂ ਰਾਮ ਹੀ ਹੋਇਆ ਠੀਕ ਹੈ ਇਕਲੌਤੇ ਪੁੱਤਰ ਦੇ ਪੁੱਤਰ ਮਤਲਬ ਰਾਮ ਦਾ ਅੱਗੇ ਫਿਰ ਪੁੱਤਰ ਆ ਪੁੱਤਰ ਦੇ ਪੁੱਤਰ ਮਾਂ ਦੇ ਇਕਲੌਤੇ ਪੁੱਤਰ ਦੇ ਪੁੱਤਰ ਦੀ ਪਤਨੀ ਆ ਤਾ ਉਸ ਮਹਿਲਾ ਦਾ RAM ਨਾਲ ਕੀ ਰਿਸ਼ਤਾ ਹੋਇਆ ਤਾ ਮਹਿਲਾ RAM ਦੀ ਕੀ ਲੱਗੀ RAM ਦਾ ਪੁੱਤਰ ਆ ਉਹਦੀ ਪਤਨੀ ਆ ਤਾਂ RAM ਪਤਨੀ ਆ ਮਤਲਬ ਇਸ ਦਾ ਇਹ ਸਹੁਰਾ ਲੱਗਿਆ ਤੇ RAM ਦੀ ਕੀ ਲੱਗੀ ਨੌ ਲੱਗੀ ਤਾ ਮਹਿਲਾ ਦਾ RAM ਨਾਲ ਕੀ ਰਿਸ਼ਤਾ ਹੋਇਆ ਨੌ ਦਾ অপਸ਼ਨ B ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਂ ਹਾਂਜੀ ਅੱਗੇ ਦੇਖੋ ਰਤਵਿਕ ਪੱਛਮ ਵੱਲ ਚੱਲਣਾ ਸ਼ੁਰੂ ਕਰਦਾ ਹੈ ਤੇ 11 ਮੀਟਰ ਚੱਲਦਾ ਹੈ ਪੱਛਮ ਇਹੀ ਡਾਇਰੈਕਸ਼ਨ ਹੁੰਦੀ ਹੈ ਨਾ ਇਧਰ ਨੂੰ ਉਹ 11 ਮੀਟਰ ਚੱਲ ਪਿਆ ਹੁਣ ਉਹ ਆਪਣੇ ਖੱਬੇ ਪਾਸੇ ਮੁੜਦਾ ਹੈ ਖੱਬੇ ਪਾਸੇ ਮੁੜ ਪਿਆ ਅਤੇ 17 ਮੀਟਰ ਚੱਲਿਆ ਠੀਕ ਹੈ 17 ਮੀਟਰ ਮੰਨ ਲਓ ਇੱਥੋਂ ਚੱਲਣਾ ਸ਼ੁਰੂ ਕਰਦਾ 17 ਮੀਟਰ ਉਹ ਚੱਲ ਪਿਆ ਫਿਰ ਉਹ ਆਪਣੇ ਖੱਬੇ ਪਾਸੇ ਮੁੜਦਾ ਹੈ ਤਾਂ ਉਹਦਾ ਹੁਣ ਖੱਬਾ ਪਾਸਾ ਕਿਹੜਾ ਹੋ ਗਿਆ ਖੱਬਾ ਪਾਸਾ ਹੁੰਦਾ ਜੀ ਘੜੀ ਦੀ ਸੂਈ ਦੇ ਉਲਟ ਵਾਲਾ ਠੀਕ ਹੈ ਇਧਰ ਨੂੰ ਮੁੜ ਪਿਆ ਅਤੇ 19 ਮੀਟਰ ਚੱਲਦਾ ਹੈ ਆਪਾਂ ਇੱਥੇ 19 ਮੀਟਰ ਚਲਾ ਦਿੱਤਾ ਉਹਨੂੰ ਹੁਣ ਉਹ ਦੁਬਾਰਾ ਆਪਣੇ ਖੱਬੇ ਮੁੜ ਗਿਆ ਦੁਬਾਰਾ ਇੱਥੇ ਆ ਗਿਆ ਨਾ ਉਹ ਦੁਬਾਰਾ ਆਪਣੇ ਖੱਬੇ ਮੁੜ ਗਿਆ ਕਿਉਂਕਿ 19 ਮੀਟਰ ਬਹੁਤ ਜ਼ਿਆਦਾ ਵਾ ਠੀਕ ਹੈ 17 ਨਾਲੋਂ ਵੀ 11 ਨਾਲੋਂ ਵੀ 11 ਜੇ ਇੱਥੇ ਆ ਤਾਂ 19 ਇੱਥੇ ਆ ਗਿਆ 19 ਮੀਟਰ ਚੱਲੇ ਆ 19 ਮੀਟਰ ਤੋਂ ਬਾਅਦ ਉਹ ਫੇਰ ਖੱਬੇ ਮੁੜਿਆ ਆਪਣੇ 19 ਮੀਟਰ ਚੱਲ ਕੇ ਉਹ ਫੇਰ ਆਪਣੇ ਖੱਬੇ ਮੁੜ ਜਾਂਦਾ ਤਾਂ ਉਹਦਾ ਖੱਬਾ ਉੱਪਰ ਨੂੰ ਹੋ ਗਿਆ ਨਾ 19 ਮੀਟਰ ਤੋਂ ਜਦੋਂ ਉੱਪਰ ਨੂੰ ਹੋ ਗਿਆ ਤਾਂ ਉਹ 10 ਮੀਟਰ ਚੱਲਦਾ ਹੈ 17 ਵਾਂ 17 ਦੇ ਇੱਥੇ ਕਹੂਗਾ 10 ਤਾਂ ਮਤਲਬ ਉਹ 10 ਮੀਟਰ ਇੱਥੇ ਚੱਲ ਪਿਆ ਠੀਕ ਹੈ ਤੇ ਉਹ ਆਖਰੀ ਵਾਰ ਖੱਬਾ ਮੋੜ ਲਿਆਉਣੇ ਆਖਰੀ ਵਾਰ ਇੱਥੋਂ ਖੱਬਾ ਮੋੜ ਲਿਆ ਅਤੇ 8 ਮੀਟਰ ਚੱਲੇ ਆ 8 ਮੀਟਰ ਚੱਲੇ ਆ ਆ 19 ਮੀਟਰ ਆ ਸਾਰਾ ਠੀਕ ਹੈ ਤੇ ਇੱਥੋਂ ਉਹ 8 ਕਿ ਮੀਟਰ ਚੱਲੇ ਆ ਮਤਲਬ ਇੱਥੇ ਕਾ ਠੀਕ ਹੈ ਇਸ ਜਗ੍ਹਾ ਤੇ ਆ ਕੇ ਖੜ ਗਿਆ ਉਹ ਇਸ ਜਗ੍ਹਾ ਤੇ ਠੀਕ ਹੈ ਜੀ ਹੁਣ ਜਦੋਂ ਇਸ ਜਗ੍ਹਾ ਤੇ ਆ ਕੇ ਖੜਿਆ ਵਾ ਤਾਂ ਤੁਸੀਂ ਦੇਖੋ ਇੱਥੇ ਉਹ 8 ਮੀਟਰ ਚੱਲੇ ਆ ਠੀਕ ਹੈ ਹੁਣ ਉਹ ਆਪਣੀ ਸ਼ੁਰੂਆਤੀ ਸਥਿਤੀ ਦੇ ਸੁਰਵੰਧ ਦੇ ਵਿੱਚ ਸ਼ੁਰੂਆਤੀ ਸਥਿਤੀ ਕਿਹੜੀ ਆ ਇੱਥੇ ਮੈਂ ਤੁਹਾਨੂੰ ਡਾਟ ਲਾ ਕੇ ਦਿਖਾ ਦਿੰਨੀ ਆ ਇਹ ਸ਼ੁਰੂਆਤੀ ਸਥਿਤੀ ਆ ਠੀਕ ਹੈ ਇੱਥੇ ਆ ਕੇ ਉਹ ਖੜ ਗਿਆ ਵਾ ਉਹਨੇ ਬੋਲਿਆ ਕਿ ਸ਼ੁਰੂਆਤੀ ਸਥਿਤੀ ਦੇ ਸਤੰਭ ਵਿੱਚ ਤੁਸ ਦਰੰਭ ਦੇ ਵਿੱਚ ਤੁਸੀਂ ਦੇਖਣਾ ਕਿ ਉਹ ਕਿਸ ਦਿਸ਼ਾ ਦੇ ਵਿੱਚ ਆ ਸ਼ੁਰੂਆਤ ਤੋਂ ਤਾਂ ਇਹ ਕਿਹੜੀ ਦਿਸ਼ਾ ਬਣ ਰਹੀ ਹੈ ਇਹ ਹੇਠਾਂ ਨੂੰ ਬਣ ਰਹੀ ਹੈ ਨਾ ਤਾਂ ਹੇਠਾਂ ਨੂੰ ਕਿਹੜੀ ਦਿਸ਼ਾ ਹੁੰਦੀ ਆ ਦੱਖਣ ਮਤਲਬ ਦੱਖਣ ਵੱਲ ਆ ਇਥੋਂ ਇਹ ਤਾਂ ਕਲੀਅਰ ਹੋ ਗਿਆ ਕਿ ਆਪਸ਼ਨ ਬੀ ਰਾਈਟ ਆ ਹੁਣ ਦੇਖੋ ਦੱਖਣ ਵੱਲ ਤਾਂ ਹੈਗਾ ਵਾ ਤੇ ਹੁਣ ਇਹ ਵੀ ਪੁੱਛਿਆ ਕਿ ਕਿੰਨੀ ਦੂਰ ਹੈ ਸ਼ੁਰੂਆਤੀ ਸਥਿਤੀ ਤੋਂ ਕਿੰਨੀ ਦੂਰ ਆ 10 ਤੋ ਚ ਇਹ ਟੋਟਲ 17 ਮਾ ਇੱਥੋਂ ਦੇਖੋ ਆਇਤ ਬਣ ਰਿਹਾ ਆਇਤ ਦੀ ਆਮੋ ਸਾਹਮਣੇ ਦੀ ਭਜਾਵਾਂ ਬਰਾਬਰ ਹੁੰਦੀਆਂ ਇਹ 17 ਮਾ ਤੇ ਇੱਥੇ ਤੱਕ ਤੋ 10 ਹੀ ਚੱਲਿਆ ਨਾ ਇੰਨਾ ਤਾਂ ਇੰਨਾ ਚੱਲਣਾ ਹਜੇ ਉਹਦਾ ਬਾਕੀ ਆ ਇੱਥੇ ਪਹੁੰਚਣ ਲਈ ਮਗਰ ਕਿੰਨਾ ਰਹਿ ਗਿਆ 7 ਮੀਟਰ ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਨਿਕੀਤਾ ਸਿਖਰ ਤੋਂ ਸਿਖਰ ਤੋਂ 84ਵੇਂ ਅਤੇ ਨੀਲ ਸਿਖਰ ਤੋਂ 21ਵੇਂ ਸਥਾਨ ਉੱਤੇ ਹੈ ਬੀ ਵਿਦਿਆਰਥੀ ਨਿਕੀਤਾ ਤੋਂ ਹੇਠਾਂ ਅਤੇ ਨਮਰਤਾ ਤੋਂ ਉੱਪਰ ਸਨ ਜੋ ਕਿ ਹੇਠਾਂ ਤੋਂ 29ਵੇਂ ਸਥਾਨ ਉੱਤੇ ਰਹੀ ਕੌਸ਼ਵਿਨਿੰਗ ਇਸ ਦੇ ਵਿੱਚ ਬਸ ਤੁਸੀਂ ਨੀਲ ਸਿਖਰ ਤੋਂ 21ਵੇਂ ਨੰਬਰ ਤੇ ਤੁਹਾਨੂੰ ਪਜ਼ਲ ਕਰਨ ਲਈ ਦੱਸਿਆ ਨਿਕੀਤਾ ਦਾ ਜ਼ਿਕਰ ਦੋ ਵਾਰ ਹੋ ਗਿਆ ਮਤਲਬ ਨਿਕੀਤਾ ਹੀ ਇਸ ਦੇ ਵਿੱਚ ਮੇਨ ਆ ਨਿਕੀਤਾ ਸਿਖਰ ਤੋਂ 84ਵੇਂ ਨੰਬਰ ਤੇ ਆ ਮਤਲਬ ਸਿਖਰ ਤੋਂ ਦੇਖੀਏ ਤਾਂ ਨਿਕੀਤਾ ਤੋਂ ਪਹਿਲਾਂ 83 ਵਿਦਿਆਰਥੀ ਨੇ ਠੀਕ ਹੈ ਅਤੇ 20 ਵਿਦਿਆਰਥੀ ਨਕੀਤਾ ਤੋਂ ਹੇਠਾਂ ਆ ਮਤਲਬ 20 ਵਿਦਿਆਰਥੀ ਆ ਉਹਦੇ ਤੋਂ ਬਾਅਦ ਵੀ ਆ ਠੀਕ ਹੈ ਪਰ ਉਹ ਜਿਹੜੇ 20 ਵਿਦਿਆਰਥੀ ਆ ਉਹ ਨਮਰਤਾ ਤੋਂ ਉੱਪਰ-ਉੱਪਰ ਆ ਠੀਕ ਹੈ ਇਹ ਵਿਦਿਆਰਥੀ ਆ ਜਿਹੜੇ ਵੀ ਇਹ ਨਮਰਤਾ ਤੋਂ ਉੱਪਰ ਆ ਤੇ ਨਮਰਤਾ ਹੇਠਾਂ ਤੋਂ 29ਵੇਂ ਸਥਾਨ ਤੇ ਆ ਮਤਲਬ 29 ਵਿਦਿਆਰਥੀ ਹੋਰ ਵੀ ਆ ਠੀਕ ਹੈ 29ਵੇਂ ਸਥਾਨ ਤੇ ਆ ਨਾ ਨਮਰਤਾ ਜੇ ਤੁਹਾਨੂੰ ਨਹੀਂ ਪਤਾ ਲੱਗਿਆ ਇੱਕ ਵਾਰ ਹੋਰ ਲਿਖ ਦਿੰਨੀ ਆ 83 ਵਿਦਿਆਰਥੀ ਆ ਮਨ ਲਓ ਨਿਕੀਤਾ ਸਿਖਰ ਤੋਂ 84ਵੇਂ ਨੰਬਰ ਤੇ ਆ ਉਹਦੇ ਤੋਂ ਪਹਿਲਾਂ ਕਿੰਨੇ ਹੋਗੇ 84ਵੇਂ ਨੰਬਰ ਤੇ ਆ ਤਾਂ ਉਹਦੇ ਤੋਂ ਪਹਿਲਾਂ 83 ਹੋਗੇ ਫਿਰ ਉਸ ਤੋਂ ਬਾਅਦ 20 ਵਿਦਿਆਰਥੀ ਉਹਦੇ ਤੋਂ ਹੇਠਾਂ ਆ 20 ਵਿਦਿਆਰਥੀ ਅਸੀਂ ਹੇਠਾਂ ਵੀ ਬਣਾਤੇ ਪਰ ਉਹ ਜਿਹੜੇ ਵਿਦਿਆਰਥੀ ਉਹ ਨਮਰਤਾ ਤੋਂ ਉੱਪਰ ਉੱਪਰ ਆ ਨਮਰਤਾ ਵਾ ਜਿਹੜੀ ਉਹ 29ਵੇਂ ਸਥਾਨ ਤੇ ਆ ਮਤਲਬ ਇਹ ਨਮਰਤਾ ਵਾ ਇਹ 29ਵੇਂ ਸਥਾਨ ਤੇ ਆ ਤਾਂ ਇਹਦੇ ਤੋਂ ਬਾਅਦ ਕਿੰਨੇ ਬੱਚੇ ਆ ਇਸ ਤੋਂ ਬਾਅਦ 28 ਆ ਠੀਕ ਹੈ ਹੁਣ ਇਹਨਾਂ ਦਾ ਟੋਟਲ ਕਰ ਲਓ ਟੋਟਲ ਜਦੋਂ ਤੁਸੀਂ ਇਹਨਾਂ ਦਾ ਕਰੋਗੇ 9 ਤੇ 1 10 ਤੇ 3 13 ਠੀਕ ਹੈ 1 ਗਿਆ ਹਾਂ ਸਰ 2 2 4 ਤੇ 8 12 ਤੱਕ 13 133 ਬਣ ਗਿਆ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਕਿ ਕੋਲ ਵਿਦਿਆਰਥੀ 133 ਹਨ ਅਗਲਾ ਪ੍ਰਸ਼ਨ ਇਹਠਾ ਦਿੱਤਿਆਂ ਵਿੱਚੋਂ ਕਿਹੜਾ ਉਤਰ ਅਕਿਰਤੀ ਨੂੰ ਦੀ ਲੜੀ ਨੂੰ ਪੂਰਾ ਕਰ ਰਿਹਾ ਵਾ ਤਾਂ ਹਾਂਜੀ ਇਹਨਾਂ ਦੇ ਵਿੱਚੋਂ ਤੁਸੀਂ ਉਤਰ ਅਕਿਰਤੀ ਦੀ ਲੜੀ ਪੂਰੀ ਕਰਨੀ ਹੈ ਮਤਲਬ ਜਿੱਥੇ ਪ੍ਰਸ਼ਨ ਚ ਇਹਨਾਂ ਦੇ ਸਰੇਆ ਤੁਹਾਨੂੰ ਉਹ ਤੁਸੀਂ ਦੱਸਣਾ ਕਿ ਉਹਦੀ ਜਗ੍ਹਾ ਤੇ ਕੀ ਆਵੇਗਾ ਠੀਕ ਹੈ ਤਾਂ ਪ੍ਰਸ਼ਨ ਚਿੰਨ ਦੇ ਲਈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ ਜਦੋਂ ਤੁਸੀਂ ਦਰਖਸਨਾ ਵਾ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਰੋਟੇਟ ਨਹੀਂ ਹੋ ਰਹੀਗੇ ਠੀਕ ਹੈ ਆਪਣੀ ਪਲੇਸ ਆ ਜਿਹੜੀ ਉਹ ਚੇਂਜ ਕਰ ਰਹੇ ਆ ਕਿਵੇਂ ਚੇਂਜ ਕਰ ਰਹੇ ਆ ਸਭ ਤੋਂ ਪਹਿਲਾਂ ਦੇਖੋ ਇਹ ਜਿਹੜਾ ਸਰਕਲ ਆ ਉਹ ਸੈਕਿੰਡ ਤੇ ਗਿਆ ਠੀਕ ਹੈ ਸੈਕਿੰਡ ਤੋਂ ਬਾਅਦ ਥਰਡ ਤੇ ਆਇਆ ਹੁਣ ਜਿਹੜੀ ਸਾਨੂੰ ਡਾਇਗਰਾਮ ਚਾਹੀਦੀ ਆ ਉਹਦੇ ਇੱਥੇ ਸਰਕਲ ਹੋਣਾ ਚਾਹੀਦਾ ਤਾਂ ਇੱਥੇ ਸਰਕਲ ਹੈਗਾ ਵਾ ਇੱਕੋ ਇੱਕ ਆਪਸ਼ਨ ਆ ਆਪਸ਼ਨ ਬੀ ਤੇ ਆਪਸ਼ਨ ਡੀ ਵੀ ਪਈ ਆ ਤਾਂ ਇਹਦਾ ਮਤਲਬ ਸਾਨੂੰ ਹੁਣ ਦੋ ਆਪਸ਼ਨਾਂ ਮਿਲ ਰਹੀਆਂ ਵਾ ਤਾਂ ਅਸੀਂ ਇੱਕ ਇੱਕ ਅਕਰ ਹੋਰ ਚੈੱਕ ਕਰਾਂਗੇ ਇੱਥੇ ਤਾਂ ਸਰਕਲ ਆਉਣਾ ਚਾਹੀਦਾ ਹੈ ਤੁਹਾਨੂੰ ਪਤਾ ਲੱਗ ਗਿਆ ਫਿਰ ਟ੍ਰਾਇੰਗਲ ਆ ਠੀਕ ਹੈ ਟ੍ਰਾਇੰਗਲ ਆ ਜਿਹੜੀ ਤੁਸੀਂ ਦੇਖੋ ਇੱਧ ਪਹਿਲਾਂ ਇੱਧਰ ਸੈਕਿੰਡ ਤੇ ਪਈ ਆ ਫਿਰ ਫਸਟ ਤੇ ਆਈ ਤੇ ਉਸ ਤੋਂ ਬਾਅਦ ਇੱਧਰ ਫਸਟ ਆ ਫਿਰ ਸੈਕਿੰਡ ਫਸਟ ਤੇ ਹੀ ਰਹੀ ਆ ਠੀਕ ਹੈ ਤਾਂ ਇਹਨੂੰ ਜੇ ਆਪਾਂ ਦੇਖੀਏ ਤਾਂ ਆਪਾਂ ਸਭ ਤੋਂ ਪਹਿਲਾਂ ਮੇਨਲੀ ਪਲੱਸ 2 ਜਗ੍ਹਾ ਤੇ ਆ ਠੀਕ ਹੈ ਪਲੱਸ 2 ਜਗ੍ਹਾ ਤੇ ਸੇਮ ਆਇਆ ਤਾਂ ਟ੍ਰਾਇੰਗਲ ਪਲੱਸ 2 ਜਗ੍ਹਾ ਤੇ ਸੇਮ ਆਊਗਾ ਇੱਧਰ ਵੀ ਇੱਕ ਇਹ ਗੱਲ ਕਲੀਅਰ ਹੋਈ ਉਸ ਤੋਂ ਬਾਅਦ ਟ੍ਰਾਇੰਗਲ ਇੱਕ ਤਾਂ ਪਈਆ ਕੀ ਇਹ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਵਾਰ ਇਸ ਨੇ ਜਿਹੜੀ ਆਪਣੀ ਪੋਜੀਸ਼ਨ ਆ ਉਹ ਚੇਂਜ ਕਰ ਲਈ ਆ ਠੀਕ ਹੈ ਤੇ ਸਰਕਲ ਸਾਨੂੰ ਇੱਥੇ ਮਿਲ ਰਿਹਾ ਪਹਿਲਾਂ ਇੱਥੋਂ ਹੀ ਤੁਸੀਂ ਲੱਭ ਲਓ ਕਿ ਇਹ ਪੈਟਰਨ ਕੰਪਲੀਟ ਹੋ ਰਿਹਾ ਵਾ ਕਿਉਂਕਿ ਬੋਰਡ ਤੋਂ ਬਿਨਾਂ ਇਹ ਚਿੱਟੇ ਸਾਮਾ ਨਹੀਂ ਸਮਝਾਇਆ ਜਾ ਸਕਦਾ ਇਸ ਦੇ ਉੱਤੇ ਤੁਸੀਂ ਬਸ ਇਹਨਾਂ ਦੇਖ ਲਓ ਐਰੋ ਜਦੋਂ ਇਹ ਰੋਟੇਟ ਹੋ ਰਿਹਾ ਵਾ ਜਦੋਂ ਸਰਕਲ ਸਰਕਲ ਪਹਿਲਾਂ ਫਸਟ ਤੇ ਸੀਗਾ ਫਿਰ ਸੈਕਿੰਡ ਤੇ ਆਇਆ ਇਹਦੀ ਜਗ੍ਹਾ ਤੇ ਟ੍ਰਾਇੰਗਲ ਚਲੀ ਗਈ ਠੀਕ ਹੈ ਅਗਲੀ ਜਗ੍ਹਾ ਤੇ ਫਿਰ ਜਦੋਂ ਇਹਨੇ ਸਰਕਲ ਨੇ ਇਹ ਜਗ੍ਹਾ ਲਈ ਪਲੱਸ ਦੀ ਤਾਂ ਪਲੱਸ ਇਹਦੇ ਉੱਪਰ ਚਲੇ ਆ ਗਿਆ ਹੁਣ ਜਦੋਂ ਸਰਕਲ ਸਰਕਲ ਆ ਜਿਹੜਾ ਇਹਦੀ ਜਗ੍ਹਾ ਲਊਗਾ ਤਾਂ ਐਰੋ ਇਧਰ ਚਲੇ ਆ ਜਾਣਾ ਠੀਕ ਹੈ ਤਾਂ ਦੇਖੋ ਇਹ ਆਪਸ਼ਨ ਡੀ ਚ ਹੈਗਾ ਨਹੀਂਗਾ ਤਾਂ ਆਪਸ਼ਨ ਬੀ ਹੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਅਗਲਾ ਪ੍ਰਸ਼ਨ ਉਹ ਸੰਖਿਆ ਦੀ ਚੋਣ ਕਰੋ ਜੋ ਹੇਠਾਂ ਦਿੱਤੀ ਪ੍ਰਸ਼ਨ ਲੜੀ ਦੀ ਥਾਂ ਤੇ ਪ੍ਰਸ਼ਨ ਚਿੰਨ੍ਹ ਦੀ ਥਾਂ ਤੇ ਆ ਸਕਦੀ ਆ ਤਾਂ ਹਾਂਜੀ ਉਹ ਸੰਖਿਆ ਲੱਭਣੀ ਆ ਸਭ ਤੋਂ ਪਹਿਲਾਂ ਤੁਸੀਂ ਲਾਉਣਾ ਡਿਫਰੈਂਸ ਮੈਥਡ 17 ਤੇ 23 ਦੇ ਵਿੱਚਕਾਰ ਕਿੰਨੇ ਨੰਬਰਾਂ ਦਾ ਡਿਫਰੈਂਸ ਆ 17 ਤੇ 23 ਦੇ ਵਿੱਚਕਾਰ 6 ਨੰਬਰ ਦਾ ਡਿਫਰੈਂਸ ਆ ਠੀਕ ਹੈ ਫਿਰ 30 ਤੇ 23 ਦੇ ਵਿੱਚਕਾਰ 7 ਦਾ ਆ 38 ਦੇ ਵਿੱਚ ਘਟਾਰ 8 ਦਾ ਮਤਲਬ ਅਗਲੇ ਨੰਬਰ ਦੇ ਵਿੱਚ 9 ਦਾ ਹੋਊਗਾ ਦੇਖੋ 17 ਤੇ 6 23 23 ਤੇ 7 30 30 ਤੇ 8 38 38 ਤੇ 9 38 ਤੇ 9 ਦੱਸੋ ਜੀ ਕਿੰਨੇ ਹੋਣਗੇ ਜਲਦੀ ਨਾਲ 38ਾਂ ਦੇ ਵਿੱਚ ਜਦੋਂ ਤੁਸੀਂ 9 ਜੋੜੋਗੇ ਤਾਂ ਇਹ ਤੁਹਾਡੇ ਕੋਲੇ ਬਣਨਗੇ 47 অপਸ਼ਨ ਬੀ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਦਿੱਤਾ ਹੋਇਆ ਵੈਨ ਡਾਇ ਵੈਨ ਚੇਤਰ ਹੈ ਜਿਹੜੀ ਵੈਨ ਡਾਇਗਰਾਮ ਹੈ ਇਹ ਭੌਤਿਕ ਵਿਗਿਆਨ ਜਾਨੀ ਕਿ ਫਿਜ਼ਿਕਸ ਕੈਮਿਸਟਰੀ ਮੈਥ ਅਤੇ ਕੰਪਿਊਟਰ ਸਾਇੰਸ ਪੜਨ ਵਾਲੇ ਵਿਦਿਆਰਥੀਆਂ ਨੂੰ ਦਰਸਾਉਂਦਾ ਉਸ ਖੇਤਰ ਦੀ ਪਛਾਣ ਕਰੋ ਜਿਹੜਾ ਉਹਨਾਂ ਵਿਦਿਆਰਥੀਆਂ ਨੂੰ ਦਰਸਾਉਂਦਾ ਜਿਹੜੇ ਕਿ ਭੌਤਿਕ ਵਿਗਿਆਨ ਤੇ ਗਣਿਤ ਦੋਵੇਂ ਪੜ੍ਹਦੇ ਹਨ ਪਰ ਕੰਪਿਊਟਰ ਵਿਗਿਆਨ ਤੇ ਰਸਾਇਣਿਕ ਨਹੀਂ ਪੜ੍ਹਦੇ ਤੁਸੀਂ ਉਹਦੀ ਪਛਾਣ ਕਰਨੀ ਆ ਜਿਹੜੇ ਭੌਤਿਕ ਵਿਗਿਆਨ ਪੜ੍ਹਦੇ ਆ ਗਣਿਤ ਪੜ੍ਹਦੇ ਆ ਪਰ ਕੰਪਿਊਟਰ ਵਿਗਿਆਨ ਤੇ ਰਸਾਇਣਿਕ ਵਿਗਿਆਨ ਨਹੀਂ ਪੜ੍ਹਦੇ ਮਤਲਬ ਤੁਸੀਂ ਉਹ ਵਿਦਿਆਰਥੀ ਲੈਣੇ ਜਿਹੜੇ ਭੌਤਿਕ ਵਿਗਿਆਨ ਤੇ ਗਣਿਤ ਦੋਮਾ ਚਾਹੁੰਦੇ ਹੋ ਭੌਤਿਕ ਹਾਂਜੀ ਅਸੀਂ ਹੁਣ ਮੈਥ ਤੇ ਉਹਦੇ ਬੱਚੇ ਦੇਖਣੇ ਆ ਦੇਖੋ ਭੌਤਿਕ ਵਿਗਿਆਨ ਜਾਨੀ ਕਿ ਮੈਥ ਅਤੇ ਫਿਜ਼ਿਕਸ ਮੈਥ ਅਤੇ ਫਿਜ਼ਿਕਸ ਦੇ ਵਿੱਚ ਦੇਖਣੇ ਆ ਕਿ ਕਿਹੜੇ ਬੱਚੇ ਕਾਮਨ ਨੇ ਪਰ ਉਹ ਕੰਪਿਊਟਰ ਅਤੇ ਰਸਾਇਣਿਕ ਵਿਗਿਆਨ ਦੇ ਵਿੱਚ ਨਾ ਆਉਂਦੇ ਹੋਣ ਜਾਨੀ ਕਿ ਮੈਥ ਅਤੇ ਫਿਜ਼ਿਕਸ ਚ ਆਉਂਦੇ ਹੋਣ ਪਰ ਕੰਪਿਊਟਰ ਦੇ ਵਿੱਚ ਨਾ ਆਉਂਦਾ ਹੋਵੇ ਨਾ ਕੈਮਿਸਟਰੀ ਦੇ ਵਿੱਚ ਆਉਂਦਾ ਹੋਵੇ ਤੇ ਇਕੱਲਾ ਈਪਿਆ ਵਾ ਜਿਹੜਾ ਕਿ ਮੈਥ ਵੀ ਪੜਦਾ ਵਾ ਫਿਜ਼ਿਕਸ ਵੀ ਪੜ ਰਿਹਾ ਪਰ ਕੈਮਿਸਟਰੀ ਤੇ ਕੰਪਿਊਟਰ ਨਹੀਂ ਪੜ ਰਿਹਾ ਤਾਂ ਓਨਲੀ ਏ ਆ ਤਾਂ ਆਪਸ਼ਨ ਨੰਬਰ ਇਥੇ ਡੀ ਰਾਈਟ ਆਨਸਰ ਹੋਵੇਗਾ ਅਗਲਾ ਪ੍ਰਸ਼ਨ ਆ ਜੀ ਹਾਂਜੀ ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ ਦੀ ਥਾਂ ਤੇ ਕਿਹੜਾ ਅੱਖਰ ਆਵੇਗਾ ਤਾਂ ਦਿੱਤੀ ਹੋਈ ਲੜੀ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਵੀ ਕਿੰਨੇ ਨੰਬਰ ਤੇ ਹੁੰਦਾ ਵਾਈ ਤੇ ਫਿਰ ਟੀ ਕਿੰਨੇ ਤੇ ਹੁੰਦਾ 20 ਤੇ ਏ ਨੰਬਰ ਅਸੀਂ ਪਤਾ ਕਰਨਾ ਹੈ ਜੇ ਕਿੰਨੇ ਤੇ ਹੁੰਦਾ ਵਾ ਜੇ ਹੁੰਦਾ ਜੀ 10 ਤੇ ਤੇ 20 ਹੁੰਦਾ ਵਾ ਅਗੇ 2 ਨੰਬਰ ਤੇ ਠੀਕ ਹੈ ਹੁਣ ਆਪਾਂ ਦੇਖੋ ਡਿਫਰੈਂਸ ਚੈੱਕ ਕਰੋ ਪਹਿਲਾਂ 2 ਦਾ ਵਾ ਠੀਕ ਹੈ ਇਸ ਨੰਬਰ ਦੇ ਵਿੱਚ ਅਸੀਂ ਪਤਾ ਕਰਨਾ ਤੇ ਇੱਥੋਂ ਇਸ ਨੰਬਰ ਦੇ ਵਿੱਚ ਫਿਰ ਲਾਸਟ ਦੇ ਜਦੋਂ ਅਸੀਂ ਚੈੱਕ ਕਰਦੇ ਹਾਂ ਤਾਂ ਇੱਥੇ 8 ਦਾ ਮਤਲਬ ਜੇ ਇੱਥੇ 2 ਦਾ ਡਿਫਰੈਂਸ ਆ ਤਾਂ ਮਗਰ ਕਿੰਨੇ ਦਾ ਹੋਊਗਾ ਬਣੂਗਾ 4 ਦਾ ਤੇ ਇੱਥੇ ਸ਼ੀਦਾ ਦੇ ਕੋਈ ਬਣ ਰਿਹਾ ਨਾ 2 4 6 8 ਤਾਂ b 2 b 2 b ਚੋਂ 2 ਮਾਈਨਸ ਕੀਤੇ b ਆ ਸੌਰੀ 22 ਚੋਂ 2 ਮਾਈਨਸ ਕੀਤੇ ਤਾਂ ਇਹ ਬਣ ਗਿਆ b 24 ਚੋਂ 4 ਮਾਈਨਸ ਕੀਤੇ 16 ਮਤਲਬ ਇੱਥੇ ਬਣਨਾ 16 16 ਤੇ ਕਿਹੜਾ ਨੰਬਰ ਆਉਂਦਾ ਵਾ p ਜਦੋਂ 16 ਤੇ ਅਸੀਂ p ਲੈ ਲਿਆ 16 ਚੋਂ 6 ਮਾਈਨਸ ਕੀਤੇ 10 10 ਚੋਂ 8 ਕੀਤੇ 2 ਮਤਲਬ ਇਹ ਲੜੀ ਬਣ ਰਹੀ ਹੈ ਨਾ ਤਾਂ ਆਪਸ਼ਨ b ਇੱਥੇ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਉਹ ਸੰਖਿਆ ਦੀ ਚੋਣ ਕਰੋ ਜੋ ਦਿੱਤੀ ਗਈ ਖਾਲੀ ਜਗ੍ਹਾ ਤੇ ਆਵੇਗੀ ਸਭ ਤੋਂ ਪਹਿਲਾਂ 5 ਤੇ 13 ਤੇ 18 ਦੇ ਵਿੱਚ 5 ਦਾ ਡਿਫਰੈਂਸ 18 ਤੇ 25 ਦੇ ਵਿੱਚ 7 ਦਾ ਫਿਰ 25 ਤੇ 30 ਦੇ ਵਿੱਚ 5 ਦਾ 30 ਤੇ 37 ਦੇ ਵਿੱਚ 7 ਦਾ ਫਿਰ 37 ਤੇ 42 ਦੇ ਵਿੱਚ 5 ਦਾ ਮਤਲਬ 42 ਤੋਂ ਅਗਲਾ ਨੰਬਰ ਆ ਜਿਹੜਾ ਉਹਨਾਂ ਦੇ ਉਹਦੇ ਵਿੱਚ ਕਿਹੜਾ ਡਿਫਰੈਂਸ ਹੋਊਗਾ 7 ਦਾ ਮਤਲਬ 49 ਨੰਬਰ ਆਊਗਾ ਕਿਵੇਂ ਪਤਾ ਲੱਗਿਆ 49 ਆਊਗਾ 13 ਤੇ 5 18 18 ਤੇ 7 25 25 ਤੇ 5 ਇੱਕ ਵਾਰੀ ਪੰਜ ਜੋੜੀ ਚੱਲੋ ਇੱਕ ਵਾਰੀ ਸੱਤ ਜੋੜੀ ਚੱਲੋ ਤਾਂ ਇੱਥੇ ਪਤਾ ਲੱਗ ਗਿਆ ਹਾਂਜੀ ਪੰਜਾਬੀ ਐਲੀਜੀਬਿਲਿਟੀ ਟੈਸਟ ਹਾਂਜੀ ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਨਿਕਲੀ ਆਵਾਜ਼ ਜਿਹੜੀ ਮੂੰਹ ਵਿੱਚੋਂ ਆਵਾਜ਼ ਨਿਕਲਦੀ ਆ ਉਹਨੂੰ ਕੀ ਬੋਲਿਆ ਜਾਂਦਾ ਵਾ ਤਾਂ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਨਿਕਲੀ ਆਵਾਜ਼ ਨੂੰ ਅਸੀਂ ਬੋਲਦੇ ਹਾਂ ਜੀ ਕੀ ਬੋਲਿਆ ਜਾਂਦਾ ਤੁਣੀ অপশন আ ইজ আ রাইট আনসার স্বরতি ব্যঞ্জন গুরুমুখী লিপি ਦੇ ਵਿੱਚ ਹੁੰਦੇ ਆ ਸਵਰ ਹੁੰਦੇ ਆ ਊੜਾ ਆੜਾ ਤੇ ਏੜੀ ਇਹ ਹੁੰਦੇ ਆ ਸਵਾਰੇ ਇਹਨਾਂ ਨੂੰ ਜਦੋਂ ਅਸੀਂ ਬੋਲਦੇ ਆ ਇਹਨਾਂ ਨੂੰ ਬੋਲਦੇ ਸਮੇਂ ਜਿਹੜੀ ਆਵਾਜ਼ ਆ ਸਾਡੇ ਸਰੀਰ ਦੇ ਜੋ ਅੰਗ ਆ ਜਾਨੀ ਕਿ ਬੁੱਲ ਦੰਦ ਜੀਵ ਇਹੇ ਰੁਕਾਵਟ ਨਹੀਂ ਪਾਉਂਦੇਗੇ ਪਰ ਵਿਅੰਜਨਾਂ ਜਿਹੜੇ ਸਸੇ ਤੋਂ ਡਾੜੇ ਤੱਕ ਹੁੰਦੇ ਆ ਇਹਨਾਂ ਨੂੰ ਬੋਲਣ ਦੇ ਸਮੇਂ ਸਾਡੇ ਸਰੀਰ ਦੇ ਅੰਗ ਆ ਜਿਹੜੇ ਉਹ ਰੁਕਾਵਟ ਪਾਉਂਦੇ ਆ ਜਿਵੇਂ ਪਪਾ ਪਪਾ ਬੋਲਿਆ ਮੈਂ ਮੇਰੇ ਦੋਨੇ ਜਿਹੜੇ ਆਪਣੇ ਤੁਸੀਂ ਪਪਾ ਬੋਲ ਕੇ ਦੇਖ ਸਕਦੇ ਹੋ ਪਪੇ ਦੇ ਵੇਲੇ ਕੀ ਆ ਕਿ ਦੋਨੇ ਬੁੱਲ ਜੁੜ ਜਾਂਦੇ ਆ ਆਪਸ ਚ ਤੇ ਮੂੰਹੋਂ ਜਿਹੜੀ ਆਪਣੇ ਮੂੰਹ ਚੋਂ ਆਵਾਜ਼ ਨਿਕਲਦੀ ਉਹਨੂੰ ਇਹ ਰੋਕਦੇ ਆ ਠੀਕ ਹੈ ਜਿਹੜੀ ਆਪਣੇ ਜਦੋਂ ਸਰੀਰ ਦੇ ਜਿਹੜੇ ਆਪਣੇ ਮਤਲਬ ਕਿ ਬਾਡੀ ਲੈਂਗੁਏਜ ਆ ਜਦੋਂ ਆਪਾਂ ਬੋਲਦੇ ਆ ਠੀਕ ਹੈ ਤਾਂ ਇਹਦੇ ਲਈ ਜਿਹੜੇ ਆਪਣੇ ਅੰਗ ਰੁਕਾਵਟ ਪਾਉਂਦੇ ਆ ਹਵਾ ਨੂੰ ਬਾਹਰ ਨਿਕਲਣ ਦੇ ਵਿੱਚ ਰੁਕਾਵਟ ਪਾਉਂਦੇ ਆ ਉਹਨਾਂ ਨੂੰ ਅਸੀਂ ਵਿਅੰਜਨ ਬੋਲਦੇ ਆ ਜਿਨ੍ਹਾਂ ਦੇ ਵੇਲੇ ਰੁਕਾਵਟ ਨਹੀਂ ਪੈਂਦੀ ਉਹਨਾਂ ਨੂੰ ਅਸੀਂ ਸਵਰ ਬੋਲਦੇ ਆ ਇਹ ਦੱਸਣਾ ਤੁਹਾਨੂੰ ਜ਼ਰੂਰੀ ਸੀ ਕਿਉਂਕਿ ਸਵਰ ਤੇ ਵਿਅੰਜਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਟਾਪਿਕ ਹੈ ਇਸ ਕਰਕੇ ਮੈਂ ਦੱਸ ਦਿੱਤੇ ਕਿਉਂਕਿ ਮੈਨੂੰ ਪਤਾ ਬਹੁਤ ਸਾਰੇ ਸਟੂਡੈਂਟਸ ਬੋਲਦੇ ਨੇ ਕਿ ਪੇਪਰ ਦੇ ਵਿੱਚ ਟਾਈਮ ਥੋੜਾ ਤੇ ਤੁਸੀਂ ਐਕਸਟਰਾ ਫੈਕਟ ਘੱਟ ਦੱਸਿਆ ਕਰੋ ਤਾਂ ਕਰਦੇ ਆ ਜੀ ਹਾਂਜੀ ਪੀ ਲੱਤਣ ਸੁਹੱਪਣ ਪੀੜ ਰੋਗ ਤੇ ਵਚਨ ਕੀ ਹਨ ਹਾਂਜੀ ਜਦੋਂ ਆਪਾਂ ਪੀੜ ਤੇ ਰੋਗ ਬਾਰੇ ਹੀ ਸੁਣਦੇ ਆ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਕੀ ਚੀਜ਼ ਆ ਇਹ ਠੀਕ ਹੈ ਪੀੜ ਤੇ ਰੋਗ ਇੱਕ ਤਰ੍ਹਾਂ ਨਾਲ ਇਹ ਭਾਵਵਾਚਕ ਆ ਜਿਨ੍ਹਾਂ ਨੂੰ ਆਪਾਂ ਕਿਸੇ ਦੇ ਮਤਲਬ ਆਪਾਂ ਮਹਿਸੂਸ ਕਰਦੇ ਆ ਠੀਕ ਹੈ ਭਾਵਵਾਚਕ ਭਾਵਵਾਚਕ ਦੇ ਨਾਲ ਰਿਲੇਟਡ ਹਨ ਜਿਵੇਂ ਕਿ ਤੁਹਾਨੂੰ ਪਤਾ ਨਾਮ ਪੰਜ ਪ੍ਰਕਾਰ ਦੇ ਹੁੰਦੇ ਆ ਕਿਹੜੇ-ਕਿਹੜੇ ਹੁੰਦੇ ਆ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਪਦਾਰਥਵਾਚਕ ਨਾਮ ਵਸਤੂਵਾਚਕ ਜੀ ਆ ਜਾਂਦਾ ਭਾਵਵਾਚਕ ਨਾਮ ਇਕਾਠਵਾਚਕ ਨਾਮ ਠੀਕ ਹੈ ਤੇ ਪਿਲਤਣ ਸੁਹੱਪਣ ਪੀੜ ਰੋਗ ਤੇ ਵਚਨ ਇਹ ਸਾਰੇ ਕੀ ਆ ਇਹ ਭਾਵਵਾਚਕ ਨਾਮ ਆ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ ਠੀਕ ਹੈ ਭਾਵਵਾਚਕ ਭਾਵਵਾਚਕ ਉਹ ਨਾਮ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਸਿਰਫ ਮਹਿਸੂਸ ਕਰਦੇ ਆ ਜਾਂ ਉਹਨਾਂ ਨੂੰ ਦੇਖ ਜਾਂ ਸੁਣ ਨਹੀਂ ਸਕਦੇਗੇ ਠੀਕ ਹੈ ਨੈਕਸਟ ਹੈ ਜੀ ਭਾਸ਼ਾ ਕਿਸ ਦੀ ਦੇਣ ਹੈ ਹਾਂਜੀ ਪਾਸ਼ਾ ਕਿਸ ਦੀ ਦੇਣਾ ਇਹ ਹੁੰਦੀ ਹੈ ਜੀ ਸਮਾਜ ਦੀ ਦੇਣ ਆਪਸ਼ਨ ਉਹ রাইਜ਼ਰ ਰਾਈਟ ਆਨਸਰ ਕਿਉਂਕਿ ਜਦੋਂ ਸਾਡੀ ਪ੍ਰੀ ਹਿਸਟਰੀ ਸਟਾਰਟ ਹੋਈ ਸੀ ਨਾ ਪ੍ਰੀ ਹਿਸਟਰੀ ਤੋਂ ਪਹਿਲਾਂ ਇੱਥੇ ਪ੍ਰਜਾਤੀਆਂ ਕਿਹੜੀਆਂ ਸੀਗੀਆਂ ਧਰਤੀ ਦੇ ਉੱਪਰ ਜਾਨਵਰਾਂ ਦੀਆਂ ਸੀਗੀਆਂ ਤੇ ਜਾਨਵਰਾਂ ਤੋਂ ਹੀ ਮਨੋਖਣੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਤੇ ਹਿਰਨ ਵਰਗੇ ਜਿਹੜੇ ਤੇਜ਼ ਜਾਨਵਰ ਦੌੜਦੇ ਸੀਗੇ ਉਹਨਾਂ ਨੂੰ ਉਹਨਾਂ ਦਾ ਸ਼ਿਕਾਰ ਕਰਨ ਦੇ ਲਈ ਯੂਨਿਟੀ ਦੀ ਲੋੜ ਸੀ ਤਾਂ ਉਹ ਯੂਨਿਟੀ ਦੇ ਲਈ ਮਨੋਖਣੇ ਹੂ ਹਾ ਹੀ ਇਸ ਤਰ੍ਹਾਂ ਦੇ ਵਰਲਡ ਆ ਜਿਹੜੇ ਵਰਤਨੇ ਸ਼ੁਰੂ ਕੀਤੇ ਸੀ ਚੀਕਾਂ ਵਗੈਰਾ ਮਾਰ ਕੇ ਇੱਕ ਦੂਜੇ ਨੂੰ ਉਹ ਸੰਬੋਧਿਤ ਕਰਦੇ ਸੀ ਠੀਕ ਹੈ ਪਰ ਹੌਲੀ ਹੌਲੀ ਲੈਂਗੁਏਜ ਜਿਹੜੀ ਸਮਾਜ ਦੇ ਵਿੱਚੋਂ ਡਿਵੈਲਪ ਹੋ ਗਈ ਕਿਉਂਕਿ ਉਹ ਇਕੱਠੇ ਰਹਿੰਦੇ ਸੀ ਜੋ ਪਹਿਲਾਂ ਮੰਗ ਲੱਗ ਲੱਗ ਹੀ ਰਹਿੰਦੇ ਛੋਟੇ ਛੋਟੇ ਜੀਵ ਹੀ ਖਾਂਦੇ ਰਹਿੰਦੇ ਤਾਂ ਅੱਜ ਲੈਂਗੁਏਜ ਵੀ ਨਹੀਂ ਹੋਣੀ ਸੀ ਤੇ ਹਿਸਟਰੀ ਵੀ ਨਹੀਂ ਸਾਡੀ ਸ਼ੁਰੂ ਹੋਣੀ ਸੀ ਠੀਕ ਹੈ ਕਿਉਂਕਿ ਜਦੋਂ ਉਹਨਾਂ ਦੀ ਯੂਨਿਟੀ ਬਣੀ ਤਾਂ ਬਹੁਤ ਕੁਝ ਡਿਵੈਲਪ ਹੋਇਆ ਨੈਕਸਟ ਹੈ ਮੈਂ ਰੋਟੀ ਛੋਟੀ ਖਾ ਕੇ ਪਾਣੀ ਧਾਣੀ ਪੀ ਕੇ ਗਿਆ ਸੀ ਯੋਜਕ ਚੂਨੋ ਹਾਂਜੀ ਇੱਕ ਤੁਹਾਨੂੰ ਵਾਕ ਦਿੱਤਾ ਹੋਇਆ ਜਿਦੇ ਵਿੱਚ ਲਿਖਿਆ ਮੈਂ ਰੋਟੀ ਛੋਟੀ ਖਾ ਕੇ ਪਾਣੀ ਧਾਣੀ ਪੀ ਕੇ ਗਿਆ ਸੀ ਦੇਖੋ ਇੱਥੋਂ ਵੀ ਤੁਹਾਨੂੰ ਦੋ ਚੀਜ਼ਾਂ ਕਲੀਅਰ ਹੋਣਗੀਆਂ ਪਾਣੀ ਧਾਣੀ ਲਿਖਿਆ ਰੋਟੀ ਛੋਟੀ ਲਿਖਿਆ ਦੇਖੋ ਇਟਸ ਜਿਹੜਾ ਸ਼ਬਦ ਬੋਧ ਆ ਨਾ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦੇ ਸਾਰਥਕ ਤੇ ਇੱਕ ਹੁੰਦਾ ਨਿਰਾਰਥਕ ਸਾਰਥਕ ਉਹ ਹੁੰਦਾ ਜਿਵੇਂ ਇੱਥੇ ਪਾਣੀ ਲਿਖਿਆ ਜਿਹਦਾ ਕੋਈ मीनिंग ਆ ਇੱਥੇ ਧਾਣੀ ਲਿਖਿਆ ਧਾਣੀ ਦਾ ਤਾਂ ਕੋਈ मीनिंग ਨਹੀਂ ਨਾ ਇੱਥੇ ਛੋਟੀ ਦਾ ਕੋਈ मीनिंग ਨਹੀਂਗਾ ਤਾਂ ਇਹ ਸਾਰੇ ਕੀ ਆ ਇਹ ਨਿਰਾਰਥਕ ਆ ਜਿਨ੍ਹਾਂ ਦਾ ਕੋਈ मीनिंग ਨਹੀਂ ਬਣ ਰਿਹਾ ਠੀਕ ਹੈ ਇਸ ਤਰ੍ਹਾਂ ਹੁਣ ਮੈਂ ਰੋਟੀ ਰਾਟੀ ਜੋਜਕਾ ਚੁਣਨਾ ਆਪਾਂ ਜੋਜਕ ਉਹ ਹੁੰਦਾ ਜਿਹੜਾ ਦੋ ਵਾਕਾਂ ਨੂੰ ਜੋੜ ਦਿੰਦਾ ਵਾ ਠੀਕ ਹੈ ਦੋ ਜਵਾ ਵਾਕਾਂ ਦੇ ਵਿਚਕਾਰ ਸੰਬੰਧ ਪੈਦਾ ਕਰ ਦਿੰਦਾ ਵਾ ਤਾਂ ਮੈਂ ਰੋਟੀ ਰੁਮੈਂ ਰੋਟੀ ਛੋਤੀ ਖਾ ਕੇ ਪਾਣੀ ਧਾਣੀ ਪੀ ਕੇ ਗਿਆ ਸੀ ਇਹਦੇ ਵਿੱਚ ਆਪਾਂ ਚੁਣਨਾ ਮਾ ਜੀ ਜੋਜਕ ਤਾਂ ਇਸ ਦੇ ਵਿੱਚ ਜੋਜਕ ਆ ਅਤੇ ਅਤੇ ਨੇ ਕੀ ਕੀਤਾ ਕਿ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜ ਦਿੱਤਾ ਇਹਨੂੰ ਅਸੀਂ ਬੋਲਦੇ ਹਾਂ ਯੋਜਕ ਠੀਕ ਹੈ ਨੈਕਸਟ ਹੈ ਉਤਰ ਸ਼ਬਦ ਦੇ ਕਿਹੜੇ ਬਹੁਤੇ ਬਹੁਤੇ ਅਰਥ ਨਹੀਂ ਹਨ ਹਾਂਜੀ ਉੱਤਰ ਸ਼ਬਦ ਦਿੱਤਾ ਹੋਇਆ ਤੇ ਇਹਦੇ ਵਿੱਚ ਉਹਨਾਂ ਨੇ ਬੋਲਿਆ ਵਾ ਕਿ ਇਹਦੇ ਬਹੁਤੇ ਅਰਥ ਨਹੀਂ ਹਨ ਇਹਨਾਂ ਦੇ ਵਿੱਚੋਂ ਕਿਹੜੇ ਆ ਜਿਹੜੇ ਇਹਦੇ ਬਹੁਤੇ ਅਰਥ ਨਹੀਂਗੇ ਉੱਤਰ ਦਾ ਮਤਲਬ ਕੀ ਹੁੰਦਾ ਆਪਾਂ ਮੋਸਟਲੀ ਜਦੋਂ ਆਪਾਂ ਕਰਦੇ ਆ ਨਾ ਪ੍ਰਸ਼ਨ ਉੱਤਰ ਉੱਤਰ ਦਾ મત ਪ੍ਰਸ਼ਨ ਦਾ ਮਤਲਬ ਤਾਂ ਤੁਸੀਂ ਸਮਝਦੇ ਹੋ ਤੇ ਉੱਤਰ ਦਾ ਮਤਲਬ ਹੁੰਦਾ ਜਵਾਬ ਦੇਣਾ ਠੀਕ ਹੈ ਆਪਾਂ ਲਿਖਦੇ ਆ ਨਾ ਪ੍ਰਸ਼ਨ ਉੱਤਰ ਉੱਤਰ ਦਾ ਮਤਲਬ ਹੁੰਦਾ ਜਵਾਬ ਦੇਣਾ ਤਾਂ ਅਸੀਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹਾਂ ਇਸ ਤਰ੍ਹਾਂ ਲਿੰਕ ਕਰਕੇ ਸਮਝੋਗੇ ਤਾਂ ਜ਼ਿਆਦਾ ਬੈਟਰ ਆਏਗਾ ਆਪਸ਼ਨ ਸਸਾਇਜ਼ ਦਾ ਰਾਈਟ ਆਨਸਰ ਕਿਉਂਕਿ ਜਦੋਂ ਅਸੀਂ ਪਹਿਲਾਂ ਹੀ ਆਪਸ਼ਨਾਂ ਦੇਖਣ ਲੱਗ ਜਾਂਦੇ ਆ ਨਾ ਫੇਰ ਸਾਡਾ ਜਿਹੜਾ ਮਾਈਂਡ ਆਫ ਪਜ਼ਲ ਹੋ ਜਾਂਦਾ ਨੈਕਸਟ ਹੈ ਹਾਂਜੀ ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਏ ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ ਉਹਨੂੰ ਆਪਾਂ ਕੀ ਬੋਲਦੇ ਆ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਆ ਗਿਆ ਇਹ ਠੀਕ ਹੈ ਉਹਨੂੰ ਅਸੀਂ ਬੋਲਦੇ ਆ ਆਖਿਰਤ ਕਣ ਆਪਸ਼ਨ ਆੜਾ ਇਜ਼ਾ ਰਾਈਟ ਆਨਸਰ ਨੈਕਸਟ ਹੈ ਮਿਹਨਤੀ ਲੋਕ ਕਦੇ ਹਾਰ ਨਹੀਂ ਮੰਨਦੇ ਕਿਸ ਤਰ੍ਹਾਂ ਦਾ ਬਾਗ ਹੈ ਹਾਂਜੀ ਮਿਹਨਤੀ ਲੋਕ ਆ ਜਿਹੜੇ ਇਹ ਕਦੇ ਵੀ ਹਾਰ ਨਹੀਂ ਮੰਨਦੇ ਤਾਂ ਇਹ ਕਿਹੜਾ ਬਾਗ ਆ ਇਹ ਹੈਗਾ ਵਾਜੀ ਨਾਂ ਬਾਚਕ ਬਾਗ ਠੀਕ ਹੈ ਨਾਂ ਬਾਚਕ ਬਾਗ ਆ ਕਿ ਮਿਹਨਤੀ ਲੋਕ ਆ ਜਿਹੜੇ ਇਹ ਕਦੇ ਹਾਰ ਨਹੀਂ ਮੰਦੇ অপশন ਨੰਬਰ ਆੜਾ ਇਜ਼ਾ ਰਾਈਟ ਆਨਸਰ ਠੀਕ ਹੈ 네ਗੇਟਿਵ ਜਿਹਨੂੰ ਬੋਲ ਦਿੰਨੇ ਆ ਸੀ ਨੈਕਸਟ ਹੈ ਸੋਕਾ ਸ਼ਬਦ ਦਾ ਸਹੀ ਵਿਸ਼ੇਸ਼ਣ ਦੱਸੋ ਹਾਂਜੀ ਸੋਕਾ ਸੋਕਾ ਦਾ ਸਹੀ ਵਿਸ਼ੇਸ਼ਣ ਦੱਸਣਾ ਇੱਥੇ ਤੁਸੀਂ ਤਾਂ ਇਹਦੇ ਵਿੱਚ ਕੀ ਆ ਸੋਕਾ ਸੋਕਾ ਦਾ ਮਤਲਬ ਕੀ ਹੁੰਦਾ ਤੁਹਾਨੂੰ ਸਭ ਨੂੰ ਪਤਾ ਸੋਕਾ ਜਦੋਂ ਪੈ ਜਾਂਦਾ ਪਾਣੀ ਦੇ ਜਿੱਥੇ ਘਾਟ ਹੋਵੇ ਤਾਂ ਇਹਦਾ ਸਹੀ ਬਚਨ ਚੁਣਨਾ ਵਾ ਇਹਦਾ ਸਹੀ ਬਚਨ ਹੈ ਜ ਸੁੱਕਾ ਠੀਕ ਹੈ অপਸ਼ਨ ਆੜਾ ਇਜ਼ ਅ ਰਾਈਟ ਆਂਸਰ ਵਿਸ਼ੇਸ਼ਣ ਦੀ ਗੱਲ ਹੋ ਰਹੀ ਆ ਸੋਕਾ ਦਾ ਸਹੀ ਵਿਸ਼ੇਸ਼ਣ ਆ ਜਿਹੜਾ ਉਹ ਹੈਗਾ ਸੁੱਕਾ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹਾਂਜੀ ਨੈਕਸਟ ਹੈ ਖੇਡ ਲਿਖੇ ਬਾਕਾਂ ਵਿੱਚ ਪ੍ਰਸ਼ਨਵਾਚਕ ਚੁਣੋ ਹਾਂਜੀ ਪ੍ਰਸ਼ਨਵਾਚਕ ਚੁਣਨਾ ਬਹੁਤ ਹੀ ਘਮਾਫਰਾ ਕੇ ਪਾਇਆ ਗਿਆ ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜੇ ਵੀ ਪ੍ਰਸ਼ਨਵਾਚਕ ਅਸੀਂ ਚੁਣਨੇ ਹੁੰਦੇ ਆ ਉਹਨਾਂ ਦੇ ਮਗਰ ਤਾਂ ਪ੍ਰਸ਼ਨ ਚਿੰਨ ਹੋਣਾ ਬਹੁਤ ਜ਼ਰੂਰੀ ਆ ਸ਼ਾਇਦ ਮੇਰੇ ਤੋਂ ਬਾਈ ਮਿਸਟੇਕ ਕਿ ਟਾਈਪ ਨਹੀਂ ਹੋਇਆ ਤਾਂ ਹੇਠ ਲਿਖੇ ਵਾਕਾਂ ਦੇ ਵਿੱਚੋਂ ਤੁਸੀਂ ਪ੍ਰਸ਼ਨ ਚਿੰਨ ਚੁਣਨਾ ਵਾ ਉਹ ਮੇਰਾ ਭਰਾ ਹੈ ਇਹਦੇ ਵਿੱਚ ਕੋਈ ਪ੍ਰਸ਼ਨ ਨਹੀਂ ਪੁੱਛਿਆ ਨਹੀਂ ਗਿਆ ਕਿਸੇ ਨੂੰ ਕੁਝ ਤੇ ਉਸ ਤੋਂ ਬਾਅਦ ਆਪਸ਼ਨ ਆੜਾ ਦੇਖੀਏ ਉਹ ਬਿਨਾਂ ਮਿਹਨਤ ਤੋਂ ਕਿਵੇਂ ਪਾਸ ਹੋ ਗਿਆ ਦੇਖੋ ਵੈਸੇ ਤਾਂ ਇੱਕ ਸੈਂਟੈਂਸ ਕੰਪਲੀਟ ਬਣ ਰਿਹਾ ਇਹ ਵੀ ਸਾਨੂੰ ਥੋੜਾ ਪਜ਼ਲ ਕਰ ਸਕਦਾ ਪਰ ਦੂਸਰੇ ਸੈਂਟੈਂਸ ਜਦੋਂ ਪੜਦੇ ਆ ਤੂੰ ਰਾਮ ਤੋਂ ਡਰਦਾ ਹੈ ਰਾਜੂ ਦਾ ਦਿਮਾਗ ਸੀਤਾ ਜਿੰਨਾ ਤੇਜ਼ ਨਹੀਂ ਹੈ ਤਾਂ ਇਹ ਵੀ ਇੱਕ ਸਿੰਪਲ ਸੇ ਲੱਗਦੇ ਆ ਉਹ ਬਿਨਾ ਮਿਹਨਤ ਤੋਂ ਕਿਵੇਂ ਪਾਸ ਹੋ ਗਿਆ ਇਹ ਆਪਾਂ ਮਤਲਬ ਸੋਚ ਰਹੇ ਆ ਕਿਸੇ ਨੂੰ ਕੁਐਸ਼ਨ ਕਰ ਸਕਦੇ ਆ ਠੀਕ ਹੈ ਤਾਂ ਇਹੀ ਕੀ ਹੋ ਗਿਆ ਪ੍ਰਸ਼ਨ ਚਿੰਨ ਹੋ ਗਿਆ ਜਾਂ ਪ੍ਰਸ਼ਨ ਵਾਚਕ ਹੋ ਗਿਆ ਠੀਕ ਹੈ ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜੀ ਬਾਕ ਬਾਕਾਂਸ਼ਾ ਦੇ ਮੇਲ ਨਾਲ ਕਿਸ ਦੀ ਰਚਨਾ ਹੁੰਦੀ ਹੈ ਹਾਂਜੀ ਬਾਕਾਂਸ਼ਾ ਦੇ ਮੇਲ ਦੇ ਨਾਲ ਠੀਕ ਹੈ ਬਾਕਾਂਸ਼ਾ ਦੇ ਮੇਲ ਦੇ ਨਾਲ ਜਿਹੜੀ ਰਚਨਾ ਮਾ ਉਹ ਕਿਸ ਦੀ ਹੁੰਦੀ ਆ ਹੁੰਦੀ ਹੈ ਜੀ ਬਾਕਾਂ ਦੀ অপਸ਼ਨ ਊੜਾ ਇਸ ਦਾ ਰਾਈਟ ਆਨਸਰ ਨੈਕਸਟ ਹੈ ਊਠ ਤੋਂ ਸ਼ਾਨਣੀ ਲਾਹਿਆਂ ਡੈਸ਼ ਅਖਾਣ ਪੂਰਾ ਕਰੋ ਹਾਂਜੀ ਊਠ ਤੋਂ ਸ਼ਾਨਣੀ ਲਾਹਿਆਂ ਅਖਾਣ ਨੂੰ ਨਾ ਆਪ ਸੋਚੋ ਕਿ ਕਿਉਂਕਿ ਇਹ ਖਾਣਾ ਮੋਸਟਲੀ ਆਪਾਂ ਪਿੰਡਾਂ ਦੇ ਵਿੱਚ ਆਮ ਹੀ ਵਰਤਦੇ ਰਹਿੰਦੇ ਆ ਊਠ ਤੋਂ ਸ਼ਾਨਣੀ ਲਾਹਿਆਂ ਪਰ ਹੌਲਾ ਨਹੀਂ ਹੁੰਦਾ ਠੀਕ ਹੈ অপਸ਼ਨ ਊੜਾ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਹਾਂਜੀ ਨੈਕਸਟ ਹੈ ਜੀ ਕਰ ਮਜ਼ੂਰੀ ਖਾ ਚੂਰੀ ਅਖਾਣ ਕੋ ਦੋ ਵਰਤੀ ਜਾਂਦੀ ਹੈ ਹਾਂਜੀ ਕਰ ਮਜ਼ੂਰੀ ਖਾ ਚੂਰੀ ਅਖਾਣ ਵਰਤੀ ਜਾਂਦੀ ਆ ਮਿਹਨਤ ਕਰਨ ਨਾਲ ਸਦਾ ਸੁੱਖ ਮਿਲਦਾ ਹੈ ਇਸ ਦੇ ਲਈ ਠੀਕ ਹੈ ਜਦੋਂ ਇਹ ਕਿਸੇ ਨੂੰ ਸਮਝਾਉਣਾ ਹੋਵੇ ਕਿ ਮਿਹਨਤ ਕਰਨ ਨਾਲ ਸਦਾ ਸੁੱਖ ਮਿਲਦਾ ਵਾ ਉੱਥੇ ਆਪਾਂ ਬੋਲਦੇ ਆ ਕਰ ਮਜ਼ੂਰੀ ਖਾ ਚੂਰੀ ਨੈਕਸਟ ਹੈ ਮਜੂਰੀ ਦਾ ਮਤਲਬ ਇੱਥੇ ਕੀ ਆ ਮੇਲਾ ਤਾਂ ਬਾਈ ਮਿਸਟੇਕ ਹੋ ਜਿਹੜੇ ਟਾਈਪਿੰਗ ਦੇ ਵਿੱਚ ਹੋ ਜਾਂਦਾ ਮਜ਼ਦੂਰੀ ਨੂੰ ਬੋਲਿਆ ਗਿਆ ਠੀਕ ਹੈ ਨੈਕਸਟ ਹੈ ਗੱਤ ਬਣਾਉਣਾ ਹਾਂਜੀ ਗੱਤ ਬਣਾਉਣਾ ਮੁਹਾਵਰੇ ਦਾ ਸਹੀ ਅਰਥ ਆ ਜਿਹੜਾ ਤੁਸੀਂ ਉਹ ਚੁਣਨਾ ਵਾ ਗੱਤ ਬਣਾਉਣਾ ਦਾ ਮਤਲਬ ਹੁੰਦਾ ਵਾ ਜੀ ਮਾਰਕੁਟਾਈ ਕਰਨੀ ਆਪਸ਼ਨ ਏ ਡੀ ਇਸ ਆ ਰਾਈਟ ਆਂਸਰ ਠੀਕ ਹੈ ਗੱਤ ਬਣਾਉਣਾ ਮਾਰਕੁਟਾਈ ਕਰਨੀ ਨੈਕਸਟ ਹੈ ਪੁਲਿਸ ਨੂੰ ਦੇਖ ਕੇ ਚੋਰਾਂ ਦੇ ਡੈਸ਼ ਮੁਹਾਵਰਾ ਪੂਰਾ ਕਰੋ ਹਾਂਜੀ ਪੁਲਿਸ ਨੂੰ ਦੇਖ ਕੇ ਚੋਰਾਂ ਨੂੰ ਕੀ ਹੋ ਜਾਂਦਾ ਹੋਸ਼ ਛੁੱਟ ਜਾਂਦੇ ਆ ਤਾਂ ਪੁਲਿਸ ਨੂੰ ਦੇਖ ਕੇ ਚੋਰਾਂ ਦੇ ਹੋਸ਼ ੁੱਟ ਗਏ ਆਪਸ਼ਨ ਆ ਡਾਈਜ਼ਾ ਰਾਈਟ ਆਨਸਰ ਨੈਕਸਟ ਹੈ ਜੀ ਕਹਲਾ ਹਾਂਜੀ ਕਾਲਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਦੇਖੋ ਕਾਲਾ ਦਾ ਕੀ ਮਤਲਬ ਹੁੰਦਾ ਤੂੰ ਬੜਾ ਕਾਲਾ ਆਪਾਂ ਬੋਲਦੇ ਆ ਨਾ ਜਦੋਂ ਕੋਈ ਤੈਨੂੰ ਕਾਲੀ ਬਾਲ ਜ਼ਿਆਦਾ ਕਾਲੀਆਂ ਇਦਾਂ ਵੀ ਕਹਿ ਦਿੰਨੇ ਆ ਨਾ ਤਾਂ ਕਾਲਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਤਾਂ ਇਹਦਾ ਵਿਰੋਧੀ ਸ਼ਬਦ ਕੀ ਹੈ ਮਤਲਬ ਤੂੰ ਤੈਨੂੰ ਬਾੜੀ ਤੇਜ਼ੀ ਹੈ ਨਾ ਆਪਾਂ ਇਦਾਂ ਬੋਲਦੇ ਆ ਤੇਜ਼ੀ ਤੇਜ਼ ਹੋਣਾ ਕਿਸੇ ਮਤਲਬ ਕਿ ਤੇਜ਼ੀ ਕਰਨੀ ਕਾਲਾ ਪੈਣਾ ਨਾ ਉਹ ਅਲੱਗ मीनिंग ਬਣ ਜਾਂਦਾ ਆਪਾਂ ਵਿਰੋਧੀ ਚੁਣਨਾ ਉਹਦਾ ਆਪੋਜ਼ਿਟ ਚੁਣਨਾ ਵਾ ਮਤਲਬ ਹੌਲੀ ਹੋਊਗਾ ਤੇ ਰਜਸ ਭਾਣ ਨਾਲ ਕੰਮ ਕਰਨਾ ਹੋਊਗਾ ਨਾ ਤਾਂ ਆਪਸ਼ਨ ਊੜਾ ਹੀ ਹੋਊਗਾ ਤੀਰਾ ਠੀਕ ਹੈ ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ ਜੀ 15 ਦਾ ਨੈਕਸਟ ਹੈ ਉਜਾਲਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਹਾਂਜੀ ਉਜਾਲਾ ਉਜਾਲਾ ਸ਼ਬਦ ਦਾ ਸਮਾਨਾਰਥਕ ਹੈ ਜਿਹੜਾ ਉਹ ਕਿਹੜਾ ਨਹੀਂ ਗਾ ਤਾਂ ਇਹ ਹੈਗਾ ਉਜਾਲਾ ਦਾ ਮਤਲਬ ਕੀ ਹੁੰਦਾ ਵਾ ਪ੍ਰਕਾਸ਼ ਲੋ ਚਾਨਣ ਠੀਕ ਹੈ ਉਜਾਲਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਹਨੇਰਾ ਹਨੇਰਾ ਵਾ ਜਿਹੜਾ ਇਹ ਉਜਾਲਾ ਦਾ ਸਮਾਨਾਰਥਕ ਨਹੀਂਗਾ অপশন সসা ইজ দা রাইট আনসার নেক্সট এ ও ਟਾਕਰਾ ਜਿਸ ਵਿੱਚ ਬਹੁਤਿਆਂ ਦਾ ਘਾਣ ਹੋ ਜਾਏ ਉਸ ਨੂੰ ਕੀ ਕਿਹਾ ਜਾਂਦਾ ਹੈ हां जी ਉਹ ਟਾਕਰਾ ਜਿਸ ਦੇ ਵਿੱਚ ਬਹੁਤਿਆਂ ਦਾ ਘਾਣ ਹੋ ਜਾਵੇ ਉਸ ਨੂੰ ਬੋਲਦੇ ਆ ਕੱਲੂ ਘਾਰਾ অপশন ਨੰਬਰ ਈਡੀ ইজ দা রাইট আনসার ਛੋਟਾ ਕੱਲੂ ਘਾਰਾ ਤੇ ਵੱਡਾ ਕੱਲੂ ਘਾਰਾ ਸੁਣ ਕੇ ਜਿਆਦਾ ਆਇਆ ਹੋਊਗਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਕਦੋਂ ਹੋਏ ਸੀ ਨੈਕਸਟ ਹੈ ਹੇਟ ਲਿਖਿਆਂ ਵਿੱਚੋਂ ਸੰਪਰਦਾਨ ਕਾਰਕ ਦੱਸੋ ਕਰਤਾਰ ਸਿੰਘ ਸਰਾਬਾ ਨੇ ਦੇਸ਼ ਲਈ ਜਾਣਵਾਰ ਦਿੱਤੀ ਹਾਂ ਜੀ ਕਾਰਕ ਤੁਹਾਨੂੰ ਪਤਾ ਹੈ 8 ਤਰ੍ਹਾਂ ਦੇ ਹੁੰਦੇ ਆ ਠੀਕ ਹੈ ਇਹਨਾਂ ਦੇ ਵਿੱਚੋਂ ਇੱਕ ਹੁੰਦਾ ਵਾ ਸੰਪਰਦਾਨ ਇਸ ਕਾਰਕਦਾਰ ਬਹੁਤ ਹੀ ਡੂੰਘਾਈ ਦੇ ਵਿੱਚ ਪੇਪਰ A ਦੇ ਵਿੱਚ ਜਿਹੜੀ ਪੰਜਾਬੀ ਉਹ ਪੁੱਛੀ ਗਈ ਆ ਕਲਰਕ ਦੇ ਪੇਪਰ ਦੇ ਵਿੱਚ ਹੋਏ ਸੀ ਸਟੈਨੋ ਦਾ ਪੇਪਰ ਹੋਇਆ ਠੀਕ ਹੈ ਥੋੜਾ ਧਿਆਨ ਨਾਲ ਜਿਹੜੀਆਂ ਡੈਫੀਨੇਸ਼ਨਸ ਮੈਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਕਰਵਾਈਆਂ ਹੋਈਆਂ ਵਾ ਤਾਂ ਉਹਨਾਂ ਤੋਂ ਨੋਟਸ ਬਣਾ ਲਓ ਪੇਪਰ ਦੇ ਵਿੱਚ ਇੱਕ ਜਾਂ ਇੱਕ ਦਿਨ ਜਾਣ ਤੋਂ ਪਹਿਲਾਂ ਜ਼ਰੂਰ ਉਹਨਾਂ ਨੂੰ ਪੜ੍ਹ ਕੇ ਜਾਣਾ ਕਰਤਾਰ ਸਿੰਘ ਸਰਾਬਾ ਨੇ ਦੇਸ਼ ਦੇ ਲਈ ਜਾਨ ਬਰ ਦਿੱਤੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਅ ਇਸ ਦੇ ਵਿੱਚ ਆਪਾਂ ਸੰਪਰਦਨ ਕਾਰਕ ਚੁਣਨਾ ਵਾ ਜਾਨ ਦੇਸ਼ ਲਈ ਠੀਕ ਹੈ ਆਪਸ਼ਨ ਏ ਡੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਤਾਤੂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਹਾਂਜੀ ਤਾਤੂ ਤਾਤੂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਾਂ ਇਸ ਦੀਆਂ ਹੁੰਦੀਆਂ ਨੇ ਜੀ ਚਾਰ ਕਿਸਮਾਂ অপশন উডা ইজ দা রাইট आंसर তা তো কি ਹੁੰਦਾ ਹੁਣ ਇਹ ਵੀ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਨੈਕਸਟ ਹੈ ਭਵਿੱਖਤ ਕਾਲ ਦੇ ਕਿੰਨੇ ਪ੍ਰਕਾਰ ਹਨ ਹਾਂਜੀ ਭਵਿੱਖਤ ਕਾਲ ਦੇ ਕਿੰਨੇ ਪ੍ਰਕਾਰ ਹਨ ਭਵਿੱਖਤ ਕਾਲ ਭਵਿੱਖਤ ਕਾਲ ਕੀ ਹੁੰਦਾ ਇੰਗਲਿਸ਼ ਤੋਂ ਥੋੜਾ ਸੋਚ ਲਿਆ ਕਰੋ ਫਿਊਚਰ ਆਉਣ ਵਾਲਾ ਸਮਾਂ ਠੀਕ ਹੈ ਭਵਿੱਖ ਕਾਲ ਜੀ ਨੂੰ ਅਸੀਂ ਬੋਲਦੇ ਹਾਂ ਕਿ ਭਵਿੱਖ ਦੀ ਗੱਲ ਕਰ ਰਹੇ ਹਾਂ ਠੀਕ ਹੈ ਬਹੁਤ ਸਾਰੇ ਕੱਲ ਵੀ ਮੈਨੂੰ ਇੱਕ ਸਟੂਡੈਂਟਸ ਨੇ ਕਮੈਂਡ ਕੀਤਾ ਸੀ ਕਿ ਭਵਿੱਖ ਕਾਲ ਆ ਜਿਹੜਾ ਵਰਤਮਾਨ ਕਾਲ ਹੁੰਦਾ ਵਾ ਆਉਣ ਵਾਲਾ ਸਮਾਂ ਤਾਂ ਹੁਣ ਦੱਸੋ ਤੁਸੀਂ ਬਈ ਭਵਿੱਖ ਕਾਲ ਹੁੰਦਾ ਕਿ ਵਰਤਮਾਨ ਕਾਲ ਹੁੰਦਾ ਆਉਣ ਵਾਲਾ ਸਮਾਂ ਭਵਿੱਖ ਕਾਲ ਹੁੰਦਾ ਠੀਕ ਹੈ ਤੇ ਇਹ ਚਾਰ ਪ੍ਰਕਾਰ ਦੇ ਹੁੰਦੇ ਆ অপਸ਼ਨ ਸਲਾਈਸ ਦਾ ਰਾਈਟ ਆਨਸਰ ਨੈਕਸਟ ਹੈ ਹੇਟ ਲਿਖੇ ਸ਼ਬਦਾਂ ਵਿੱਚ ਸ਼ੁੱਧ ਮਤਲਬ ਕਿ ਸਹੀ ਸ਼ਬਦ ਦਾ ਜਿਹੜੇ ਸਹੀ ਸਪੈਲਿੰਗ ਲਿਖੇ ਹੋਇਆ ਉਹ ਤੁਸੀਂ ਚੁਣਨਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਾਰ ਤੁਸੀਂ ਮੋਟਾ ਜਿਹਾ ਦੇਖ ਲਿਓ ਕਿ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹਨੇ ਕੀ ਪਾਉਣ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਤੁਸੀਂ ਉਹ ਸਵਾਲ ਨੂੰ ਆਪ ਆਪ ਪਾਉਣਾ ਠੀਕ ਹੈ ਜਦੋਂ ਤੁਸੀਂ ਆਪ ਪਾਉਂਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹਨੇ ਜਾਣਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਜਿਹੜਾ ਕਿ ਇਦਾਂ ਪਾਉਗਾ ਕਿਉਂਕਿ ਜਦੋਂ ਅਸੀਂ ਆਪਸ਼ਨਾਂ ਦੇਖਾਂਗੇ ਆਪਸ਼ਨਾਂ ਦੇਖ ਕੇ ਨਾ ਅਸੀਂ ਪਜ਼ਲ ਹੋਵਾਂਗੇ ਤਾਂ ਆਪਸ਼ਨ ਈਡੀ ਇੱਥੇ ਰਾਈਟ ਆਨਸਰ ਬਣੂਗੀ ਜਾਣਣਾ ਨੈਕਸਟ ਹੈ ਲੀੜਾ ਅਤੇ ਲੱਤਾ ਲੱਤਾ ਕਿਹੜਾ ਸਮਾਸੀ ਸ਼ਬਦ ਬਣਦਾ ਹੈ ਹਾਂਜੀ ਲੀੜਾ ਅਤੇ ਲੱਤਾ ਲੀੜਾ ਲੱਤਾ ਆਪਾਂ ਬੋਲਦੇ ਹਾਂ ਨਾ ਸਮਾਸੀ ਸ਼ਬਦ ਦੇ ਵਿੱਚ ਨਾ ਜੋੜ ਨਹੀਂ ਪਾਈ ਜਾਂਦੀ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਇਹ ਵਿਰੋਧੀ ਵੀ ਹੋ ਸਕਦੇ ਆ ਤੇ ਇੱਕ ਤਰ੍ਹਾਂ ਨਾਲ ਜਿਵੇਂ ਰੋਟੀ ਰਾਟੀ ਬੋਲਦੇ ਹਨ ਉਹ ਵੀ ਹੋ ਸਕਦੇ ਆ ਹੁਣ ਲੀੜਾ ਲੱਤਾ ਆ ਗਿਆ ਲੀੜਾ ਲੱਤਾ ਦੇ ਵਿੱਚ ਲੱਤਾ ਸਮਾਸੀ ਸ਼ਬਦ ਆ ਤੇ ਇਹਦੇ ਵਿੱਚੋਂ ਕਿਹੜਾ ਸਹੀ ਬਣਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸਮਾਸੀ ਦੇ ਵਿੱਚ ਹਮੇਸ਼ਾ ਹੀ ਜੋੜਨੀ ਪਾਈ ਜਾਂਦੀ ਆ ਤਾਂ ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਬਣੂਗੀ ਜੀ ਹਾਂਜੀ ਦੱਸੋ ਜਲਦੀ ਨਾਲ ਲੀੜਾ ਲੱਤਾ ਆਪਸ਼ਨ ਓੜਾ ਹੀ ਪਈ ਆ ਮੇਰੇ ਵਾਲੀ ਠੀਕ ਐ ਨੈਕਸਟ ਐ ਜੀ ਕੰਮ ਸ਼ਬਦ ਨਾਲ ਅਗੇਤਰ ਦੇ ਸਹੀ ਵਿਕਲਪ ਚੁਣੋ ਹਾਂਜੀ ਕਮ ਸ਼ਬਦ ਲਗਾ ਕੇ ਦੇਖੋ ਉਹਨਾਂ ਨੇ ਕਿਹੜਾ ਅਗੇਤਰ ਬਣਾਇਆ ਅਗੇਤਰ ਤੇ ਪਿਛੇਤਰ ਦਾ ਮਤਲਬ ਹੁੰਦਾ ਕਿ ਕਿਸੇ ਹੋਰ ਵਾਕ ਤੋਂ ਮਤਲਬ ਕਿ ਕਿਸੇ ਇੱਕ ਵਾਕ ਦੇ ਅੱਗੇ ਕੋਈ ਸ਼ਬਦ ਲਗਾ ਕੇ ਉਹਨੂੰ ਕਿਸ ਕੋਈ ਹੋਰ ਅਰਥ ਫੁੱਲ ਉਹਦਾ ਹੋਰ ਮੀਨਿੰਗ ਕੱਢ ਦੇਣਾ ਠੀਕ ਹੈ ਇਦਾਂ ਦਾ ਵਾਕ ਜਾਂ ਇਦਾਂ ਦਾ ਸ਼ਬਦ ਬਣਾ ਦੇਣਾ ਠੀਕ ਹੈ ਤਾਂ ਹੁਣ ਕਿਹੜਾ ਸਹੀ ਚੁਣਨਾ ਵਾਸੀ ਕਮਬਖਤ ਕਮਬਖਤ ਬਣ ਰਿਆ ਨਾ ਕਮ ਪਲੱਸ ਵਖਤ ਤਈ ਬਣ ਗਿਆ ਕੰਬੈਕ ਤਾਂ ਆਪਸ਼ਨ A ਉਡਾਈ ਜ਼ੈ ਰਾਈਟ ਆਨਸਰ ਨੈਕਸਟ ਨੈਕਸਟ ਹੈ ਜੀ ਛਟਕਈ ਸੁਰਮਈ ਮਲਵਈ ਇਸ ਦੇ ਵਿੱਚ ਕਿਹੜਾ ਅਪਿਸ਼ੇਤਰ ਲੱਗਿਆ ਹੋਇਆ ਹੈ ਤਾਂ ਇਸ ਦੇ ਵਿੱਚ ਸਾਨੂੰ ਦਿਖ ਰਿਹਾ ਹੈ ਕਿ ਪਿਸ਼ੇਤਰ ਹੈ ਜਿਹੜਾ ਉਹ ਲੱਗਿਆ ਹੋਇਆ ਹੈ ਜੀ ਅਈ ਠੀਕ ਹੈ ਦੇਖੋ ਛਟਕ ਛਟਕ ਝਟਕ ਮਤਲਬ ਕੀ ਆ ਕਿ ਇੱਕ ਤਾਂ ਹੁੰਦਾ ਛਟਕਈ ਠੀਕ ਹੈ ਛਟਕਈ ਇਹ ਕਿਹਦੇ ਤੋਂ ਬਣਿਆ ਝਟਕ ਪਲੱਸ ਅਈ ਤੋਂ ਬਣਿਆ ਠੀਕ ਹੈ ਛਟਕਈ ਉਸ ਤੋਂ ਬਾਅਦ ਸੁਰਮਈ ਸੁਰਮ ਪਲੱਸ ਈ ਠੀਕ ਹੈ ਸੁਰਮਾ ਪਲਸ ਈ ਇਹ ਬਣ ਗਿਆ ਸੁਰਮਈ ਇਸ ਗੱਲ ਦਾ ਤੁਸੀਂ ਧਿਆਨ ਰੱਖੋ ਜਿਹੜੇ ਅਗੇਤਰ ਪਿਸ਼ੇਤਰ ਹਨ ਉਹ ਇਸ ਤਰ੍ਹਾਂ ਹੀ ਬਣਾਏ ਜਾਂਦੇ ਆ ਤਾਂ ਇਹਦੇ ਵਿੱਚ ਰਾਈਟ ਆਨਸਰ ਹੈ ਜੀ ਈ ਠੀਕ ਹੈ ਚਟਕਈ ਨੈਕਸਟ ਹੈ ਜੀ ਬਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਹੈ ਹਾਂਜੀ ਬਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਹੈਗਾ ਬੋਲ ਇਸ਼ਾਰਾ ਹਾ ਭਾਵ ਠੀਕ ਹੈ অপਸ਼ਨ ਸਸਾਇਜ਼ ਦਾ রাইਟ ਆਨਸਰ ਨੈਕਸਟ ਕਿਹੜਾ ਜੁੱਟ ਸਹੀ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਜੁੱਟ ਸਹੀ ਆ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਲਿਖਿਆ ਪੁਆਦੀ ਪੁਆਦੀ ਕਿਹਦੇ ਵਿੱਚ ਬੋਲੀ ਜਾਂਦੀ ਆ ਪੁਆਦੀ ਬੋਲੀ ਜਾਂਦੀ ਆ ਜੀ ਰੋਪੜ ਅਤੇ ਨਮਾਸ਼ਹਿਰ ਚ ਦੁਆਬੀ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਵਿੱਚ ਠੀਕ ਹੈ ਪਰ ਇੱਥੇ ਜੇ ਆਪਾਂ ਦੇਖੀਏ ਨਵੇਂ ਸ਼ਹਿਰ ਦੇ ਵਿੱਚ ਕੀ ਬੋਲੀ ਜਾਂਦੀ ਹੈ ਦੁਆਬੀ ਬੋਲੀ ਜਾਂਦੀ ਹੈ ਇਹ ਗੱਲ ਤੋਂ ਹੋ ਗਿਆ ਨਾ ਵਾਦੀ ਰੋਪੜ ਚ ਤਾਂ ਬੋਲੀ ਜਾਂਦੀ ਹੈ ਪਰ ਨਵੇਂ ਸ਼ਹਿਰ ਚ ਨਹੀਂ ਦੁਆਬੀ ਗੁਰਦਾਸਪੁਰ ਚ ਨਹੀਂ ਬੋਲੀ ਜਾਂਦੀ ਕਿਉਂਕਿ ਇੱਥੇ ਮਾਝੀ ਬੋਲੀ ਜਾਂਦੀ ਹੈ ਮਾਝੀ ਪਟਿਆਲਾ ਚ ਨਹੀਂ ਬੋਲੀ ਜਾਂਦੀ ਕਿਉਂਕਿ ਇੱਥੇ ਮਲਬਈ ਬੋਲੀ ਜਾਂਦੀ ਹੈ ਤਾਂ ਮਤਲਬ ਇੱਥੋਂ ਇੱਕ ਇੱਕ ਗਲਤ ਲਿਖਿਆ ਹੋਇਆ ਤਾਂ ਮਲਵਈ ਆ ਜਿਹੜੀ ਇਹ ਬਠਿੰਡਾ ਤੇ ਲੁਧਿਆਣਾ ਦੇ ਵਿੱਚ ਜ਼ਰੂਰ ਬੋਲੀ ਜਾਂਦੀ ਹੈ ਆਪਸ਼ਨ ਸਸਾਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਕਿਸ ਸਿਧਾਂਤ ਤੇ ਚੱਲਣ ਲਈ ਹਰ ਵਿਅਕਤੀ ਲਈ ਜ਼ਰੂਰੀ ਦੱਸਿਆ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੇ ਵਿੱਚੋਂ ਕਿਹੜਾ ਸਿਧਾਂਤਾਂ ਜਿਹਦੇ ਤੇ ਚੱਲਣਾ ਹਰ ਵਿਅਕਤੀ ਦੇ ਲਈ ਜ਼ਰੂਰੀ ਦੱਸਿਆ ਜਿਵੇਂ ਕਿ ਤੁਹਾਨੂੰ ਪਤਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਤਿੰਨ ਸਿੱਖਿਆਵਾਂ ਦਿੱਤੀਆਂ ਸੀ ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਤਾਂ ਆਪਸ਼ਨ ਸੱਸਾ ਇਸ ਦਾ ਰਾਈਟ ਆਨਸਰ ਹੈ ਪ੍ਰੋਕਤ ਸਾਰੇ ਨੈਕਸਟ ਹੈ ਕੀਰਤਨ ਦੀ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ ਹਾਂਜੀ ਕੀਰਤਨ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕੀਤੀ ਸੀ ਆਪਸ਼ਨ ਨੰਬਰ ਇਥੇ ਕਿਹੜਾ ਰਾਈਟ ਆਨਸਰ ਹੋਊਗਾ ਆਪਸ਼ਨ ਉਡਾ ਜਿਹੜੇ ਸਟੂਡੈਂਟਸ ਨੂੰ ਟਾਈਮ ਥੋੜਾ ਲੱਗ ਰਿਹਾ ਹੈ ਟੈਸਟ ਨੂੰ ਅਟੈਂਪਟ ਕਰਨ ਦੇ ਲਈ ਉਹ ਵੀ ਦੱਸ ਦੇਣ ਤਾਂ ਜੋ ਆਪਾਂ ਤੁਹਾਡਾ ਟਾਈਮ ਆ ਜਿਹੜਾ ਤੁਹਾਨੂੰ ਹੋਰ ਦੇ ਸਕੀਏ ਕੀਰਤਨ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਠੀਕੇ ਜੀ ਵਿੱਚ ਕੀਤੀ ਸੀ ਹਾਂਜੀ ਹਰ ਗੋਵਿੰਦਪੁਰ ਦਾ ਪੁਰਾਣਾ ਨਾਮ ਸੀਗਾ ਰੁਹੇਲਾ ਠੀਕ ਹੈ ਰੁਹੇਲਾ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਜਿਹੜਾ ਕਿ ਜਲੰਧਰ ਵਾਲੀ ਸਾਈਡ ਆ ਤਰਨਤਾਰਨ ਅਤੇ ਰੁਹੇਲਾ ਠੀਕ ਹੈ ਇਹਨਾਂ ਦੀ ਸਥਾਪਨਾ ਕੀਤੀ ਸੀ ਤਰਨਤਾਰਨ ਤੇ ਕਰਤਾਰਪੁਰ ਦੀ ਤਾਂ ਸਥਾਪਨਾ ਕੀਤੀ ਸੀ ਪਰ ਰੁਹੇਲਾ ਇੱਕ ਪਿੰਡ ਸੀਗਾ ਜਿਸ ਨੂੰ ਇਹ ਜਿਸ ਵਿੱਚ ਇਹਨਾਂ ਨੇ ਸੁਧਾਰ ਕੀਤੇ ਸੀ ਤੇ ਆਪਣੇ ਪੁੱਤਰ ਹੋਣ ਦੀ ਖੁਸ਼ੀ ਦੇ ਵਿੱਚ ਉਸ ਦਾ ਨਾਮ ਬਦਲ ਕੇ ਹਰਗੋਬਿੰਦਪੁਰਾ ਕਰ ਦਿੱਤਾ ਸੀ ਤਾਂ ਹਰਗੋਬਿੰਦਪੁਰਾ ਨਗਰ ਦੀ ਸਥਾਪਨਾ ਗੁਰੂ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਹਰगोਬਿੰਦ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਕੀਤੀ ਸੀ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਆਦਿ ਗ੍ਰੰਥ ਦੇ ਸੰਕਲਨ ਦਾ ਕੰਮ ਕਿਹੜੇ ਸਥਾਨ ਤੇ ਕੀਤਾ ਗਿਆ ਹਾਂਜੀ ਆਦਿ ਗ੍ਰੰਥ ਦਾ ਸੰਕਲਨ ਗੁਰੂ ਹਰगोਬਿੰਦ ਸੋਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕਰਵਾਇਆ ਸੀ ਤੇ ਪਹਿਲੇ ਤਿੰਨ ਗੁਰੂਆਂ ਦੀ ਬਾਣੀ ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਬਾਬਾ ਮੋਹਰ ਤੋਂ ਲਈ ਸੀ ਸੌਰੀ ਬਾਬਾ ਮੋਹਨ ਬਾਬਾ ਮੋਹਨ ਜੀ ਤੋਂ ਲਈ ਸੀ ਠੀਕ ਹੈ ਤੇ ਇਹ ਵੀ ਤੁਹਾਨੂੰ ਪਤਾ ਆ ਸਕਦਾ ਵਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਸੀਗਾ ਕਿੰਨਾ ਨੇ ਭਾਈ ਗੁਰਦਾਸ ਜੀ ਨੇ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਆਦਿ ਗ੍ਰੰਥ ਦਾ ਸੰਕਲਨ ਕਰਵਾਇਆ ਸੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਸੀ ਭਾਈ ਗੁਰਦਾਸ ਜੀ ਨੇ ਪਹਿਲੇ ਗ੍ਰੰਥੀ ਬਣੇ ਸੀ ਬਾਬਾ ਬੁੱਢਾ ਜੀ ਠੀਕ ਹੈ ਇਸ ਤਰ੍ਹਾਂ ਦੇ ਐਮਸੀਕਿਊ ਲਿੰਕ ਕਰਕੇ ਯਾਦ ਰੱਖਿਆ ਕਰੋ ਆਦਿ ਗ੍ਰੰਥ ਦੇ ਸੰਕਲਨ ਦਾ ਕੰਮ ਕਿਹੜੇ ਸਥਾਨ ਤੇ ਕੀਤਾ ਗਿਆ ਤੇ ਕੀਤਾ ਗਿਆ ਸੀ ਜੀ ਅੰਮ੍ਰਿਤਸਰ ਸਰੋਵਰ ਦੇ ਕੰਡੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਗੁਰੂ ਹਰगोविंद ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਹਾਂਜੀ ਗੁਰੂ ਹਰਗੋਬਿੰਦ ਜੀ ਨੇ ਆਪਣਾ ਉੱਤਰਾਧਿਕਾਰੀ ਅਪoint ਕੀਤਾ ਸੌਰੀ ਨਿਯੁਕਤ ਕੀਤਾ ਸੀ ਕਿੰਨਾ ਨੂੰ ਕੀਤਾ ਤਾਂ ਸੱਤਵੇਂ ਗੁਰੂ ਕੌਣ ਬਣੇ ਸੀ ਗੁਰੂ ਹਰ राय ਜੀ ਦੇਖੋ ਗੁਰੂ ਹਰगोविंद ਜੀ ਆਪਣਾ ਉੱਤਰਾਧਿਕਾਰੀ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਨੂੰ ਬਣਾਉਣਾ ਚਾਹੁੰਦੇ ਸੀ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਜੀ ਦਾ ਵੱਡਾ ਪੁੱਤਰ ਸੀ ਤੇ ਗੁਰੂ ਤੇਗ ਬਹਾਦਰ ਜੀ ਸਭ ਤੋਂ ਛੋਟੇ ਪੁੱਤਰ ਕਹਿ ਸਕਦੇ ਆ ਆਪਾਂ ਠੀਕ ਹੈ ਪਰ ਬਾਬਾ ਗੁਰੂ ਹਰਗੋਬਿੰਦ ਜੀ ਬਾਬਾ ਗੁਰਦਿੱਤਾ ਨੂੰ ਅਗਲਾ ਗੁਰੂ ਬਣਾਉਣਾ ਚਾਹੁੰਦੇ ਸੀ ਸੱਤਵੇਂ ਗੁਰੂ ਠੀਕ ਹੈ ਪਰ ਬਾਬਾ ਗੁਰਦਿੱਤਾ ਜੀ ਦੀ ਡੈਥ ਇਨ੍ਹਾਂ ਦੇ ਕਾਰਜਕਾਲ ਸਮੇਂ ਹੀ ਹੋ ਗਈ ਸੀ ਇਸ ਕਰਕੇ ਇਹਨਾਂ ਦੇ ਵੱਡੇ ਪੁੱਤਰ ਸੀ ਗੁਰੂ ਹਰ राय ਜੀ ਇਹਨਾਂ ਨੂੰ ਇਹਨਾਂ ਨੇ ਗੁਰਗੱਦੀ ਆ ਜਿਹੜੀ ਦਿੱਤੀ ਸੀਗੀ অপਸ਼ਨ B ਇਸ ਦਾ ਰਾਈਟ ਆਂਸਰ ਹੈ ਠੀਕ ਹੈ ਨੈਕਸਟ ਹੈ ਧਰਮਸ਼ਾਲ ਲਈ ਗੁਰਦੁਆਰੇ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਦੇਖੋ ਗੁਰਦੁਆਰਿਆਂ ਨੂੰ ਪਹਿਲਾਂ ਧਰਮਸ਼ਾਲ ਬੋਲਿਆ ਜਾਂਦਾ ਸੀ ਠੀਕ ਹੈ ਪਰ ਗੁਰੂ ਹਰਗੋਬਿੰਦ ਜੀ ਨੇ ਸਭ ਤੋਂ ਪਹਿਲਾਂ ਗੁਰਦੁਆਰੇ ਦੀ ਵਰਤੋਂ ਕੀਤੀ ਸੀਗੀ ਸ਼ਬਦ ਦੀ অপਸ਼ਨ B ਇਸ ਦਾ ਰਾਈਟ ਆਂਸਰ ਤੇ ਗੁਰੂ ਹਰਗੋਬਿੰਦ ਜੀ ਤੋਂ ਹੀ ਸਾਹੀ ਬਾਣਾ ਪਹਿਨਣਾ ਸ਼ੁਰੂ ਹੋਇਆ ਸੀਗਾ ਪਹਿਨਣਾ ਠੀਕ ਹੈ ਕਲਗੀ ਪਹਿਨਣਾ ਇਹ ਵੀ ਤੁਹਾਨੂੰ ਆ ਸਕਦਾ ਨੈਕਸਟ ਹੈ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਧੜ ਨੂੰ ਲੈ ਕੇ ਜਾਣ ਵਾਲੇ ਸਿੱਖ ਦਾ ਨਾਮ ਦੱਸੋ ਦੇਖੋ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਕਿਹਦੇ ਹੁਕਮਾਂ ਤੇ ਔਰੰਗਜ਼ੇਬ ਦੇ ਹੁਕਮਾਂ ਤੇ ਠੀਕ ਹੈ ਤੇ ਉਸ ਸਮੇਂ ਜਿਹੜਾ ਜਲਾਲ ਸੀਗਾ ਉਸ ਨੇ ਜਦੋਂ ਗੁਰੂ ਜੀ ਦਾ ਸਿਰ ਤਣ ਨਾਲੋਂ ਅਲੱਗ ਕੀਤਾ ਤਾਂ ਗੁਰੂ ਜੀ ਦੇ ਸਿਰਸ ਨੂੰ ਪਵਿੱਤਰ ਸਿਰਸ ਨੂੰ ਚੱਕ ਕੇ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਬੋਲਿਆ ਸੀ ਰੰਗਰੇਟਾ ਗੁਰੂ ਦਾ ਬੇਟਾ ਰੰਗਰੇਟਾ ਭਾਈ ਜੇਤਾ ਜੀ ਦੀ ਜਾਤ ਸੀਗੀ ਤੇ ਉਹਨਾਂ ਨੇ ਕਿਹਾ ਸੀ ਕਿ ਤੂੰ ਹੀ ਗੁਰੂ ਦਾ ਸਲੀਬ ਹੈ ਆਂ অপਸ਼ਨ ਏ ਇਸ ਦਾ ਰਾਈਟ ਆਨਸਰ ਹੈ ਭਾਈ ਜੇਤਾ ਜੀ ਤੇ ਜਿੱਥੇ ਗੁਰੂ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸ਼ੀਸ਼ਗੰਜ ਅਨੰਦ ਸਾਹਿਬ ਬਣਿਆ ਜਿੱਥੇ ਦਿੱਲੀ ਦੇ ਵਿੱਚ ਗੁਰੂ ਜੀ ਦੇ ਸੀਸ ਨੂੰ ਧੜ ਦੇ ਨਾਲੋਂ ਅਲੱਗ ਕੀਤਾ ਗਿਆ ਉੱਥੇ ਗੁਰਦੁਆਰਾ ਸ਼ੀਸ਼ਗੰਜ ਦਿੱਲੀ ਬਣਿਆ ਠੀਕ ਹੈ ਤੇ ਜਿੱਥੇ ਗੁਰੂ ਜੀ ਦੀ ਪਵਿੱਤਰ ਧੜ ਦਾ ਪਵਿੱਤਰ ਧੜ ਨੂੰ ਦੇਖੋ ਉਸ ਸਮੇਂ ਔਰੰਗਜ਼ੇਬ ਦੇ ਦਰ ਨਾਲ ਮਤਲਬ ਕਿ ਇਹ ਹੀ ਬਹੁਤ ਮਹਾਨ ਕੰਮ ਸੀ ਕਿ ਉਹ ਗੁਰੂ ਜੀ ਦੇ ਪਵਿੱਤਰ ਸੀਸ ਨੂੰ ਚੱਕ ਕੇ ਲੈ ਕੇ ਗਈ ਠੀਕ ਹੈ ਜਿੱਤੇ ਔਰੰਗਜ਼ੇਬ ਨੇ ਇਨੀ ਤਵਾਹੀ ਮਂਕਾਈ ਬਚਾਈ ਹੋਈ ਸੀ ਉਸ ਤੋਂ ਬਾਅਦ ਲੱਖੀ ਸਾਲ ਹੁਆਣਾ ਨੇ ਕਿਸੇ ਵੀ ਤਰ੍ਹਾਂ ਚੋਰੀ ਛੁਪੇ ਗੁਰੂ ਜੀ ਦੇ ਨੂੰ ਧੜ ਨੂੰ ਉਠਾ ਕੇ ਆਪਣੀ ਝੋਪੜੀ ਦੇ ਵਿੱਚ ਲੈ ਗਏ ਤੇ ਉੱਥੇ ਉਹਨਾਂ ਨੇ ਆਪਣੀ ਝੋਪੜੀ ਨੂੰ ਹੀ ਅੱਗ ਲਗਾ ਕੇ ਗੁਰੂ ਜੀ ਦਾ ਸੰਸਕਾਰ ਕੀਤਾ ਸੀਗਾ ਠੀਕ ਹੈ ਤੇ ਉੱਥੇ ਗੁਰਦੁਆਰਾ ਬਣਿਆ ਨਾ ਜੀ ਰਕਾਵ ਗੰਜ ਦਿੱਲੀ ਦੇ ਵਿੱਚ ਤੇ ਜਿਹੜੇ ਕਿ ਸਰਦਾਰ ਬੰਗੇਲ ਸਿੰਘ ਨੇ ਬਣਵਾਏ ਆ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਮੱਖਣ ਚਾਲੂ ਬਾਣਾ ਇਸ ਦਾ ਵੀ ਸਬੰਧ ਗੁਰੂ ਤੇਗ ਬਹਾਦਰ ਜੀ ਨਾਲ ਹੀ ਆ ਇਹਨਾਂ ਨੇ ਗੁਰੂ ਦੀ ਪਾਲ ਕੀਤੀ ਸੀ ਠੀਕ ਹੈ ਮੱਖਣ ਚਾਲੂ ਬਾਣਾ ਪੂਰਾ ਨਾਮ ਹੈ ਮੱਖਣ ਚਾਲੂ ਬਾਣਾ ਇਥੇ ਸਾਵ ਉਹਦੋਂ ਕਿਉਂਕਿ ਸਿੰਘ ਤਾਂ ਨਹੀਂ ਲੱਗਦਾ ਸੀ ਠੀਕ ਹੈ ਸਿੰਘ ਦੀ ਪ੍ਰਥਾ ਤਾਂ ਬਾਅਦ ਚ ਗੁਰੂ ਜੀ ਨੇ ਸ਼ੁਰੂ ਕੀਤੀਆ ਗੁਰੂ ਹਰਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਨੈਕਸਟ ਹੈ ਜੀ ਬੀਬੀ ਵੀਰੋ ਕੌਣ ਸੀ ਹਾਂਜੀ ਬੀਬੀ ਵੀਰੋ 9ਵੇਂ ਗੁਰੂ ਜੀ ਦੀ ਭੈਣ ਸੀ ਜਾਨੀ ਕਿ ਗੁਰੂ ਤੇਗ ਬਹਾਦਰ ਜੀ ਦੀ ਭੈਣ ਸੀ ਗੁਰੂ ਹਰगोबिंद ਜੀ ਦੀ ਪੁੱਤਰੀ ਸੀ ਗੁਰੂ ਹਰਰਾਏ ਜੀ ਦੀ ਭੂਆ ਸੀ ਇੱਥੇ ਤੁਹਾਨੂੰ ਕਿਸੇ ਵੀ ਨਾ ਗੁਰੂ ਦੇ ਨਾਲ ਰਿਲੇਟਡ ਆ ਜੇ ਮਿਲ ਆ ਸਕਦਾ ਵਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਹੈ ਗੁਰੂ ਹਰगोबिंद ਜੀ ਦੀ ਪੁੱਤਰੀ ਸੀਗੀ ਬੀਬੀ ਵੀਰੋ ਗੁਰੂ ਹਰਰਾਏ ਜੀ ਦੀ ਭੂਆ ਸੀ ਠੀਕੇ ਬਾਬਾ ਗੁਰਦਿੱਤਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਭੈਣ ਸੀ ਬੀਬੀ ਬੀਰੋ ਆਪਸ਼ਨ ਬੀ ਇੱਥੇ ਰਾਈਟ ਲਗਾਵਾਂਗੇ ਕਿ ਨੌਵੇਂ ਗੁਰੂ ਜੀ ਦੀ ਭੈਣ ਕਿਉਂਕਿ ਕੁਝ ਆਨਸਰ ਸਾਡੀਆਂ ਆਪਸ਼ਨ ਤੇ ਵੀ ਡਿਪੈਂਡ ਕਰਦੇ ਨੇ ਠੀਕੇ ਜੀ ਇਸ ਗੱਲ ਦਾ ਧਿਆਨ ਰੱਖਣਾ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਜਾਦੇ ਕਿਹੜੇ ਯੁੱਧ ਵਿੱਚ ਲੜਦੇ ਸ਼ਹੀਦ ਹੋਏ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਹਜਾਦੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਲੜਦੇ ਸ਼ਹੀਦ ਹੋ ਗਏ ਸੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਦਾ ਨਾਮ ਕੀ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਵੈ ਜੀਵਨੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਵੀ ਦੱਸਿਆ ਹੋਇਆ ਤਾਂ ਇਹ ਲਿਖੀ ਹੈ ਜੀ ਬਚਿੱਤਰਨਾਟਕ অপਸ਼ਨ ਬੀ ਇਸ ਦਾ ਰਾਈਟ ਆਨਸਰ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਦਾ ਨਾਮ ਆ ਬਚਿੱਤਰਨਾਟਕ ਇਸ ਤੋਂ ਇਲਾਵਾ ਦਸਮ ਗ੍ਰੰਥ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਅਕਾਲ ਪੁਰਖਤ ਵੀ ਤੇ ਜਾਪ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨੈਕਸਟ ਹੈ ਆਦ ਗ੍ਰੰਥ ਨੂੰ ਕਿਸ ਗੁਰੂ ਹਾਂਜੀ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸਥਾਨ ਤੇ ਦਿੱਤਾ ਦੇਖੋ ਪਹਿਲਾਂ ਤਾਂ ਆਦਿ ਗ੍ਰੰਥ ਹੀ ਸੀ ਸਿੱਖਾਂ ਦਾ ਜਿਹੜਾ ਧਾਰਮਿਕ ਗ੍ਰੰਥ ਸੀ ਉਹ ਆਦਿ ਗ੍ਰੰਥ ਸੀ ਪਰ ਆਦਿ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 11ਵੇਂ ਗੁਰੂ ਬਣਾਇਆ ਵਾ ਠੀਕ ਹੈ ਪਰ ਕਿਹੜੇ ਸਥਾਨ ਤੇ ਬਣਾਇਆ ਗੁਰੂ ਜੀ ਦਾ ਲਾਸਟ ਸਮਾ ਸੀਗਾ 1708 ਈਸਵੀ ਦੇ ਵਿੱਚ ਜੋਤੀ ਜੋਤ ਸਮਾਏ ਆ ਤੇ ਲਾਸਟ ਟਾਈਮ ਸੀਗੇ ਇਹ ਨਦੇੜ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਤਾਂ ਨਦੇੜ ਦੇ ਵਿੱਚ ਹੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਲੇ ਗੁਰੂ ਬਣਾਇਆ ਜਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਮਸੰਦ ਪ੍ਰਥਾ ਦਾ ਵਿਕਾਸ ਸਭ ਤੋਂ ਜ਼ਿਆਦਾ ਕਿਹੜੇ ਗੁਰੂ ਸਮੇ ਹੋਇਆ ਦੇਖੋ ਮਸੰਦ ਪ੍ਰਥਾ ਨੂੰ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਸੀਗਾ ਧਾਰਮਿਕ ਕਾਰਜਾਂ ਦੇ ਲਈ ਧਨ ਨੂੰ ਇਕੱਠਾ ਕਰਨ ਦੇ ਲਈ ਇਹ ਮਕਸਦ ਸੀਗਾ ਮੇਨ ਤਾਂ ਮਸੰਦ ਪ੍ਰਥਾ ਦਾ ਵਿਕਾਸ ਸਭ ਤੋਂ ਜ਼ਿਆਦਾ ਕਿਹੜੇ ਗੁਰੂ ਦੇ ਸਮੇ ਹੋਇਆ ਮਸੰਦ ਪ੍ਰਥਾ ਦਾ ਸਭ ਤੋਂ ਜ਼ਿਆਦਾ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇ ਹੋਇਆ ਆਪਸ਼ਨ B ਇਜ਼ ਦਾ ਰਾਈਟ ਆਨਸਰ ਹੈ ਪਰ ਇਸ ਦੇ ਵਿੱਚ ਕੀ ਹੈ ਗੁਰੂ ਤੁਹਾਨੂੰ ਇਹ ਵੀ ਆ ਸਕਦਾ ਕਿ ਕਿਹੜੇ ਗੁਰੂ ਜੀ ਦੇ ਸਮੇਂ ਮਸੰਦ ਪ੍ਰਥਾ ਦੇ ਵਿੱਚ ਦੋਸ਼ ਪੈਦਾ ਹੋ ਗਈ ਸੀ ਤਾਂ ਇਹ ਹੋਈ ਸੀ ਜੀ ਸਤਵੇਂ ਗੁਰੂ ਹਰ राय जी ਦੇ ਸਮੇਂ ਲੋਕਾਂ ਨੇ ਗਲਤ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਪ੍ਰਥਾ ਦਾ ਠੀਕ ਹੈ ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਆ ਉਹਨਾਂ ਨੇ ਸ਼ੁਰੂ ਕੀਤੀ ਸੀ ਤੇ ਹਰ ਰਾਏ ਜੀ ਦੇ ਸਮੇਂ ਦੋਸ਼ ਆਏ ਤੇ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਖਤਮ ਕਰ ਦਿੱਤਾ ਸੀ ਇਸ ਬਾਰੇ ਬਹੁਤ ਪੁੱਛਿਆ ਜਾਂਦਾ ਤੁਹਾਨੂੰ ਇਕੱਲੇ ਇਕੱਲੇ ਗੁਰਸੇਵਾਨ ਦੀ ਨਾਲ ਰਿਲੇਟਿਡ ਪਤਾ ਹੋਣਾ ਚਾਹੀਦਾ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਪ੍ਰਥਾ ਸ਼ੁਰੂ ਕੀਤੀ ਠੀਕ ਹੈ ਸੰਗਤ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ ਗੁਰੂ ਅਰਜਨ ਦੇਵ ਜੀ ਨੇ ਮੱਲਖਾੜੇ ਦੀ ਪ੍ਰਥਾ ਸ਼ੁਰੂ ਕੀਤੀ ਠੀਕ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਮੱਲਖਾੜਾ ਮਤਲਬ ਕਿ ਤਾਂ ਜੋ ਸਿੱਖਾ ਜਿਹੜੇ ਤੰਦਰੁਸਤ ਵੀ ਰਹਿਣ ਮੱਲਖਾੜਾ ਦੀ ਪ੍ਰਥਾ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਗੁਰੂ ਅਰਜਨ ਦੇਵ ਜੀ ਨੇ ਦਸਵੰਦ ਪ੍ਰਥਾ ਸ਼ੁਰੂ ਕੀਤੀ ਤੇ ਗੁਰੂ ਹਰगोबिंद ਜੀ ਨੇ ਮੀਰੀ ਤੇ ਪੀਰੀ ਦੀ ਸਥਾਪਨਾ ਕੀਤੀ ਸੀ ਠੀਕ ਹੈ ਉਸ ਤੋਂ ਬਾਅਦ ਗੁਰੂ ਹਰ राय ਜੀ ਇਹਨਾਂ ਨੇ દવાਖਾਨੇ ਸ਼ੁਰੂ ਕੀਤੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਠੀਕ ਹੈ ਤੇ ਉਸ ਉਹਨਾਂ ਨੇ ਸਿੱਖਾਂ ਦੇ ਲਈ ਆਪਣਾ ਜਿਹੜਾ ਬਲੀਦਾਨ ਹਿੰਦੂਆਂ ਦੇ ਲਈ ਬਲੀਦਾਨ ਦਿੱਤਾ ਇਹ ਮੇਨ ਕੁਰਬਾਨੀ ਆ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਕਿ ਹਿੰਦੂਆਂ ਦੇ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਸੀਗੀ ਸਿੱਖ ਧਰਮ ਦੇ ਵਿੱਚ ਠੀਕ ਹੈ ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਪ੍ਰਥਾ ਵਿਜਿਸ ਖਾਲਸਾ ਪੰਥ ਦੀ ਸਿਰਜਣਾ ਸ਼ੁਰੂ ਕੀਤੀ ਤੇ ਮਸੰਦ ਪ੍ਰਥਾ ਨੂੰ ਖਤਮ ਕੀਤਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨੈਕਸਟ ਹੈ ਜੀ ਹਾਂਜੀ ਸਹੀ ਚੁਣਨਾ ਸਹੀ ਦੇ ਵਿੱਚੋਂ ਇੱਕ ਸਾਈਡ ਤੇ ਤੁਹਾਨੂੰ ਗੁਰੂ ਜੀ ਦੇ ਨਾਮ ਦਿੱਤੇ ਆ ਦੂਸਰੀ ਸਾਈਡ ਤੁਹਾਨੂੰ ਪ੍ਰਥਾ ਦਿੱਤੀ ਹੋਈ ਆ ਜਿਵੇਂ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਕਿਹੜੀ ਪ੍ਰਥਾ ਸ਼ੁਰੂ ਕੀਤੀ ਗੁਰੂ ਅਮਰਦਾਸ ਜੀ ਨੇ ਪ੍ਰਥਾ ਸ਼ੁਰੂ ਕੀਤੀ ਆ ਜੀ ਹਾਂਜੀ ਦੱਸੋ ਜਲਦੀ ਨਾਲ ਮੰਜੀ ਪ੍ਰਥਾ ਕਿਉਂਕਿ ਗੁਰੂ ਜੀ ਵਿਰਧ ਅਵਸਥਾ ਦੇ ਵਿੱਚ ਗੁਰੂ ਬਣੇ ਸੀਗੇ 73 ਸਾਲ ਦੀ ਉਮਰ ਸੀ ਜਦੋਂ ਇਹ ਗੁਰੂ ਬਣੇ ਆ ਤਾਂ ਇਹਨਾਂ ਦੇ ਲਈ ਬਹੁਤ ਔਖਾ ਸੀਗਾ ਇਹਨਾਂ ਦੇ ਲਈ ਬਹੁਤ ਜ਼ਿਆਦਾ ਔਖਾ ਸੀਗਾ ਸਿੱਖ ਧਰਮ ਦਾ ਪ੍ਰਚਾਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਕੇ ਜਗਾ ਜਗਾ ਤੇ ਤੁਰ ਫਿਰ ਕੇ ਕਰਨਾ ਕਿਉਂਕਿ 1479 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਠੀਕ ਹੈ ਤੇ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਹੀ ਛੋਟੇ ਸੀਗੇ ਇਹ ਆਪਣੇ ਸਿੱਖਾਂ ਦੇ ਤੀਜੇ ਗੁਰੂ ਬਣੇ ਆ ਠੀਕ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜੀ ਮੰਜੀ ਪ੍ਰਥਾ ਇਹਨਾਂ ਨੇ ਸ਼ੁਰੂ ਕੀਤੀ ਸੀ ਇਹਦੇ ਵਿੱਚ ਇਹਨਾਂ ਨੇ 22 ਮੰਜੀਆਂ ਸਥਾਪਿਤ ਕਰਤੀਆਂ ਸੀ ਹਰੇਕ ਮੰਜੀ ਦੇ ਅੱਗੇ ਮੰਜੀਦਾਰ ਮੁਖੀ ਆ ਜਿਹੜੇ ਮੰਜੀਦਾਰ ਬਣਾਏ ਉਹ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ ਲਗ ਲਗ ਇਲਾਕਿਆਂ ਦੇ ਵਿੱਚ ਇਹਨਾਂ ਨੇ ਸਥਾਪਿਤ ਕੀਤੇ ਸੀ ਅੱਗੇ ਗੁਰੂ ਰਾਮਦਾਸ ਜੀ ਇਹਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਗੁਰੂ ਅਰਜਨ ਦੇਵ ਜੀ ਨੇ ਦਸਵੰਦ ਪ੍ਰਥਾ ਸ਼ੁਰੂ ਕੀਤੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਤੇ ਗੁਰੂ ਅਮਰਦਾਸ ਜੀ ਨੇ ਹੀ ਪੰਗਤ ਤੇ ਸੰਗਤ ਦੀ ਪ੍ਰਥਾ ਸ਼ੁਰੂ ਕੀਤੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਪੰਗਤ ਪਰ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ ਸੰਗਤ ਤੋਂ ਪਹਿਲਾਂ ਪੰਗਤ ਇਹਨਾਂ ਨੇ ਪੰਗਤ ਸੰਗਤ ਕਰਤਿਆ ਸੀ ਠੀਕ ਹੈ ਤਾਂ ਹੁਣ ਦੇਖੋ ਇਹ ਕਿਹੜੇ ਦੇ ਸਹੀ ਆਨਸਰ ਬਣ ਰਿਹਾ ਪਹਿਲੇ ਦਾ ਡੀ ਦੂਜੇ ਦਾ ਸੀ ਤੀਜੇ ਦਾ ਬੀ ਚੌਥੇ ਦਾ ਏ ਆਪਸ਼ਨ ਏ ਹੀ ਰਾਈਟ ਆਨਸਰ ਹੈ ਨੈਕਸਟ ਹੈ ਜੀ ਹਾਂ ਜੀ ਇੱਕ ਸਾਈਡ ਤੁਹਾਡੇ ਲਈ ਸ਼ਹਿਰ ਦੇ ਨਾਮ ਲਿਖੇ ਆ ਸਥਾਨ ਦੇ ਨਾਮ ਲਿਖੇ ਆ ਤੇ ਇੱਕ ਸਾਈਡ ਤੁਹਾਨੂੰ ਗੁਰੂ ਜੀ ਦੇ ਨਾਮ ਲਿਖੇ ਆ ਕਿ ਕਿਹੜੇ ਗੁਰੂ ਸਾਹਿਬਾਨ ਨੇ ਕਿਹੜਾ ਸਥਾਨ ਬਸਾਇਆ ਸਭ ਤੋਂ ਪਹਿਲਾਂ ਆਪਾਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਜਾਨਨੇ ਆ ਤਾਂ ਮੈਂ ਤੁਹਾਨੂੰ ਸਾਰੇ ਗੁਰੂਆਂ ਦੇ ਨਾਲ ਰਿਲੇਟਿਡ ਦੱਸਦੀ ਆ ਕਿ ਕਿੰਨਾ ਨੇ ਕਿਹੜਾ ਸ਼ਹਿਰ ਬਸਾਇਆ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਉਸ ਦੀ ਸਥਾਪਨਾ ਕੀਤੀ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਜਾਨੀ ਕਿ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਕਰਤਾਰਪੁਰ ਜਿਹੜਾ ਕਿ ਜਲੰਧਰ ਵਾਲੀ ਸਾਈਡ ਆ ਤੇ ਹਰगोविंदਪੁਰਾ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਕਿਰਤਪੁਰ ਠੀਕ ਹੈ ਤੇ ਫਿਰ ਬਾਬਾ ਸੋਰੀ ਇਸ ਤੋਂ ਬਾਅਦ ਗੁਰੂ 9ਵੇਂ ਗੁਰੂ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਜਿਸ ਦਾ ਪੁਰਾਣਾ ਨਾਮ ਮਾਖੋਵਾਲ ਅਤੇ ਚੱਕ ਨਾਨਕੀ ਹੈ ਮਾਖੋਵਾਲ ਦੇ ਰਾਜੇ ਤੋਂ ਇਹਨਾਂ ਨੇ ਜ਼ਮੀਨ ਲਈ ਸੀਗੀ ਆਪਣਾ ਘਰ ਬਣਾਉਣ ਲਈ ਠੀਕ ਹੈ ਤਾਂ ਇਸ ਕਰਕੇ ਉਸ ਨੂੰ ਮਾਖੋਵਾਲ ਬੋਲਿਆ ਜਾਣ ਲੱਗਿਆ ਸੀ ਉਸ ਤੋਂ ਬਾਅਦ ਉਸ ਦਾ ਨਾਮ ਚੱਕ ਨਾਨਕੀ ਗੁਰੂ ਜੀ ਨੇ ਆਪਣੀ ਮਾਤਾ ਦੇ ਨਾਮ ਤੇ ਰੱਖਿਆ ਸੀ ਠੀਕ ਹੈ ਫਿਰ ਅਨੰਦਪੁਰ ਸਾਹਿਬ ਹੁਣ ਅੱਜ ਕੱਲ੍ਹ ਅਨੰਦਪੁਰ ਸਾਹਿਬ ਬੋਲਦੇ ਆਪਾਂ ਤੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਦੀ ਸਥਾਪਨਾ ਕੀਤੀ ਸੀ ਠੀਕ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਖਲਿਸ਼ਪੁਰ ਮੁਖਲਿਸ਼ਪੁਰ ਬਸਾਇਆ ਸੀ ਤੇ ਉਸ ਦਾ ਨਾਮ ਬਦਲ ਕੇ ਬਾਅਦ ਚ ਲੋਗੜ ਰੱਖਤਾ ਤੇ ਉਹਨੂੰ ਆਪਣੀ ਰਾਜਸਥਾਨੀ ਬਣਾ ਲਿਆ ਸੀ ਠੀਕ ਹੈ ਇਸ ਤਰ੍ਹਾਂ ਤੁਸੀਂ ਸਾਰੇ ਹੀ ਗੁਰੂ ਸਾਹਿਬਾਨਾਂ ਦੇ ਨਾਲ ਰਿਲੇਟਡ ਯਾਦ ਰੱਖਣੇ ਤਾਂ ਹੁਣ ਇੱਥੇ ਆਪਾਂ ਮੈਚ ਕਰਦੇ ਹਾਂ ਜੀ ਕਰਤਾਰਪੁਰ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਗੁਰੂ ਅਮਰਦਾਸ ਜੀ ਗੋਇੰਦਵਾਲ ਗੁਰੂ ਹਰਗੋਬਿੰਦ ਜੀ ਕੀਰਤਪੁਰ ਤਾਂ ਦੇਖੋ ਪਹਿਲੇ ਦਾ ਡੀ ਦੂਜੇ ਦਾ ਸੀ ਤੀਜੇ ਦਾ ਏ ਤੇ ਚੌਥੇ ਦਾ ਡੀ ਏ ਚੌਥੇ ਦਾ ਬੀ ਇਹ ਸਾਡੇ ਕੋਲ ਹੀ ਆਪਸ਼ਨ ਹੈ ਜੀ ਏ ਚ ਨੈਕਸਟ ਹੈ ਸਹੀ ਚੁਣੋ ਹਾਂਜੀ ਅੱਗੇ ਗੁਰੂਆਂ ਦੇ ਨਾਮ ਤੇ ਰਚਨਾ ਦਿੱਤੀ ਹੋਈ ਆ ਗੁਰੂਆਂ ਦੇ ਨਾਮ ਤੇ ਰਚਨਾ ਜਿਹੜੀ ਕਿ ਤੁਹਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੇਪਰ ਦੇ ਪੁਆਇੰਟ ਆਫ View ਤੋਂ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਜ਼ਿਆਦਾ ਬਾਣੀ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਠੀਕ ਹੈ ਤੇ ਸਭ ਤੋਂ ਘੱਟ ਆ ਗੁਰੂ ਗੁਰੂ ਦੂਜੇ ਗੁਰੂ ਆਪਣੇ ਗੁਰੂ ਅੰਗਦ ਦੇਵ ਜੀ ਦੀ ਠੀਕ ਹੈ ਤਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਆ ਸੁਖਮਣੀ ਸਾਹਿਬ ਜਿਸ ਨੂੰ ਸੁੱਖਾਂ ਦੀ ਮਣੀ ਬੋਲਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆ ਬਚਿੱਤਰ ਨਾਟਕ ਜਿਹੜੀ ਕਿ ਇਹਨਾਂ ਦੀ ਸਵੈ ਜੀਵਨੀ ਆ ਗੁਰੂ ਅਮਰਦਾਸ ਜੀ ਦੀ ਬਾਣੀ ਆ ਆਨੰਦ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਜਪਜੀ ਸਾਹਿਬ ਹਾਂਜੀ ਜਪਜੀ ਸਾਹਿਬ ਕਿਸੇ ਵੀ ਰਾਗ ਦੇ ਵਿੱਚ ਨਹੀਂ ਧਿਖੀ ਗਈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤਾਂ ਹੁਣ ਦੇਖੋ ਪਹਿਲੇ ਦਾ ਪਹਿਲੇ ਦਾ ਏ ਸਭ ਤੋਂ ਪਹਿਲਾਂ ਦਾ ਆਪਾਂ ਨੂੰ ਦਿਖ ਰਿਹਾ ਚੌਥੇ ਦਾ ਡੀਓ ਹੀ ਆ ਠੀਕ ਹੈ ਚੋਤੇ ਦਾ ડી ਆਪਾਂ ਦੇਖਦੇ ਹਾਂ ਸੀ ਆਪਸ਼ਨ ਚਾ ਤਾਂ ਆਪਸ਼ਨ ਸੀ ਹੀ ਰਾਈਟ ਹੋਊਗੀ ਠੀਕ ਹੈ ਨੈਕਸਟ ਹੈ ਜੀ ਬਸੰਤ ਪੰਚਮੀ ਕਿਹੜੇ ਮਹੀਨੇ ਆਉਂਦੀ ਹੈ ਹਾਂਜੀ ਬਸੰਤ ਪੰਚਮੀ ਕਿਹੜੇ ਮਹੀਨੇ ਆਉਂਦੀ ਹੈ ਇਹ ਮੈਨੂੰ ਲੱਗਦਾ ਰਿਪੀਟ ਹੋ ਚੁੱਕਿਆ ਕਿਉਂਕਿ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਕਰਵਾਇਆ ਸੀ ਤਾਂ ਬਸੰਤ ਪੰਚਮੀ ਕਿਹੜੇ ਮਹੀਨੇ ਆਉਂਦੀ ਹੈ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਨੈਕਸਟ ਹੈ ਜੀ ਪੰਜਾਬ ਦੇ ਕਿਹੜੇ ਮੇਲੇ ਨੂੰ ਮਿਨੀ 올림픽 ਕਿਹਾ ਜਾਂਦਾ ਹੈ ਹਾਂਜੀ ਮਿਨੀ 올림픽 ਮਿਨੀ 올림픽 ਬੋਲਿਆ ਜਾਂਦਾ ਵਾ ਜੀ ਪੇਂਡੂ ਖੇਡ ਮੇਲੇ ਨੂੰ অপশন ও রাইট आंसर नेक्स्ट ਹੈ ਪੰਜਾਬ ਦੇ ਕਿਹੜੇ ਪਿੰਡ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਤਾਂ ਪੰਜਾਬ ਦਾ ਜਲੰਧਰ ਦੇ ਵਿੱਚ ਪੈਂਦਾ ਜੀ ਜਲੰਧਰ ਨੂੰ স্পੋਰਟਸ ਸਿਟੀ ਆਫ ਪੰਜਾਬ ਵੀ ਇਹਦੇ ਕਰਕੇ ਮੇਨਲੀ ਬੋਲਿਆ ਜਾਂਦਾ ਕਿਉਂਕਿ ਸੰਸਾਰਪੁਰ ਦੇ ਕਰਕੇ অপশন ਆ ਇਸ ਦਾ রাইট आंसर नेक्स्ट ਹੈ ਮੁੰਡੇ ਦੇ ਵਿਆਹ ਵਿੱਚ ਕਿਹੜੇ ਲੋਕ ਗੀਤ ਗਾਏ ਜਾਂਦੇ ਆ ਹਾਂਜੀ ਮੁੰਡੇ ਦੇ ਵਿਆਹ ਵੇਲੇ ਗਾਈਆਂ ਜਾਂਦੀਆਂ ਜੀ ਕੋੜੀਆਂ ਕੋੜੀਆਂ ਗੁਰੂ ਰਾਮਦਾਸ ਜੀ ਦੀ ਰਚਨਾਮਾ ਠੀਕ ਹੈ ਗੁਰੂ ਰਾਮਦਾਸ ਜੀ ਦੀ ਰਚਨਾ ਨੂੰ ਕੋੜੀਆਂ ਵਾ ਲਾਵਾ ਦੀ ਰਚਨਾ ਵੀ ਇਹਨਾਂ ਨੇ ਕੀਤੀ ਹੈ ਆਪਸ਼ਨ ਈ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਪੰਜਾਬ ਦੇ ਕਿਹੜੇ ਕਵੀ ਨੂੰ ਸ਼ੇਕਸਪੀਅਰ ਹੋਣ ਦਾ ਮਾਣ ਪ੍ਰਾਪਤ ਆ ਜਿਸ ਸ਼ੇਕਸਪੀਅਰ ਇੱਕ ਇੰਗਲਿਸ਼ ਦਾ ਮਹਾਨ ਰਾਈਟਰ ਆ ਠੀਕ ਹੈ ਤੇ ਸ਼ੇਕਸਪੀਅਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਕਿਹੜਾ ਕਵੀ ਆ ਜਿਸ ਨੂੰ ਸ਼ੇਕਸਪੀਅਰ ਦਾ ਨਾਮ ਦਿੱਤਾ ਗਿਆ ਭਾਰਤ ਦੇ ਵਿੱਚ ਤਾਂ ਭਾਰਤ ਦਾ ਸ਼ੇਕਸਪੀਅਰ ਕਾਲੀਦਾਸ ਨੂੰ ਬੋਲਿਆ ਜਾਂਦਾ ਪੰਜਾਬ ਦਾ ਵਾਰਿਸ ਸ਼ਾਹ ਨੂੰ ਆਪਸ਼ਨ ਸਸਾਈਜ਼ ਦਾ ਰਾਈਟ ਆਨਸਰ ਨੈਕਸਟ ਹੈ ਪੰਜਾਬੀ ਦੇ ਕਿਹੜੇ ਕਵੀ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹਾਂਜੀ ਪੰਜਾਬੀ ਨਾਵਲ ਦੇ ਪਿਤਾਮਾ ਮੰਨਿਆ ਗਿਆ ਵਾ ਜੀ ਨਾਨਕ ਸਿੰਘ ਨੂੰ ਆਪਸ਼ਨ 1 ਇਸ ਦਾ ਰਾਈਟ ਆਨਸਰ ਨੈਕਸਟ ਹੈ ਕਿਹੜੀ ਰਚਨਾ ਕਰਕੇ ਦਲੀਪ ਕੌਰ ਟਿਵਾਨਾ ਨੂੰ ਸਰਸਵਤੀ ਪੁਰਸਕਾਰ ਮਿਲਿਆ ਹਾਂਜੀ ਦਲੀਪ ਕੌਰ ਟਿਵਾਨਾ ਨੂੰ ਕਥਾ ਕਹੋ ਊਰਵਸ਼ੀ ਦੇ ਕਰਕੇ ਸਰਸਵਤੀ ਪੁਰਸਕਾਰ ਮਿਲਿਆ ਆਪਸ਼ਨ 1 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਪੰਜਾਬੀ ਸੱਭਿਆਚਾਰ ਦੇ ਵਿੱਚ ਪੱਗ ਕਿਹੜੇ ਧਰਮ ਦਾ ਪ੍ਰਭਾਵ ਹੈ ਹਾਂਜੀ ਪੰਜਾਬੀ ਸੱਭਿਆਚਾਰ ਦੇ ਵਿੱਚ ਪੱਗ ਅਤੇ ਔਰਤਾਂ ਦੇ ਜਿਹੜੇ ਪੰਜਾਬੀ ਸੂਟ ਆ ਇਹ ਇਸਲਾਮ ਧਰਮ ਦਾ ਪ੍ਰਭਾਵ ਆ অপਸ਼ਨ ਊੜਾ ਇਸ ਆ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਇਸ ਵੀਡੀਓ ਦੇ ਵਿੱਚੋਂ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਡੇ ਇਸ ਮੌਕ ਟੈਸਟ ਦੇ ਵਿੱਚੋਂ ਕਿੰਨੇ ਨੰਬਰ ਬੰਦੇ ਨੇ ਕਿ ਤੁਹਾਡੇ 50% ਨੰਬਰ ਬੰਦੇ ਆ ਕਿ ਤੁਸੀਂ ਮਨ ਪੇਪਰ A ਆ ਜਿਹੜਾ ਜਾਂ ਪੇਪਰ B ਦੇ ਲਈ ਕੁਆਲੀਫਾਈ ਬੰਦਦੇ ਹੋ ਇਹ ਤੁਸੀਂ ਆਪ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿਉਂਕਿ ਇਸ ਸਮੇਂ ਤੁਸੀਂ ਆਪ ਦੇ ਟੀਚਰ ਆਪ ਉਹ ਤੁਹਾਡੀ ਲੜਾਈ ਤੁਹਾਡੀ ਆਪਣੀ ਜ਼ਿੰਦਗੀ ਦੇ ਨਾਲ ਆਪਣੀ ਕਿਸਮਤ ਦੇ ਨਾਲ ਆ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਕਿਹੜਾ ਕੋਈ ਮਤਲਬ ਕਿ ਹੁਣ ਇਹ ਕਲਾਸ 'ਚ ਬੈਠੇ ਆ ਕਿ ਜੇ ਤੁਹਾਨੂੰ ਨਹੀਂ ਆਉਂਦਾ ਤਾਂ ਟੀਚਰ ਤੁਹਾਡੇ ਡੰਡੇ ਮਾਰੂਗਾ ਜਾਂ ਤੁਹਾਡੇ ਕੰਨ ਫੜਵਾਊਗਾ ਹਨਾ ਇਦਾਂ ਦਾ ਕੁਝ ਤਾਂ ਨਹੀਂ ਹੋ ਰਿਹਾ ਇੱਥੇ ਕੀ ਆ ਕਿ ਆਪਾਂ ਆਪਣੀ ਕਿਸਮਤ ਨੂੰ ਬ੍ਰਾਈਟ ਕਰਨ ਦੇ ਲਈ ਆਪਣੇ ਲਈ ਪੜ ਰਹੇ ਆ ਆਪਣੀ ਜੰਗ ਆਪਣੇ ਨਾਲ ਲੜ ਰਹੇ ਆ ਆਪਣੀ ਕਿਸਮਤ ਨਾਲ ਲੜ ਰਹੇ ਆ ਤਾਂ ਆਪਾਂ ਸਭ ਕੁਝ ਕਿਸਮਤ ਤੇ ਨਹੀਂ ਛੱਡਣਾ ਜਿੰਨੀ ਆਪਾਂ ਮਿਹਨਤ ਕਰਾਂਗੇ ਮਿਹਨਤ ਦਾ ਫਲ ਸਭ ਨੂੰ ਮਿਲਦਾ ਵਾ ਠੀਕ ਹੈ ਜੇ ਆਪਾਂ ਰੱਬ ਆਸਰੇ ਛੱਡ ਦਈਏ ਜੇ ਆਪਾਂ ਸੋਚੀਏ ਕਿ ਰੋਟੀ ਵੀ ਜੇ ਰੱਬ ਚਾਹੂਗਾ ਤਾਂ ਮਿਲ ਜੂਗੀ ਫਿਰ ਤਾਂ ਆਪਾਂ ਇਹ ਵੀ ਸੋਚੀਏ ਕਿ ਮੂੰਹ 'ਚ ਵੀ ਆਪ ਹੀ ਪੈਜੂਗੀ ਉਹ ਤਾਂ ਖਾਣੀ ਵੀ ਤਾਂ ਆਪ ਹੀ ਪੈਂਦੀ ਹੈ ਨਾ ਤੋੜ ਕੇ ਤਾਂ ਫਿਰ ਉਸੇ ਤਰ੍ਹਾਂ ਆਪਾਂ ਨੂੰ ਇਹ ਹੈ ਕਿ ਪੜਨਾ ਵੀ ਤਾਂ ਆਪ ਹੀ ਪੜਨਾ ਮਿਹਨਤ ਵੀ ਆਪ ਹੀ ਕਰਨੀ ਪੈਣੀ ਹੈ ਕਿਉਂਕਿ ਮਿਹਨਤ ਦਾ ਫਾਲਾ ਜਿਹੜਾ ਉਹ ਮਿਲਦਾ ਹੀ ਮਿਲਦਾ ਵਾ ਤਾਂ ਹਾਂਜੀ ਤਾਂ ਹੁਣ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਨੰਬਰ ਇਸ ਟੈਸਟ ਦੇ ਵਿੱਚੋਂ ਆਏ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਥੈਂਕਸ ਫॉर ਵਾਚਿੰਗ